ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਪਾਂ ਅੱਜ ਮਹਾਕਵੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਬਾਰੇ ਗੱਲ ਕਰਨੀ ਹੈ ਤੇ ਜਿਵੇਂ ਆਪਾਂ ਪਹਿਲਾਂ ਫੈਸਲਾ ਕੀਤਾ ਸੀ ਆਪਣੀ ਗੱਲਬਾਤ ਪੰਜਾਬੀ ਚ ਹੋਣੀ ਹੈ ਮੈਂ ਦੇਖ ਰਿਹਾ ਹਾਂ ਹਾਜ਼ਰ ਹੋਣ ਵਾਲੇ ਸੱਜਣਾਂ ਦੇ ਰਸਤੇ ਵਿੱਚ ਕੁਝ ਜਿਹੜੇ ਇੰਗਲਿਸ਼ ਨਾਮ ਵੀ ਨਜ਼ਰ ਆ ਰਹੇ ਐ ਐਂਡ ਉਹਨਾਂ ਤੋਂ ਖਿਮਾ ਰਚਕਾਂ ਜਿਹੜੀ ਅੱਜ ਦੀ ਗੱਲਬਾਤ ਆ ਇਹ ਆਪਾਂ ਪੰਜਾਬੀਚ ਕਰਨੀ ਆ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਭਾਵੇਂ ਟਾਈਟਲ ਰੱਖਿਆ ਹੈ ਦ ਪੋਇਟਰੀ ਆਫ ਹਰਿੰਦਰ ਸਿੰਘ ਮਹਿਬੂਬ ਪਰ ਅੱਜ ਦੀ ਗੱਲਬਾਤ ਦਾ ਮੁੱਖ ਵਿਸ਼ਾ ਮਹਿਬੂਬ ਸਾਹਿਬ ਦੀ ਕਿਤਾਬ ਚਨਾਵ ਦੀ ਰਾਤ ਹੈ। ਉਹਨਾਂ ਦੀ ਜਿਹੜੀ ਪਾਕੀ ਕਵਤਾ ਹੋਰ ਛੋਟੀਆਂ ਕਿਤਾਬਾਂ ਛਪੀਆਂ ਸਤਿਤਕ ਦੀ ਪਰਭਾਤ ਜਿਨਾ ਵੱਡਾ ਮਹਾਕਾਵ ਉਹਨਾਂ ਬਾਰੇ ਅਪਾ ਅੱਜ ਗੱਲ ਨਹੀਂ ਕਰਨੀ। ਅੱਜ ਦਾ ਫੋਕਸ ਸਾਰਾ ਆਪਣਾ ਚਨਾਵ ਦੀ ਰਾਤ ਤੇ ਹੈ। ਚਨਾਵ ਦੀ ਰਾਤ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਜੀ ਗੱਲਬਾਤ ਜਿਹੜੀ ਮਹਿਬੂਬ ਸਾਹਿਬ ਬਾਰੇ ਕਰਨੀ ਚਾਹੁੰਦਾ। ਤੇ ਥੋੜੇ ਬਹੁਤ ਹੀ ਉਹਨਾਂ ਦੇ ਜਿਹੜੇ ਟਾਈਮਸ ਜਿਹੜਾ ਟਾਈਮ ਦੇ ਵਿੱਚ ਉਹ ਰਹੇ ਬਲਕੇ ਜਵਾਨ ਹੋਏ ਜਿਹੜੇ ਟਾਈਮਸ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਨਫਰੰਟ ਕਰਨੇ ਪਏ ਉਹ ਸਭ ਕੁਝ ਬਾਰੇ ਆਪਾਂ ਗੱਲ ਕਰਨੀ ਆ ਤੇ ਉਹਦੇ ਨਾਲ ਨਾਲ ਹੀ ਆਪਾਂ ਉਹਨਾਂ ਦੇ ਕੱфта ਬਾਰੇ ਗੱਲ ਕਰਨੀ ਆ ਸੋ ਕਵਤਾ ਬਾਰੇ ਗੱਲ ਕਰਨੀ ਤੇ ਮਹਿਬੂਬ ਸਾਹਿਬ ਬਾਰੇ ਗੱਲ ਕਰਨੀ ਮਹਿਬੂਬ ਸਾਹਿਬ ਦੇ ਸਮੇਂ ਬਾਰੇ ਗੱਲ ਕਰਨੀ ਇਹ ਸਾਰਾ ਕੁਝ ਨਾਲ ਨਾਲ ਹੀ ਚੱਲੂਗਾ ਤੇ ਆਪਾਂ ਮਤਲਬ ਹੁਣ ਗੱਲ ਸ਼ੁਰੂ ਕਰਦੇ ਆਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਆ ਤੇ ਉਹਨਾਂ ਦਾ ਨਾਂ ਉਹਨਾਂ ਦੀ ਕਵਤਾ ਦਾ ਪੱਧਰ ਉਹਨਾਂ ਨੂੰ ਦੁਨੀਆ ਦੇ ਬਹੁਤ ਵੱਡੇ ਜਿਹੜੇ ਨਮਾਇੰਦਾ ਕਵੀ ਹੈ ਉਹਨਾਂ ਦੇ ਵਿੱਚ ਉਹ ਖੜੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਰਤਬਾ ਬਹੁਤ ਉੱਚਾ ਚਨਾਵੀ ਰਾਤ ਵੱਡੀ ਕਿਤਾਬ ਹੈ 828 ਸਫੇ ਦੀ ਇਹਦੇ ਵਿੱਚ ਸੱਤ ਕਿਤਾਬਾਂ ਤੇ ਆਮ ਤੌਰ ਤੇ ਕਵੀ ਇਸ ਤਰ੍ਹਾਂ ਨਹੀਂ ਕਰਦੇ ਹਫ਼ਤਾ ਦੀ ਆਮ ਕਿਤਾਬ ਦਾ ਜਿਹੜਾ ਸਾਈਜ਼ ਹੈ ਉਹ 42 ਪੇजेस ਤੋਂ 88 ਦੇ ਵਿੱਚ ਹੁੰਦਾ ਐਵਰੇਜ ਜਿਹੜੀ ਪੋਇਟਰੀ ਦੀ ਕਿਤਾਬ ਹੈ ਉਹ 64 ਪੇਜ ਦੀ ਹੁੰਦੀ ਹੈ ਆਮ ਕਵੀ ਜਿਵੇਂ ਜਿਵੇਂ ਉਹ ਲਿਖਦੇ ਆ ਉਵੇਂ ਉਵੇਂ ਉੱਚ ਪਾਉਂਦੇ ਆ ਤੇ ਆਮ ਜਿਹੜੀਆਂ ਕਵਿਤਾਵਾਂ ਦੀਆਂ ਕਿਤਾਬਾਂ ਹਨ ਸਿਰਫ ਪੰਜਾਬ 'ਚ ਨਹੀਂ ਦੁਨੀਆ ਭਰ 'ਚ ਉਹਨਾਂ 'ਚ ਕੁਝ ਕੁ ਕਵਤਾਵਾਂ ਹੁੰਦੀਆਂ ਜਿਹੜੀਆਂ ਬਹੁਤ ਕਮਾਲ ਦੀਆਂ ਹੁੰਦੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਆ ਭਰਤੀ ਦੀਆਂ ਕਵਤਾਵਾਂ ਹੁੰਦੀਆਂ ਪੰਜਾਬੀ 'ਚ ਤਾਂ ਲੋਕ ਗਜ਼ਲਾਂ ਲਿਖਦੇ ਆ ਗਜ਼ਲਾਂ ਨਹੀਂ ਕਿਤਾਬਾਂ 'ਚ ਆਪਣੀਆਂ ਕਿਤਾਬਾਂ ਦੇ ਵਿੱਚ ਜਗ੍ਹਾ ਪੂਰੀ ਕਰਨ ਲਈ ਸਫ਼ੇ ਭਰਨ ਲਈ ਗਜ਼ਲਾਂ ਹੁੰਦੀਆਂ ਤੇ ਗਜ਼ਲਾਂ ਦੇ ਵਿੱਚ ਵਾਦੂ ਦੇ ਸ਼ੇਅਰ ਹੁੰਦੇ ਆ ਜਿਨ੍ਹਾਂ ਦਾ ਕੋਈ ਖਾਸ ਪੱਧਰ ਨਹੀਂ ਹੁੰਦਾ ਦਨਾਂ ਦੀ ਰਾਤ ਇੱਕੋ ਇੱਕ ਅਜਿਹੀ ਕਵਤਾ ਜਿਹਦਾ ਹਰ ਜਿਹਦਾ ਹਰ ਸਫਾ ਜਣਾ ਉਹਦਾ ਇੱਕ ਘਟੋ ਘਟ ਪੰਧਰ ਹੈ ਜਿਹਦੀ ਹਰ ਸਤਰ ਦਾ ਇੱਕ ਘਟੋ ਘਟ ਪੰਧਰ ਹੈ ਜਿਹੜੀਆਂ ਉਹਨਾਂ ਦੀਆਂ ਜ਼ਿਆਦਾ ਵਧੀਆ ਕਵਤਾਵਾਂ ਉਹਨਾਂ ਦਾ ਉਹਨਾਂ ਦੀ ਆਪਣੀ ਕਵਤਾ ਤੋਂ ਵੀ ਬਹੁਤ ਫਰਕ ਹੈ ਵਿੱਚ ਕੋਈ ਸ਼ੱਕ ਨਹੀਂ ਪਰ ਉਹਨਾਂ ਦੀ ਹਰ ਕਵਤਾ ਦਾ ਇੱਕ ਪੱਧਰ ਹੈ ਇਹ ਗੱਲ ਬਹੁਤ ਖਾਸ ਹੈ ਇਸ ਕਰਕੇ ਨਹੀਂ ਕਿ ਮਹਿਬੂਬ ਸਾਹਿਬ ਇਹਦੇ ਨਾਲ ਇਹ ਸਾਬਤ ਹੁੰਦਾ ਕਿ ਮਹਿਬੂਬ ਸਾਹਿਬ ਵੱਡੇ ਕਵੀ ਸੀ ਤੇ ਉਹਨਾਂ ਨੇ ਜੋ ਲਿਖਿਆ ਉੱਚ ਪੱਧਰ ਦਾ ਲਿਖਿਆ ਇਸ ਕਰਕੇ ਕਿ ਜਿਹੜੀ ਕਾਵਿਕ ਅਨੁਭਵ ਦੀ ਸ਼ਿੱਦਤ ਅਤੇ ਤੀਖਣਤਾ ਦੀ ਇਸ ਕਿਸਮ ਦੀ ਨਿਰੰਤਰਤਾ ਹੈ ਜਿਹੜੀ ਇੱਕ ਪੋएट ਨੇ ਆਪਣੇ ਅੰਦਰਲੀ ਇੰਟੈਂਸਿਟੀ ਨੂੰ ਜ਼ਿੰਦਗੀ ਪਰ ਜ਼ਿੰਦਗੀ ਦੇ ਹਰ ਦਿਨ ਇਸ ਤਰ੍ਹਾਂ ਬਰਕਰਾਰ ਰੱਖਣਾ ਇਹ ਬਹੁਤ ਵੱਡਾ ਕਮਾਲ ਹੈ ਇਹ ਇਹ ਕਰ ਸਕਣਾ ਸ਼ਬਦ ਕਿਸੇ ਦੇ ਵਸ ਦੀ ਗੱਲ ਨਹੀਂ ਤੇ ਇਹ ਮੈਨੂੰ ਮਤਲਬ ਮੈਂ ਕਹ ਇਸ ਕਰਕੇ ਕਹਿ ਰਿਹਾ ਤੇ ਕਰ ਸਕਣਾ ਕਿਸੇ ਦੇ ਵਸ ਦੀ ਗੱਲ ਨਹੀਂ ਕਿਉਂਕਿ ਮੈਨੂੰ ਲੱਗਦਾ ਬਖਸ਼ਿਸ਼ ਹੁੰਦੀ ਐ ਇੰਨੇ ਵੱਡੇ ਕਵੀ ਜਿਹੜੇ ਆ ਉਹ ਕਿਸੇ ਬਖਸ਼ਿਸ਼ ਦੇ ਸਿੱਟੇ ਵਜੋਂ ਉਹ ਸਾਹਮਣੇ ਆਉਂਦੇ ਆ ਮਹਿਬੂਬ ਸਾਹਿਬ ਦਾ ਜਿਹੜਾ ਕੰਮ ਉਹ ਇਹ ਦੱਸਦਾ ਹੈ ਕਿ ਮਹਿਬੂਬ ਸਾਹਿਬ ਉਹਨਾਂ ਨੇ ਮਿਹਨਤ ਬਹੁਤ ਕੀਤੀ ਫਲਸਫਾ ਬਹੁਤ ਪੜਿਆ ਉਹ ਬਹੁਤ ਵੱਡੇ ਫਿਲਾਸਫਰ ਸੀ ਦੁਨੀਆ ਭਰ ਦੇ ਚੰਗੇ ਸਾਹਿਤ ਦਾ ਅਧਿਐਨ ਕੀਤਾ ਪੰਜਾਬੀ ਲੈਂਗੁਏਜ ਤੇ ਜਿਹੜੀ ਉਹਨਾਂ ਦੀ ਕਮਾਂਡ ਸੀ ਉਹਦਾ ਕੋਈ ਮੁਕਾਬਲਾ ਹੀ ਨਹੀਂ ਸ਼ਬਦਾਂ ਬਗੈਰ ਕਵਿਤਾ ਬਣਦੀ ਨਹੀਂ ਜਿਹੜੇ ਪਰਸਨ ਕੋਲੇ ਸ਼ਖਸ ਕੋਲੇ ਲੈਂਗੁਏਜ ਦਾ ਬਹੁਤ ਵੱਡਾ ਭੰਡਾਰ ਨਹੀਂ ਉਹ ਪੋਇਟਰੀ ਨਹੀਂ ਲਿਖ ਸਕਦੇ ਪੋਇਟਰੀ ਲੈਂਗੁਏਜ ਤੇ ਡਿਪੈਂਡੈਂਟ ਹੈ ਨਿਰਪਰ ਕਰਦੀ ਹੈ ਕਪਤਾ ਬਾਸ਼ਾ ਤੇ ਤੇ ਮਹਿਬੂਬ ਸਾਹਿਬ ਦੀ ਬਾਸ਼ਾ ਤੇ ਕਮਾਂਡ ਬਹੁਤ ਜ਼ਿਆਦਾ ਕਮਾਲ ਸੀ ਆਪਾਂ ਕਮਾਲ ਵੇਖਾਂਗੇ ਅੱਜ ਸੋ ਉਹਨਾਂ ਨੇ ਮਿਹਨਤ ਕੀਤੀ ਹਰ ਖੇਤਰ ਦੇ ਵਿੱਚ ਪਰ ਮੇਰੀ ਸਮਝ ਹੈ ਮਿਹਨਤ ਨਾਲ ਕੋਈ ਹਰਿੰਦਰ ਸਿੰਘ ਮਹਿਬੂਬ ਨਹੀਂ ਬਣ ਸਕਦਾ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਉਹਨਾਂ ਦੇ ਜ਼ਿੰਦਗੀ ਪ੍ਰਤੀ ਨਜ਼ਰੀਏ ਦੇ ਵਿੱਚ ਉਹਨਾਂ ਦੀ ਜਿਹੜਾ ਰੋਜ਼ ਮਰਦੀ ਜ਼ਿੰਦਗੀ ਇਹ ਮਤਲਬ ਉਹ 2:30 ਵਜੇ ਉੱਠ ਖੜਦੇ ਸੀ 2:30 ਉੱਠ ਕੇ ਇਸ਼ਨਾਨ ਕਰਦੇ ਸੀ ਤੇ ਘਰੇ ਉਹਨਾਂ ਦੇ ਮਹਾਰਾਜ ਦਾ ਪ੍ਰਕਾਸ਼ ਸੀ ਫਿਰ ਉਹ ਪਾਠ ਕਰਦੇ ਸੀ ਤੇ ਸਾਰਾ ਦਿਨ ਉਹ ਬਹੁਤ ਜ਼ਿਆਦਾ એનਰਜੈਟਿਕ ਹੁੰਦੇ ਸੀ ਗੱਲ ਕਰਨ ਚ ਵੀ ਤੇ ਵਾਕ ਕਰਨ ਚ ਵੀ ਮੈਂ ਉਹਨਾਂ ਕੋਲੇ ਜਾਂਦਾ ਸੀ ਜਦੋਂ ਮੈਂ ਕਾਫੀ ਜਾਂਦਾ ਸੀ ਉਹਨਾਂ ਨੂੰ ਮਿਲਦਾ ਸੀ ਤੇ ਉਹਨਾਂ ਦੀ ਗਨ ਦੀ ਪੇਸ ਦੀ એનર્ਜੀ ਤੇ ਸ਼ਾਮ ਨੂੰ ਅਸੀਂ ਨਿਕਲ ਜਾਂਦੇ ਸੀ ਗੜਦੀ ਵਾਲੇ ਜਿੱਥੇ ਉਹ ਰਹਿੰਦੇ ਸੀ ਪੜਾਉਂਦੇ ਸੀ ਕਾਲਜ ਚ ਉੱਥੇ ਆਲੇ ਦੋਲੇ ਬਾਗ ਬਹੁਤ ਸੀ ਮੈਂ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਉਹਨੇ ਬਾਗ ਨਹੀਂ ਵੇਖੇ ਤੇ ਜਦੋਂ ਮੈਂ ਇਹ ਗੱਲ ਮਹਿਬੂਬ ਸਾਹਿਬ ਨੂੰ ਕਹੀ ਉਹ ਕਹਿੰਦੇ ਵੀ ਹੁਣ ਇੱਥੇ ਬਾਗ ਨਹੀਂ ਰਹੇ ਹੁਣੇ ਤੇ ਬਾਗ ਬਹੁਤ ਘਟ ਚੁੱਕੇ ਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਇੱਕ ਲੋਕ ਗੀਤ ਹੈ ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ ਪਰ ਕਾਲੇ ਬਾਗ ਹੁੰਦੇ ਆ ਨਾ ਜਦੋਂ ਬਾਗ ਸੰਘਣਾ ਹੁੰਦਾ ਬਹੁਤ ਜ਼ਿਆਦਾ ਡਾਂਸ ਤੇ ਉਹਨੂੰ ਦੂਰੋਂ ਵੇਖੋ ਟੱਪ ਦੇ ਵਿੱਚ ਤੇ ਉਹ ਕਾਲਾ ਸ਼ਾਹ ਨਜ਼ਰ ਆਉਂਦਾ ਸੰਘਣੇਪਣ ਕਰਕੇ ਅਸੀਂ ਉਹ ਗਾੜੇ ਕਾਲੇ ਸ਼ਾਹ ਬਾਗ ਜਿਹੜੇ ਆ ਉਹ ਵੇਖੇ ਉਹਨਾਂ ਦੇ ਅੰਦਰ ਗਏ ਉਥੇ ਸੈਰਾਂ ਕੀਤੀਆਂ ਤੇ ਮਹਿਬੂਬ ਸਾਹਿਬ ਜਦੋਂ ਤੁਰਦੇ ਸੀ ਮੈਂ ਉਦੋਂ ਨੌਜਵਾਨ ਸੀ 20 21 ਸਾਲ ਦਾ ਤੇ ਮਹਿਬੂਬ ਸਾਹਿਬ ਦੀ ਉਮਰ ਵੱਡੀ ਸੀ ਮੇਰੇ ਨਾਲੋਂ ਕਾਫੀ ਜ਼ਿਆਦਾ ਸੀ 30 ਸਾਲ ਤੋਂ ਜ਼ਿਆਦਾ ਵੱਡੀ ਹੋਣੀ ਆ ਤੇ ਮਹਿਬੂਬ ਸਾਹਿਬ ਤੁਰਦੇ ਸੀ ਉਹਨਾਂ ਦੀ ਪੇਸ ਜਿਹੜੀ ਸੀ ਉਹ ਮਤਲਬ ਐਂ ਜਾਂਦੇ ਸੀ ਤੂਫਾਨ ਵਾਂਗੂ એનર્ਜੀ ਦਾ ਫਲੋ ਸਾਰਾ ਦਿਨ ਕੰਮ ਕਰਨ ਚ ਗੱਲ ਕਰਨ ਚ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਇੰਟੈਂਸ એનર્ਜੀ ਆ ਉਹਦੇ ਬਗੈਰ ਲਿਖਣ ਦਾ ਕੰਮ ਨਹੀਂ ਹੋ ਸਕਦਾ એનર્ਜੀ ਬਗੈਰ ਪੜਿਆ ਵੀ ਨਹੀਂ ਜਾ ਸਕਦਾ ਤੁਸੀਂ ਡੂੰਗੀ ਕਿਤਾਬਾਂ ਦੀ ਫਿਲਾਸਫੀ ਦੀ ਉਹ ਖੋਲ ਲਓ ਤੁਸੀਂ ਨਾਵਲ ਪੜ ਲੋਗੇ ਫਿਲਾਸਫੀ ਦੀ ਕਿਤਾਬ ਨੇ ਦੋ ਸਫ਼ੇ ਪੜੋ ਬੰਦੇ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਲੈਕ ਆਫ એનર્ਜੀ ਕਰਕੇ ਆ ਤੇ ਮਹਿਬੂਬ ਸਾਹਿਬ ਦੀ ਜਿੰਨੀ ਹੈਗਲ ਤੇ ਕਮਾਂਡ ਸੀ ਉਹ ਬਹੁਤ ਘੱਟ ਬੰਦਿਆਂ ਦੀ ਵੇਖੀ ਆ ਮੈਂ ਇੱਥੇ ਵੀ ਉਹਨਾਂ ਨੇ ਹੈਗਲ ਨਾਲ ਇੰਗੇਜ ਕਰਕੇ ਐਜ਼ ਹੈਗੇਲੀਅਨ ਕੋ ਫਿਲਾਸਫੀ ਨਹੀਂ ਸਰ ਜੀ ਉਹਨਾਂ ਨੇ ਹੈਗਲ ਨਾਲ ਕ੍ਰਿਟੀਕਲੀ ਇੰਗੇਜ ਕਰਕੇ ਉਹਦੇ ਪੈਰਲਲ ਆਪਣਾ ਜਿਹੜਾ ਫਿਲਾਸਫੀਕਲ ਵਿਜ਼ਨ ਦਿੱਤਾ ਇਹ ਗੱਲ ਆਪਾਂ ਕਰਾਂਗੇ ਜਦੋਂ ਆਪਾਂ ਸਜਰੇਟੋ ਖਾਲਸਾ ਬਾਰੇ ਲੈਕਚਰ ਕੀਤਾ ਆਪਾਂ ਸਜਰੇਟੋ ਖਾਲਸਾ ਬਾਰੇ ਗੱਲ ਕਰਾਂਗੇ ਆਪਾਂ ਸਦੀਰ ਵਿਚਕਾਰ ਸਮਾਰੇ ਕੋਰਸ ਵੀ ਪੜਾਵਾਂਗੇ ਹੁਣ ਅਗਲੇ ਸਮੈਸਟਰ ਆਪਾਂ ਚਨਾ ਦੀ ਰਾਤ ਬਾਰੇ ਕੋਰਸ ਕਰਨਾ ਤੇ ਆਪਾਂ ਅੱਜ ਅੱਜ ਦਾ ਲੈਕਚਰ ਸਾਰੀ ਚਨਾ ਦੀ ਰਾਤ ਬਾਰੇ ਆ ਪਰ ਅਗਲੇ ਸਮੈਸਟਰ ਆਪਾਂ ਜਨਵਰੀ ਦੇ ਵਿੱਚ ਪੂਰੀ ਇਸ ਕਿਤਾਬ ਤੇ ਕੋਰਸ ਪੜਾ ਰਹੇ ਹਾਂ ਉਹਦੇ ਵਿੱਚ ਹੋਰ ਵਿਸਥਾਰ ਦੇ ਵਿੱਚ ਗੱਲ ਹੋਊਗੀ ਸੋ ਮਹਿਬੂਬ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ ਜਿੰਨਾ ਉਹਨਾਂ ਚ ਜਿੰਨੀ ਉਹ ਜਾਨਦਾਰ ਸਰੀਰ ਸੀ ਜਾਨਦਾਰ ਸਰੀਰ ਦਾ ਕਾਰਨ ਤਾਂ ਇਹ ਵੀ ਹੈ ਵੀ ਜਿਹੜਾ ਖੇਤੀ ਦਾ ਕੰਮ ਹੈ ਉਹਦੇ ਨਾਲ ਦੀ ਕਸਰਤ ਦੁਨੀਆਂ ਤੇ ਹੈ ਨਹੀਂ ਕਿ ਮੈਂ ਉਸ ਹਮਲੇ ਖੇਤੀ ਵੀ ਕੀਤੀ ਸੀ ਤੇ ਮੱਜਾਂ ਵਿਚਾਰੀਆਂ ਸੀ ਮੱਜਾਂ ਚਾਰਨੀਆਂ ਜਿਹੜੀਆਂ ਪੰਜਾਬ ਦੇ 45 ਡਿਗਰੀ ਸੈਲਸੀਅਸ ਮਾਲਵੇ ਦੇ ਇਲਾਕੇ ਚ ਚਰਾੰਦਾਂ ਦੇ ਵਿੱਚ ਚਰਾਉਣ ਮੈਡੋ ਦੂਰ ਤੱਕ ਤੁਹਾਨੂੰ ਕਿਤੇ ਕੋਈ ਦਰਖਤ ਨਜ਼ਰ ਨਹੀਂ ਆਉਂਦਾ ਟਿੱਕੀ ਤੁੱਪ ਪੈਂਦੀ ਆ ਲਗਾਤਾਰ ਕਿਸੇ ਬੱਦਲ ਦਾ ਨਾਂ ਨਿਸ਼ਾਨ ਨਹੀਂ ਹੁੰਦਾ ਤੇ ਠੰਡ ਜਦੋਂ ਪੈਂਦੀ ਆ ਸਾਲ ਚ ਠੰਡ ਵੀ ਪੈਂਦੀ ਆ ਬਹੁਤ ਜ਼ਿਆਦਾ ਜਿਹੜੇ ਘਰਾਂ ਚ ਅਸੀਂ ਪਲ ਕੇ ਵੱਡੇ ਹੋਏ ਆ ਜਿੱਥੇ ਮਹਿਬੂਬ ਸਾਹਿਬ ਪਲ ਕੇ ਵੱਡੇ ਹੋਏ ਆ ਉਹਨਾਂ ਘਰਾਂ ਚ ਕੋਈ ਹੀਟ ਨਹੀਂ ਸੀ ਹੁੰਦੀ ਸੋ ਐਕਸਟ੍ਰੀਮ ਜਿਹੜੀਆਂ ਵੈਦਰ ਕੰਡੀਸ਼ਨਸ ਆ ਐਕਸਟ੍ਰੀਮ ਕੋਲਡ ਐਕਸਟ੍ਰੀਮ ਹੌਟ ਜਿਹੜੇ ਬੰਦੇ ਉਹਨਾਂ ਦੇ ਵਿੱਚ ਢਲ ਕੇ ਜਿਹਨਾਂ ਦਾ ਸਰੀਰ ਬਣੇ ਆ ਉਹ ਸਰੀਰ ਬਹੁਤ ਜ਼ਿਆਦਾ ਜਾਨਦਾਰ ਤਕੜੇ ਹੁੰਦੇ ਆ ਤੇ ਉਹਨਾਂ ਨੂੰ ਵੇਖ ਕੇ ਪਤਾ ਲੱਗਦਾ ਸੀ ਵੀ ਉਹਨਾਂ ਦੇ ਹੱਥ ਹੱਡ ਪੈਰ ਬੜਾ ਬड़ा ਮਤਲਬ ਉਹਨਾਂ ਦਾ ਜਿਵੇਂ ਜਾੰਦਾਰ ਚੌੜੇ ਮੋਢੇ ਚੌੜਾ ਜੁੱਸਾ ਸੀ ਉਹਨਾਂ ਦਾ ਤੇ ਬਹੁਤ ਜ਼ਿਆਦਾ ਇੰਟੈਂਸ ਤੇ ਜ਼ੋਰਦਾਰ એનર્ਜੀ ਸੀ ਜਿਹੜੀ એનર્ਜੀ ਆ ਉਹ ਕੱਲੇ ਤਕੜੇ ਸਰੀਰ ਨਾਲ ਨਹੀਂ ਆਉਂਦੀ ਉਹ ਜਿਹੜੇ ਆਤਮਕ ਰੰਗ ਦੇ ਵਿੱਚ ਬੰਦਾ ਰਹਿੰਦਾ ਹੈ ਅੰਦਰਲੀ ਇਨਸਪੀਰੇਸ਼ਨ ਆ ਉਹ ਬੰਦੇ ਦੀ ਕਿੰਨੀ ਹੈ ਜਿਵੇਂ ਹੁਣ ਆਪਾਂ ਗੱਲ ਕਰਾਂਗੇ ਡਿਟੇਲ ਚ ਅੱਜ ਨਾਇਰਲਿਜ਼ਮ ਬਾਰੇ ਹੈ ਨਾਇਰਲਿਜ਼ਮ ਦੀ ਵਾਇਲੈਂਸ ਨੂੰ ਮਹਿਬੂਬ ਸਾਹਿਬ ਕਨਫਰੰਟ ਕਰ ਰਹੇ ਆ ਕਿ ਨਾਇਲਿਜ਼ਮ ਦੀ ਵਾਇਲੈਂਸ ਤਾਂ ਇੰਨੀ ਹਾਰਿਬਲ ਆ ਕਿ ਉਹ ਬੰਦੇ ਨੂੰ ਡਿਪਰੈਸ਼ਨ ਚ ਪਾ ਸਕਦੀ ਹੈ ਉਹ ਬੰਦੇ ਨੂੰ ਤੋੜ ਸਕਦੀ ਹੈ ਸੋ ਨਾਇਲਿਜ਼ਮ ਤਾਂ ਜਾਂ ਬੰਦੇ ਨੂੰ ਭੰਨਦਾ ਜਾਂ ਫਿਰ ਨਾਇਲਿਜ਼ਮ ਨੂੰ ਬੰਦਾ ਜਿਹੜਾ ਉਹ ਬਾਈਪਾਸ ਕਰੂਗਾ ਉਹਨੂੰ ਅਵੋਇਡ ਕਰੂਗਾ ਜਿਹੜਾ ਬੰਦਾ ਹੈਡ ਆਨ ਸਿੱਧਾ ਹੋ ਕੇ ਨਾਇਲਿਜ਼ਮ ਨੂੰ ਕਨਫਰੋਂਟ ਕਰ ਰਿਹਾ ਹੈ ਤੇ ਉਹ ساری ਜ਼ਿੰਦਗੀ ਅਰਦਾਤ ਤੇ ਲਿਖਦਾ ਤੇ ਰਾਈਟਿੰਗ ਉਹ ਪ੍ਰੋਡਿਊਸ ਕਰਦਾ ਜਿਹੜੀ ਜਿੱਚ ਕੁਛ ਵੀ ਹਲਕਾ ਨਹੀਂ ਇਹ ਪਰਸਨੈਲਿਟੀ ਸੀ ਉਹਨਾਂ ਦੀ 1937 ਚ ਉਹਨਾਂ ਦਾ ਜਨਮ ਹੋਇਆ ਪਾਕਿਸਤਾਨ ਦੇ ਚੱਕ 233 ਵਿੱਚ ਨਨਕਾਣਾ ਸਾਹਿਬ ਤੋਂ 10 ਮੀਲ ਤੇ ਛੋਟੇ ਹੁੰਦੇ ਉਹਨਾਂ ਨਨਕਾਣਾ ਸਾਹਿਬ ਵੀ ਜਾਂਦੇ ਸੀ ਰੇਲਵੇ ਸਟੇਸ਼ਨ ਸੀ ਇਹਨਾਂ ਦੇ ਪਿੰਡ ਕੋਲੇ ਟ੍ਰੇਨ ਤੇ ਜਾਂਦੇ ਸੀ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ ਬਾਅਦ ਚ ਵੀ ਉਹ ਜਾ ਕੇ ਆਏ ਬਾਅਦ ਚ ਜਿਹੜੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੇ ਸਰੋਵਰ ਸੁੱਕੇ ਹੋਏ ਵੇਖੇ ਉਹਨਾਂ ਨੇ ਉਹ ਫਿਰ ਸੁੱਕੇ ਸਰੋਵਰਾਂ ਬਾਰੇ ਉਹਨਾਂ ਨੇ ਲਿਖਿਆ ਉਹ ਸੁੱਕੇ ਸਰਾਂ ਦਾ ਦਰਦ ਆ ਜਿਹੜਾ ਉਹ ਚਨਾਵ ਦੀ ਰਾਤ ਦੀਆਂ ਕਵਤਾਵਾਂ ਚਾਹੁੰਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ 47 ਦੇ ਵਿੱਚ ਉਹ ਉੱਥੋਂ ਆਏ ਪ੍ਰੋਫੈਸਰ ਗੁਰਤਾਰਨ ਸਿੰਘ ਜਿਨ੍ਹਾਂ ਨੂੰ ਸੱਜਰੇ ਚੋ ਖਾਲਸਾ ਡੈਡੀਕੇਟ ਕੀਤੀ ਹੈ ਮਹਿਬੂਬ ਸਾਹਿਬ ਨੇ ਉ ਉਥੇ ਵੀ ਇਹਨਾਂ ਦੇ ਪਿੰਡ ਦੇ ਸੀ ਤੇ ਮਾਈਗ੍ਰੇਸ਼ਨ ਵੇਲੇ ਵੀ ਡਿਸਪਲੇਸਮੈਂਟ ਵੇਲੇ ਉਹ ਮਹਿਬੂਬ ਸਾਹਿਬ ਦੇ ਨਾਲ ਆਏ ਇੱਥੇ ਆ ਕੇ ਵੀ ਇੱਕੋ ਪਿੰਡ ਦੇ ਵਿੱਚ ਵਸੇ ਝੁੰਦਾ ਪਿੰਡ ਸੰਗਰੂਰ ਜ਼ਿਲ੍ਹੇ ਚ ਅਮਰਗੜ ਕਸਬੇ ਦੇ ਨਾਲ ਆ ਛੋਟਾ ਜਿਹਾ ਪਿੰਡ ਪ੍ਰੋਫੈਸਰ ਗੁਰਤਾਰਨ ਸਿੰਘ ਨੇ ਤੇ ਇਹਨਾਂ ਨੇ ਉਮਰ ਆਪਣਾ ਬਹੁਤ ਸਾਥ ਚੰਗਾ ਨਿਭਾਇਆ ਇਹਨਾਂ ਨੇ ਕੱਟਿਆਂ ਨੇ ਮੱਝਾਂ ਵੀ ਚਾਰੀਆਂ ਖੇਤੀ ਦਾ ਕੰਮ ਕੀਤਾ ਤੇ ਉਹਨਾਂ ਨਾਲ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਿਆਂ ਪ੍ਰੋਫੈਸਰ ਗੁਰਤਾਰਨ ਸਿੰਘ ਨੂੰ ਮਿਲਦਾ ਰਿਆਂ ਤੇ ਉਹਨਾਂ ਨਾਲ ਮਹਿਬੂਬ ਸਾਹਿਬ ਬਾਰੇ ਤੇ ਉਹਨਾਂ ਦੇ ਬਾਕੀ ਐਕਸਪੀਰੀਐਂਸੇਸ ਬਾਰੇ ਗੱਲਾਂ ਹੁੰਦੀਆਂ ਸੀ ਜਿਹੜਾ ਉਹਨਾਂ ਦਾ ਸਫ਼ਰ ਸੀ ਉਹਦੇ ਬਾਰੇ ਮੈਨੂੰ ਪ੍ਰੋਫੈਸਰ ਗੁਰਤਾਰਨ ਸਿੰਘ ਨੇ ਦੱਸਿਆ ਕਿ 70 ਪਿੰਡਾਂ ਦਾ ਕਾਫਲਾ ਬਹੁਤ ਛੋਟੀ ਡਿਸਟੈਂਸ ਸੀ ਜਿਵੇਂ 100 150 ਕਿਲੋਮੀਟਰ 100 ਮੀਲ ਤੇ 2 ਢਾਈ ਮਹੀਨੇ ਲੱਗੇ ਉਹਨਾਂ ਨੂੰ ਆਪਣੇ ਪਿੰਡ ਤੋਂ ਜਿਹੜਾ ਮਤਲਬ ਬਾਰਡਰ ਤੱਕ ਆਉਣ ਤੇ ਜਿੱਥੋਂ ਮਹਾਰਾਜੇ ਪਟਿਆਲੇ ਦੀ ਆਰਮੀ ਜਿਹੜੀ ਹੈ ਉਹ ਉਹਨਾਂ ਨੂੰ ਸਿਕਿਉਰ ਕਰਕੇ ਅੱਗੇ ਲੈ ਕੇ ਆਈ ਰਾਤ ਉਹਨਾਂ ਦੇ ਥਾਂ-ਥਾਂ ਤੇ ਉਹਨਾਂ ਤੇ ਹਮਲੇ ਹੁੰਦੇ ਰਹੇ ਸਾਰੇ ਕਾਫਲੇ ਤੇ ਰਾਜ ਉਹਨਾਂ ਹਮਲਿਆਂ ਦਾ ਮੁਕਾਬਲਾ ਕਰਦੇ ਰਹੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਫੌਜੀ ਅਫਸਰਾਂ ਬਾਰੇ ਦੱਸਿਆ ਮੇਰੇ ਫੌਜੀ ਅਫਸਰ ਸੀ ਸਿੱਖਾਂ ਦੇ ਵਿੱਚ ਰਿਟਾਇਰਡ ਫੌਜੀ ਅਫਸਰ ਉਹਨਾਂ ਨੇ ਘੋੜੇ ਫੜੇ ਸਿੰਘਾਂ ਤੋਂ ਤੇ ਘੋੜੇ ਦੇ ਉੱਤੇ ਚੜ ਕੇ ਸਾਰੇ ਕਾਫਲੇ ਦੇ ਉੱਤੋਂ ਕਾਫਲਾ ਜਾ ਰਿਹਾ ਖੱਬੇ ਪਾਸੇ ਕਮਾਦ ਆ ਤੇ ਕਮਾਦ ਦੇ ਵਿੱਚੋਂ ਫਾਇਰਿੰਗ ਸ਼ੁਰੂ ਹੋ ਗਈ ਤੇ ਲੋਕ ਭੱਜਲੇ ਤੇ ਆਰਮੀ ਅਫੀਸਰ ਨੇ ਘੋੜੇ ਤੇ ਬਹਿ ਕੇ ਸਾਰੇ ਕਾਫਲੇ ਦੇ ਉੱਤੋਂ ਘੇੜਾ ਦਿੱਤਾ ਤੇ ਉਹਨਾਂ ਨੂੰ ਕਿਹਾ ਭੱਜੋ ਨਾ ਜਿ ਭੱਜੇ ਸਾਰੇ ਮਾਰੇ ਜਾਵਾਂਗੇ ਖੜ ਕੇ ਮੁਕਾਬਲਾ ਕਰੋ ਫਿਰ ਉਹ ਆਰਮੀ ਆਫਿਸਰਸ ਨੇ ਮਤਲਬ ਲੋਕਾਂ ਨੂੰ ਆਰਗੇਨਾਈਜ਼ ਕੀਤਾ ਲੜਦੇ ਇੰਨਾ ਛੋਟਾ ਸਫ਼ਰ 2 ਮਹੀਨੇ ਦੇ ਵਿੱਚ ਪੂਰਾ ਕੀਤਾ 2 ਮਹੀਨੇ ਲੱਗੇ ਮਤਲਬ ਵਾਇਲੈਂਸ ਕਿੰਨੀ ਭੈੜੀ ਸੀ ਕਿੰਨੇ ਮਤਲਬ ਜਿਹੜੀ ਧਰਤੀ ਤੇ ਹੋ ਰਹੇ ਜੰਮੇ ਪੜੇ ਖੇਡੇ ਉਥੇ ਕਿਸ ਪੱਦਰ ਦੀ ਬੇਗਾਨਗੀ ਪੈਦਾ ਹੋ ਗਈ ਸੀ ਜੇ ਬਹੁਤ ਵੱਡੀ ਗਿਣਤੀ ਚ ਬਹੁਤ ਪਿੰਡਾਂ ਦੇ ਲੋਕ ਚੜ ਕੇ ਨਾ ਆਏ ਹੁੰਦੇ ਫੇਰ ਤਾਂ ਮਤਲਬ ਇਹ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋ ਨਹੀਂ ਸਕਦਾ ਇੱਕ ਵਾਰੀ ਮੈਂ ਪ੍ਰੋਫੈਸਰ ਗੁਰਤਾਰਨ ਸਿੰਘ ਕਿਤੇ ਗਏ ਤੇ ਉਥੇ ਕੋਈ ਪੰਥਕ ਕੱਟ ਸੀ ਉੱਥੇ ਨੌਜਵਾਨ ਜਕਾਰੇ ਛੱਡ ਰਹੇ ਸੀ ਤੇ ਉਹਨਾਂ ਦੀ ਆਵਾਜ਼ ਜਿਹੜੀ ਸੀ ਉਹ ਇੰਨੀ ਜਾਨਦਾਰ ਨਹੀਂ ਸੀ ਤੇ ਉਹ ਮੈਨੂੰ ਕਹਿੰਦੇ ਵੀ ਆਹ ਵੇਖ ਮੁੰਡੇ ਜਕਾਰੇ ਛੱਡਦੇ ਵੇਖ ਕਹਿੰਦੇ ਅਸੀਂ ਹੋਰ 47 ਚ ਆਏ ਆ ਨਾ ਜਕਾਰੇ ਜਿਹੜੇ ਛੱਡਦੇ ਸੀ ਨਾ ਜਕਾਰੇ ਅਸਮਾਨ ਦੀ ਹਿੱਕ ਪਾੜਦੇ ਸੀ ਇਹਨੇ ਇਨਸ ਜਾਨ ਹੀ ਕੋਈ ਨਹੀਂ ਇਹ ਕੀ ਕਰ ਰਿਹਾ ਹੈ ਇਹ ਮਤਲਬ ਫਿਰ ਜਕਾਰੇ ਬਾਰੇ ਗੱਲਾਂ ਕਰਨ ਲੱਗੇ ਜਕਾਰਾ ਵੀ ਕਿਸੇ ਗੱਲ ਚੋਂ ਨਿਕਲਦਾ ਕਿਸੇ ਥਾਂ ਚੋਂ ਉਹ ਗੱਲ ਨਹੀਂ ਰਹੀ ਕੌਮ ਚ ਕੌਮ ਚੋਂ ਗੱਲ ਨਹੀਂ ਰਹੀ ਐਨਾਈਲਿਜ਼ਮ ਐਸੀ ਦੀ ਗੱਲ ਮਹਿਬੂਬ ਸਾਹਿਬ ਕਰ ਰਹੇ ਆ ਕਿਵੇਂ ਕਰ ਰਹੇ ਆ ਕੀ ਕਰ ਰਹੇ ਆ ਆਪਾਂ ਕਿਤਾਬਾਂ ਪੜ ਲਈਆਂ ਉਹਨਾਂ ਦੀ ਆਪਾਂ ਥੋੜੀ ਜੀ ਇੰਟਰੋਡਕਸ਼ਨ ਕਰਕੇ ਨਾ ਆਪਾਂ ਉਹਨਾਂ ਦੀਆਂ ਕਵਤਾਂਵਾਂ ਪੜਨੀਆਂ ਮੈਂ ਕੁਝ ਕੱਢ ਕੇ ਵੀ ਰੱਖੀਆਂ ਕੁਝ ਮੈਨੂੰ ਜ਼ੁਬਾਨੀ ਵੀ ਯਾਦ ਆ ਦੇ ਜਿਵੇਂ ਜਿਵੇਂ ਆਪਣੀ ਗੱਲ ਦੇ ਕੰਟੈਕਸਟ ਦੇ ਵਿੱਚ ਆਉਣ ਲੱਗੀਆਂ ਇਹ ਹੋ ਗਿਆ ਸਿੰਪਲ ਐਕਸਪੀਰੀਅੰਸ ਆਏ ਮਹਿਬੂਬ ਸਾਹਿਬ ਉਹ ਤੋਂ ਪੜ੍ਹਾਈ ਕੀਤੀ ਟੀਚਿੰਗ ਕੰਡੈਨਸ਼ਨਲਸ ਲਏ ਸਕੂਲ 'ਚ ਪੜਾਉਣ ਲੱਗੇ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਲਈ ਉਸ ਤੋਂ ਬਾਅਦ ਪੰਜਾਬੀ ਤੋਂ ਬਾਅਦ ਇੰਗਲਿਸ਼ ਦੀ ਐਮਏ ਕੀਤੀ ਉਸ ਤੋਂ ਬਾਅਦ ਇੰਗਲਿਸ਼ ਦੇ ਪ੍ਰੋਫੈਸਰ ਬਣੇ ਤੇ ਫਿਰ ਉਹਨਾਂ ਨੇ ਜਿਹੜਾ ਮਤਲਬ ਲਿਖੀ ਗਏ ساری ਉਮਰ 1990 ਚ 1956 ਦੀ ਉਹਨਾਂ ਦੀ ਸਭ ਤੋਂ ਪਹਿਲੀ ਕਵਤਾ ਜਿਹੜੀ ਲਿਖੀ ਹੋਈ ਹੈ ਉਹ ਮਿਲਦੀ ਆ ਬਨਵਾਸ ਕਵਤਾ ਇਹਦੇ ਵਿੱਚ ਉਹ ਜਿਹੜਾ ਵੰਡ ਦਾ ਪਾਰਟੀਸ਼ਨ ਦਾ ਡਿਸਪਲੇਸਮੈਂਟ ਦਾ ਐਕਸਪੀਰੀਅੰਸ ਆ ਉਹਦੇ ਬਾਰੇ ਆ ਤੇ ਬਹੁਤ ਜ਼ਿਆਦਾ ਕਮਾਲ ਦੀ ਕਵਤਾ 1956 ਦੇ ਵਿੱਚ ਮਹਿਬੂਬ ਸਾਹਿਬ ਦੀ ਉਮਰ 19 ਸਾਲ ਦੀ ਸੀ 19 ਸਾਲ ਦੇ ਨੌਜਵਾਨ ਵਾਸਤੇ ਬਨਵਾਸ ਕਵਤਾ ਦੇ ਪੱਧਰ ਦੀ ਕਵਤਾ ਲਿਖਣੀ ਕੋਈ ਨੋਰਮਲ ਕ੍ਰੀਏਟਿਵ ਪ੍ਰੋਸੈਸ ਨਹੀਂਗਾ ਕਰਾਮਾਤ ਕਰਾਮਾਤ ਮੈਂ ਛੋਟੀ ਜੀ ਕਵਤਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਤੇ ਉਹਦੇ ਬਾਰੇ ਮੈਂ ਮਹਿਬੂਬ ਸਾਹਿਬ ਨਾਲ ਗੱਲ ਵੀ ਕੀਤੀ ਸੀ ਤੇ ਉਹ ਉਹ ਮਤਲਬ ਜਿਹੜੀ ਉਹਨਾਂ ਨੇ ਦੱਸਿਆ ਉਹ ਕਵਤਾ ਬਾਰੇ ਮੈਨੂੰ ਉਹ ਵੀ ਮੈਂ ਤੁਹਾਡੇ ਨਾਲ ਜਿਹੜੇ ਅਨੁਭਵ ਆ ਉਹ ਸਾਂਝੇ ਕਰੂੰਗਾ ਸੋ ਉਹ ਟੀਚਰ ਲਗੇ 1930s ਦੇ ਵਿੱਚ ਐਕਚੁਅਲੀ ਸੈਕੰਡ ਡੈਕੇਡ 20th ਸੈਂਚਰੀ ਦਾ ਉਹਦੇ ਸ਼ੁਰੂ ਚ ਗਦਰ ਮੂਵਮੈਂਟ ਸ਼ੁਰੂ ਹੋਈ ਗਦਰੀ ਬਾਬੇ ਜਿਹੜੇ ਸੀ ਪਹਿਲੀ ਜਨਰੇਸ਼ਨ ਬਾਬਾ ਵਿਸਾਖਾ ਸਿੰਘ ਬਾਬਾ ਜਵਾਲਾ ਸਿੰਘ ਠੱਟੀਆਂ ਤੇ ਹੋਰ ਉਹ ਸਾਰੇ ਪੱਕੇ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਸੀ ਤੇ ਉਹ ਸਾਰੇ ਪਹਿਲਾਂ ਇਥੋਂ ਸੈਫਿਕ ਬੋਸ ਤੋਂ ਪੰਜਾਬ ਚਲੇ ਗਏ ਗਦਰ ਸ਼ੁਰੂ ਕਰਨ ਲਈ ਜਿਹੜੀ ਸੈਕੰਡ ਜਨਰੇਸ਼ਨ ਸੀ ਭਾਈ ਰਤਨ ਸਿੰਘ ਭਾਈ ਸੰਤੋਖ ਸਿੰਘ ਉਹਨਾਂ ਦਾ 1917 ਦੇ ਅਰਾਊਂਡ ਜਿਹੜਾ ਮਾਰਕਸਿਜ਼ਮ ਨਾਲ ਵਾਪਿਆ ਤੇ ਰਤਨ ਸਿੰਘ ਹੋਣੀ ਮੇਰੇ ਖਿਆਲ ਜਾ ਕੇ ਰੈਵੋਲੂਸ਼ਨ ਤੋਂ ਬਾਅਦ ਸੋਵੀਅਤ ਯੂਨੀਅਨ ਜਾ ਕੇ ਲੈਨਨ ਨੂੰ ਵੀ ਮਿਲੇ ਹੋਰ ਗਦਰੀ ਬਾਬੇ ਵੀ ਲੈਨਨ ਬੇ ਮਾਸਕੋ ਮਾਸਕੋ ਤੋਂ ਬਾਬਾ ਹਰਜਾਪ ਸਿੰਘ ਦੀ ਡਾਇਰੀ ਮਿਲਦੀ ਹੈ ਉਹਨਾਂ ਨੇ ਪੰਜਾਬ ਜਾਣਾ ਸੀ ਪੰਜਾਬ ਜਾਣ ਲਈ ਕੋਈ ਵੀ ਸਾਧਨ ਨਹੀਂ ਸੀ ਤੇ ਬਾਬਿਆਂ ਨੇ ਫੈਸਲਾ ਕੀਤਾ ਵੀ ਉਹ ਕਹਿੰਦੇ ਕਿਵੇਂ ਜਾਗੇ ਪੰਜਾਬ ਸਿਰੇ ਤੁਰ ਕੇ ਚੱਲਦੇ ਆਂ ਤੇ ਉਹ ਮਾਸਕੋ ਤੋਂ ਪੰਜਾਬ ਨੂੰ ਤੁਰ ਪਏ ਤੇ ਉਹ ਪੈਦਲ ਉਹ ਪਹੁੰਚੇ ਅਫਗਾਨਿਸਤਾਨ ਤੱਕ ਅਫਗਾਨਿਸਤਾਨ ਦੇ ਵਿੱਚੋਂ ਉਹਨਾਂ ਨੂੰ ਕੋਈ ਜੜੀਆਂ ਬੱਸਾਂ ਜਾਂ ਵੈਨਸ ਵਗੈਰਾ ਉਮਲੀਆਂ ਤਾਂਗੇ ਮਿਲੇ ਬੱਸਾਂ ਮਿਲੀਆਂ ਉੱਥੋਂ ਉਹਨਾਂ ਨੇ ਸਵਾਰੀ ਲਈ ਪਰ ਮਾਸਕੋ ਤੋਂ ਅਫਗਾਨਿਸਤਾਨ ਤੱਕ ਉਹ ਤੁਰ ਕੇ ਗਏ ਪਰ ਗਦਰੀ ਬਾਬਿਆਂ ਦੇ ਜਿਹੜੇ ਸੈਕੰਡ ਜਨਰੇਸ਼ਨ ਸੀ ਉਹ ਮਾਰਕਸਿਮ ਤੋਂ ਪ੍ਰਭਾਵਿਤ ਹੋਈ 1920s ਦੇ ਵਿੱਚ ਪੰਜਾਬ ਦੇ ਵਿੱਚ ਮਾਰਕਸਿਮ ਇਨਟਰੋਡਿਊਸ ਹੋਇਆ ਭਾਈ ਸੰਤੋਖ ਸਿੰਘ ਅਨੁਭਾਰੀ ਸਿੱਖ ਸੀ ਉਹਨਾਂ ਨੂੰ ਲੱਗਿਆ ਜਿਹੜਾ ਮਾਰਕਸਿਸਟ ਸਿਧਾਂਤ ਹੈ ਉਹ ਗਰੀਬਾਂ ਦੀ ਦੇ ਹੱਕਾਂ ਦੀ ਗੱਲ ਕਰਦਾ ਇਸ ਲਈ ਉਹ ਸਿੱਖੀ ਨਾਲ ਮਿਲਦਾ ਜੁਲਦਾ ਉਹਨਾਂ ਨੇ ਸਿਰ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਨੀ ਰੱਖੀ ਪੰਜਾਬ ਦੇ ਵਿੱਚ 1935 ਦੇ ਵਿੱਚ ਜਿਹੜੀ ਇੰਟਰਨੈਸ਼ਨਲ ਪ੍ਰੋਗਰੈਸਿਵ ਮੂਵਮੈਂਟ ਆ ਉਹ ਸਟੈਬਲਿਸ਼ ਹੋਈ 1936 ਦੇ ਵਿੱਚ ਜਿਹੜੀ ਉਹ ਮੂਵਮੈਂਟ ਆ ਉਹ ਪੰਜਾਬ ਚ ਆ ਗਈ ਉਸ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਪ੍ਰਿੰਸੀਪਲ ਸਮਨ ਸਿੰਘ ਸੇਖੋਂ ਇਹ ਪ੍ਰੋਗਰੈਸਿਵ ਮੂਵਮੈਂਟ ਦੇ ਮੇਨ ਰਾਈਟਰ ਸੀ ਪ੍ਰੋਫੈਸਰ ਮੋਹਨ ਸਿੰਘ ਮੇਨਲੀ ਪੋएट ਸੀ ਪਰ ਸੇਖੋ ਸਾਹਿਬ ਪੋएट ਵੀ ਸੀ ਸ਼ਾਰਟ ਸਟੋਰੀ ਰਾਈਟਰ ਵੀ ਸੀ ਪਲੇ ਰਾਈਟ ਵੀ ਸੀ ਤੇ ਸਭ ਤੋਂ ਪ੍ਰੋਮਿਨੈਂਟ ਜਿਹੜੇ ਪੰਜਾਬੀ ਦੇ ਕ੍ਰਿਟਿਕ ਵੀ ਉਸ ਵੇਲੇ ਵੀ ਹੁਣ ਤੱਕ ਵੀ ਇਹਨਾਂ ਦੀ ਕਿਤਾਬ ਸਹਿਤ ਆਰਥ ਹੈ ਉਹਦੀ ਹੁਣ ਵੀ ਉਹਦਾ ਮਹੱਤਵ ਹੈ ਜਿਹੜੀ ਮਾਰਕਸਿਸਟਾਂ ਦੀ ਜਨਰੇਸ਼ਨ ਸੀ ਇਨਾਂ ਨੇ ਮਾਰਕਸਿਸਟ ਆਪਣਾ ਮਾਰਕਸਿਜ਼ਮ ਅਪਣਾ ਲਿਆ ਪਰ ਇਨਾਂ ਨੇ ਮਾਰਕਸਿਜ਼ਮ ਨਾਲ ਕ੍ਰਿਟੀਕਲ ਇੰਗੇਜਮੈਂਟ ਨਹੀਂ ਕੀਤੀ ਇਨਾਂ ਦੀ ਫਿਲਾਸਫੀ ਚ ਗਰਾਉਂਡਿੰਗ ਇਸ ਤਰ੍ਹਾਂ ਦੀ ਹੈ ਨਹੀਂ ਸੀ ਕਿ ਇਹ ਮਾਰਕਸਿਜ਼ਮ ਨਾਲ ਕ੍ਰਿਟੀਕਲੀ ਇੰਗੇਜ ਕਰਦੇ ਇਨਾਂ ਨੇ ਤਾਂ ਇੱਕ ਨੌਜਵਾਨੀ ਵਾਲੇ ਜੋਸ਼ ਦੇ ਵਿੱਚ ਜਿਹੜੇ ਰੈਵੋਲੂਸ਼ਨਰੀ ਆਈਡੀਅਲਜ਼ ਇਹਨਾਂ ਨੂੰ ਚੰਗੇ ਲੱਗੇ ਇਹਨਾਂ ਨੇ ਅਪਣਾ ਲਏ ਸੋ ਮਹਿਬੂਬ ਸਾਹਿਬ 19 50s ਦੇ ਵਿੱਚ ਲਿਖਣਾ ਸ਼ੁਰੂ ਕਰਦੇ ਆ ਲੇਟ 50s ਤੱਕ ਪੰਜਾਬ ਦੇ ਵਿੱਚ ਜਿਹੜੀ ਮਾਰਕਸਿਸਟ ਮੂਵਮੈਂਟ ਹੈ ਪ੍ਰੋਗਰੈਸਿਵ ਮੂਵਮੈਂਟ ਜਿਹੜੀ ਸੀ ਜਿਹੜੀ ਮਾਰਕਸਿਮ ਵਿੱਚ ਗਰਾਉਂਡਡਡ ਸੀ ਉਹ ਲਿਟਰੇਚਰ ਨੂੰ ਪੂਰੀ ਤਰ੍ਹਾਂ ਡਿਫਾਈਨ ਕਰ ਰਹੀ ਸੀ ਤੇ ਜਿਹੜਾ ਪੋਲੀਟੀਕਲ ਐਟਮੋਸਫੀਅਰ ਆ ਉੱਚ ਵੀ ਉਦਾਸਰ ਸੀ ਰਾਹੁਲ ਸੰਕਰਤਾਇਨ ਇੰਡੀਆ ਦੇ ਵੱਡੇ ਮਾਰਕਸਿਸ ਥਿੰਕਰ ਸੀ ਵੈਸੇ ਵੀ ਵੱਡੇ ਸਕਾਲਰ ਸੀ ਲੈਂਗੁਏਜਸ ਤੇ ਚੰਗੀ ਕਮਾਂਡ ਸੀ ਤੰਤਰ ਵਗੈਰਾ ਬਾਰੇ ਹੋਰ ਚੀਜ਼ਾਂ ਤੇ ਇੰਡੀਅਨ ਫਲਸਫੀ 'ਚ ਚੰਗੀ ਕਮਾਂਡ ਰੱਖਣ ਵਾਲੇ ਵੱਡੇ ਸਕਾਲਰ ਸੀ ਮਹਿਬੂਬ ਸਾਹਿਬ ਨੇ 59 ਦੇ ਵਿੱਚ ਰਾਹੁਲ ਸੰਕਰ ਤਾਇਨ ਦੀਆਂ ਕਿਤਾਬਾਂ ਪੜ੍ਹੀਆਂ ਤੇ ਰਾਹੁਲ ਸੰਕਰ ਤਾਇਨ ਦੇ ਵਿੱਚੋਂ ਉਹਨਾਂ ਦੀ ਮਾਰਕਸਿਜ਼ਮ ਨਾਲ ਇੰਟਰੋਡਕਸ਼ਨ ਹੋਈ ਉਸ ਤੋਂ ਬਾਅਦ ਉਹਨਾਂ ਤੇ ਮਾਰਕਸਿਜ਼ਮ ਦਾ ਅਸਰ ਹੋਇਆ ਉਹਨਾਂ ਨੇ ਸੌਕ ਕਵਿਤਾਵਾਂ ਜਿਹੜੀਆਂ ਉਸ ਪ੍ਰਭਾਵ ਦੇ ਤਹਿਤ ਰੱਖੀਆਂ ਪਰ ਉਹ ਸਾਰੀਆਂ ਕਵਤਾਵਾਂ ਉਹਨਾਂ ਨੇ ਕੋਈ ਵੀ ਉਹਨਾਂ ਚੋਂ ਜਿਹੜੀ ਚਨਾਉ ਦੀ ਰਾਤ ਸ਼ਾਮਲ ਨਹੀਂ ਕੀਤੀ ਚਨਾਉ ਦੀ ਰਾਤ ਚ ਉਹਨਾਂ ਨੇ ਲਿਖਿਆ ਇੰਟਰੋਡਕਸ਼ਨ ਦੇ ਵਿੱਚ ਕਿ ਮੈਂ ਲਿਖੀਆਂ ਸੀ ਬਹੁਤ ਸਾਰੀਆਂ ਕਵਤਾਵਾਂ ਪਰ ਉਹ ਸਮੇਂ ਨਾਲ ਮੈਨੂੰ ਲੱਗਿਆ ਵੀ ਜਿਹੜੀ ਜਿਹੜਾ ਡਾਇਲੈਕਟਿਸਿਜ਼ਮ ਉਹ ਕ੍ਰੀਏਟਿਵ ਪ੍ਰੋਸੈਸ ਨੂੰ ਮਾਰਦਾ ਹੈ ਜਿਹੜਾ ਡਾਇਲੈਕਟਿਕਲ ਥੌਟ ਪ੍ਰੋਸੈਸ ਹੈ ਉਹ ਕ੍ਰੀਏਟਿਵ ਪ੍ਰੋਸੈਸ ਦੇ ਨਾਲ ਬਹੁਤਾ ਕੰਸਿਸਟੈਂਟ ਨਹੀਂ ਸੋ ਮਹਿਬੂਬ ਸਾਹਿਬ ਨੇ ਆਈਡੀਆ ਦਿੱਤਾ ਅਪੌਂਚ ਵਿਸ਼ਵ ਦਾ ਅਪੌਂਚ ਵਿਸ਼ਵ ਦੀ ਇੰਗਲਿਸ਼ ਟ੍ਰਾਂਸਲੇਸ਼ਨ ਬਣਦੀ ਹੈ ਇਨ ਐਕਸੈਸੀਬਲ ਵਰਲਡ ਤੇ ਮੈਨੂੰ ਲੱਗਦਾ ਜਿਹੜੀ ਜ਼ਿਆਦਾ ਅਪ੍ਰੋਪਰੀਏਟ ਟ੍ਰਾਂਸਲੇਸ਼ਨ ਹੋਊਗੀ ਉਹ ਹੋਊਗੀ ਸਮਥਿੰਗ ਲਾਈਕ ਇਨਐਕਸੈਸੀਬਲ ਰੈਲਮ ਸੋ ਅਪਹੌਂਚ ਵਿਸ਼ਵ ਇੱਕ ਇਨਐਕਸੈਸੀਬਲ ਰੈਲਮ ਜਿਹੜਾ ਉਹਦੇ ਨਾਲ ਕਵੀ ਇੱਕਸਰ ਰਹਿੰਦਾ ਤੇ ਉਹ ਕਵੀ ਦੀ ਕਵਿਤਾ ਦੇ ਵਿੱਚ ਆਉਂਦਾ ਇਹ ਜਿਹੜਾ ਇਨਐਕਸੈਸੀਬਲ ਰੈਲਮ ਇਹ ਕੋਈ ਮੈਟਾਫਿਜ਼ੀਕਲ ਸੈਂਟਰ ਨਹੀਂਗਾ ਇਹ ਮੋਰ ਲਾਈਕ ਡੀਕਨਸਟਰਕਟਿਵ ਪ੍ਰੋਸੈਸ ਹੈ ਜਿਹਦੀ ਕੋਈ ਇੱਕ ਸਿੰਗੂਲਰ ਡੈਫੀਨੇਸ਼ਨ ਨਹੀਂ ਜਿਹੜਾ ਇਨਐਕਸੈਸੀਬਲ ਰੈਲਮ ਦੇ ਵਿੱਚ ਬਹੁਤ ਕੌਸ਼ ਹੈ ਦੁਨੀਆ ਭਰ ਦੇ ਇਤਿਹਾਸ ਦੇ ਸੰਕਟ ਜਿਹੜੇ ਕ੍ਰਾਈਸਿਸ ਹੈ ਹਿਊਮਨ ਕਾਈਂਡ ਨੇ ਥਰੂਆਊਟ ਹਿਊਮਨ ਹਿਸਟਰੀ ਭੋਗੇ ਉਹ ਕ੍ਰਾਈਸਿਸ ਦੇ ਵਿੱਚੋਂ ਉਹ ਡਾਰਕਨੈਸ ਦੇ ਵਿੱਚੋਂ ਜਿਹੜੀ ਕੋਈ ਲਾਈਟ ਲੋਕਾਂ ਨੇ ਵੇਖੀ ਕਿਉਂਕਿ ਜਦੋਂ ਵਾਇਲੈਂਸ ਜਦੋਂ ਵਾਇਲੈਂਸ ਵੱਧਦੀ ਹੈ ਜਦੋਂ ਸਭ ਕੁਝ ਬਰਬਾਦ ਹੋ ਜਾਂਦਾ ਉਹ ਸਾਰਾ ਕੁਝ ਸ਼ੈਟਰ ਕਰ ਦਿੰਦੀ ਹੈ ਹਲਾੜ ਦਿੰਦੀ ਹੈ ਤੇ ਲੋਕ ਅੰਦਰੋਂ ਝੰਜੋੜੇ ਜਾਂਦੇ ਆ ਜਿਹੜੀ ਵਾਇਲੈਂਸ ਦੀ ਅਗਲੀਨੈਸ ਹੈ ਉਹ ਜਿਹੜੀ ਹਿਊਮਨ ਲਾਈਫ ਦਾ ਹੁਸਨ ਹੈ ਬਿਊਟੀ ਹੈ ਜਾਂ ਉਹਦੀ ਸਬਲਾਈਮエレਮੈਂਟਸ ਹੈ ਉਹਨਾਂ ਨੂੰ ਵੇਖਣ ਦੇ ਕਾਬਲ ਬਣਾਉਂਦੀ ਆ ਬੰਦਿਆਂ ਉਹਨਾਂ ਦੀ ਸਿਗਨੀਫਿਕੈਂਸ ਨੂੰ ਸਮਝਣ ਦੀ ਅਵਸਥਾ ਚ ਲੈ ਕੇ ਆਉਂਦੀ ਆ ਨਹੀਂ ਤਾਂ ਅਸੀਂ ਸਾਰਾ ਕੁਝ ਹੀ ਫਰਗਰੈਂਟਡ ਲੈਨੇ ਆ ਅਸੀਂ ਆਪਣੇ ਆਲੇ-ਦੋਲੇ ਵੇਖਦੇ ਹੀ ਨਹੀਂ ਨਾ ਅਸੀਂ ਦਰਖਤਾਂ ਵੱਲ ਵੇਖਦੇ ਆ ਨਾ ਅਸੀਂ ਅਸਮਾਨ ਵੱਲ ਵੇਖਦੇ ਆ ਨਾ ਅਸੀਂ ਬੱਚਿਆਂ ਵੱਲ ਵੇਖਦੇ ਆ ਨਾ ਅਸੀਂ ਮਰਦਾਂ ਵੱਲ ਵੇਖਦੇ ਆਂ ਔਰਤਾਂ ਵੱਲ ਕੁੜੀਆਂ ਅਸੀਂ ਕਿਸੇ ਹਰ ਚੀਜ਼ ਨੂੰ ਅਸੀਂ ਆਬਜੈਕਟਿਫਾਈ ਕਰਦੇ ਆਂ ਜਿਹੜੀ ਆਬਜੈਕਟਿਫਾਈ ਕਰਨ ਵਾਲੀ ਅੱਖ ਆ ਉਹ ਇਮਸੈਂਸਟਿਵ ਅੱਖ ਆ ਜਿਹੜੀ ਕ੍ਰੀਏਟਿਵ ਪ੍ਰੋਸੈਸ ਦੇ ਵਿੱਚ ਐਂਟਰ ਨਹੀਂ ਕੀਤੀ ਜਿਹੜੀ ਆਬਜੈਕਟਿਫਿਕੇਸ਼ਨ ਆ ਉਹ ਸੈਂਸ ਆਫ ਵੰਡਰ ਦੇ ਉਲਟਾ ਗੁਰਬਾਣੀ ਜਿਹੜੀ ਬੰਦੇ ਨੂੰ ਅੱਖ ਦਿੰਦੀ ਹੈ ਵਿਸਮਾਦੀ ਹੈ ਕੁਰਬਾਨੀ ਕਹਿੰਦੀ ਹੈ ਧਰਤੀ ਵਿਸਮਾਦੀ ਹੈ ਗੁਰਬਾਨੀਆਂ ਨੇ ਕਹਿੰਦੀ ਧਰਤੀ ਦਾ ਹੁਸਨ ਵਿਸਮਾਦੀ ਹੈ ਗੁਰਬਾਨੀਆਂ ਨੇ ਕਹਿੰਦੀ ਧਰਤੀ ਦੀ ਰੋਹਾਨੀਅਤ ਵਿਸਮਾਦੀ ਹੈ ਗੁਰਬਾਨੀ ਕਹਿੰਦੀ ਕ੍ਰिएशन ਇਨ ਜਨਰਲ ਵਿਸਮਾਦੀ ਹੈ ਵੰਡਰਸ ਹੈ ਵਿਸਮਾਦੀ ਵੰਡਰਸ ਵਿਸਮਾਦ ਉਜੜ ਵਿਸਮਾਦ ਆ ਰਾਤ ਉੱਪਰਕਣਾ ਟੂ ਗੋ ਅਸਟ੍ਰੇ ਵਿਬਸਮਾਤੀ ਹੈ ਤੇ ਰਾਤੇ ਹੋਣਾ ਵਿਬਸਮਾਤੀ ਹੈ ਸੋ 네ਗੇਟਿਵ ਪੋਜ਼ਿਟਿਵ ਕੁਛ ਨਹੀਂ ਗਏ ਬਾਈਂਡਰੀਜ਼ ਐਗਜ਼ਿਸਟ ਨਹੀਂ ਕਰਦੀਆਂ ਕ੍ਰिएशन ਇਨ ਜਨਰਲ ਵਿਬਸਮਾਤੀ ਹੈ ਸੋ ਜਿਹੜੀ ਅੱਖ ਹੈ ਵੇਖਣ ਵਾਲੀ ਅੱਖ ਮਹਿਬੂਬ ਸਾਹਿਬ ਪੰਜਾਬ ਦੀਆਂ ਕੁੜੀਆਂ ਨੂੰ ਕਿਵੇਂ ਵੇਖਦੇ ਸੀ ਉਸ ਵੇਲੇ ਮਹਿਬੂਬ ਸਾਹਿਬ ਜਵਾਨ ਸੀ ਜਿਸ ਵੇਲੇ ਦੀ ਮੈਂ ਗੱਲ ਕਰ ਰਿਹਾ 62 ਦੀਆਂ ਕਵਤਾਵਾਂ ਤੁਸੀਂ ਹਿਸਾਬ ਲਾ ਲਓ 30 32 35 ਸਾਲ ਦੇ ਉਮਰ ਸੀ ਉਹਨਾਂ ਦੀ ਤੇ ਜਿਹੜੀਆਂ ਉਹਨਾਂ ਨੇ ਪੰਜਾਬ ਦੀਆਂ ਕੁੜੀਆਂ ਬਾਰੇ ਕਵਤਾਵਾਂ ਲਿਖੀਆਂ ਇੱਕ ਨੌਜਵਾਨ ਬੰਦਾ ਉਹ ਕੁੜੀਆਂ ਨੂੰ ਕਿਵੇਂ ਵੇਖ ਰਿਹਾ ਉਹ ਕੁੜੀਆਂ ਦੇ ਵਿੱਚੋਂ ਕੀ ਵੇਖ ਰਿਹਾ ਉਹ ਕੁੜੀਆਂ ਦਾ ਜ਼ਿੰਦਗੀ ਦੇ ਨਾਲ ਜਿਹੜਾ ਜਨਰਲ ਨਾਪਾ ਉਹ ਕਿਵੇਂ ਵੇਖ ਰਿਹਾ ਮੇਰੇ ਤੋਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਵੀਡੀਓ ਔਨ ਕਰ ਲੋ ਨਾ ਮੇਰੇ ਲਈ ਸੌਖਾ ਹੋਊਗਾ ਵੀਡੀਓ ਆਫ ਤੇ ਔਨ ਦੇ ਵਿੱਚ ਫਰਕ ਪਤਾ ਕੀ ਹੈ ਜੇ ਵੀਡੀਓ ਔਨ ਹੈ ਤੇ ਮੈਂ ਜਿਹੜੇ ਸਾਹਮਣੇ ਹਿਊਮਨ ਬੀਇੰਗ ਬੈਠੇ ਆ ਉਹਨਾਂ ਨਾਲ ਗੱਲ ਕਰ ਰਿਹਾ ਜੇ ਨਹੀਂ ਔਨ ਤਾਂ ਮੇਰੇ ਲਈ ਆਇਆ ਜਿਵੇਂ ਮੈਂ ਕੰਧ ਦੇ ਸਾਹਮਣੇ ਬੈਠ ਕੇ ਗੱਲ ਕਰ ਰਿਹਾ ਤੇ ਕਾਂਦਰ ਦੇ ਸਾਹਮਣੇ ਬੈ ਕੇ ਗੱਲ ਕਰਨੀ ਔਖੀ ਆ ਕਾਂਦਰ ਦੇ ਸਾਹਮਣੇ ਬੈ ਕੇ ਗੱਲ ਕਰਨੀ ਇੰਨੀ ਜ਼ਿਆਦਾ ਇਨਸਪਾਇਰਿੰਗ ਨਹੀਂ ਹੋ ਸਕਦੀ ਸੋ ਬਹੁਤ ਮਿਹਰਬਾਨੀ ਹਾਂ ਆਪਾਂ ਗੱਲ ਕਰ ਰਹੇ ਸੀ ਮਹਿਬੂਬ ਸਾਹਿਬ ਮਾਰਕਸਿਮ ਤੋਂ ਪ੍ਰਭਾਵਿਤ ਹੋਏ ਪਰ ਮਹਿਬੂਬ ਸਾਹਿਬ ਦੇ ਅੰਦਰ ਜਿਹੜੀ ਜ਼ਿੰਦਗੀ ਨਾਲ ਉਹਨਾਂ ਨੇ ਮਾਰਕਸ ਪੜ੍ਹਿਆ ਮਹਿਬੂਬ ਸਾਹਿਬ ਪੰਜਾਬ ਦੇ ਥੋੜੇ ਜਿਹੇ ਬੰਦਿਆਂ ਚੋਂ ਸੀ ਜਿਨ੍ਹਾਂ ਨੇ ਮਾਰਕਸਿਮ ਐਕਚੁਅਲੀ ਪੜ੍ਹਿਆ ਉਸ ਤੋਂ ਬਾਅਦ ਉਹ ਹਿਗਲ ਵੱਲ ਨੂੰ ਗਏ ਉਹਨੇ ਹਿਗਲ ਪੜ੍ਹਿਆ ਤੇ ਹਿਗਲ ਦੇ ਉਹਨਾਂ ਦੀ ਕਮਾਂਡ ਜਿਹੜੀ ਸੀ ਉਹ ਇੰਨੀ ਜ਼ਿਆਦਾ ਵਧੀਆ ਸੀ ਵੀ ਮੈਂ ਘੱਟ ਮਸਾਲਾ ਜਾਣਦਾ ਉਹਨਾਂ ਦੀ ਉਹ ਉਹ ਆਪਾਂ ਜਦੋਂ ਸਾਡੀ ਚਖਾਲਸਾ ਬਾਰੇ ਗੱਲ ਕੀਤੀ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸੋ 1960s ਤੱਕ ਪੰਜਾਬ ਦੇ ਵਿੱਚ ਮਾਰਕਸਿਜ਼ਮ ਦਾ ਜ਼ੋਰ ਸੀ 60s ਦੇ ਵਿੱਚ 1962 ਦੇ ਵਿੱਚ ਅਮ ਅੰਡੋ ਚਾਇਨਾ ਵਾਰ ਹੋਈ ਚਾਇਨਾ ਨੇ ਹਮਲਾ ਕੀਤਾ ਜਿਹੜੀ ਕਮਿਊਨਿਸਟ ਪਾਰਟੀ ਆਫ ਇੰਡੀਆ ਸੀ ਉਹਦੇ ਲੀਡਰਸ਼ਿਪ ਨੇ ਫੈਸਲਾ ਕੀਤਾ ਵੀ ਅਸੀਂ ਇੰਡੀਆ ਦੇ ਆ ਅਸੀਂ ਇੰਡੀਆ ਨਾਲ ਖੜਨ ਕੁਝ ਲੀਡਰ ਕਹਿੰਦੇ ਤੁਸੀਂ ਇੰਡੀਆ ਦੇ ਆ ਤਾਂ ਕੀ ਹੈ ਜਿਹੜੇ ਇੰਡੀਆ ਕਿਹੜੇ ਆਈਡੀਅਲਸ ਸਟੈਬਲਿਸ਼ ਕਰਦਾ ਜਿਹਨਾਂ ਨੂੰ ਤੁਸੀਂ ਰਿਲੇਟ ਕਰ ਰਹੇ ਆ ਜਿਵੇਂ ਅਸੀਂ ਮਾਰਕਸਿਸਟ ਆ ਤੇ ਸਾਡਾ ਮਤਲਬ ਹੈ ਚਾਇਨਾ ਨਾਲ ਖੜਨ ਦਾ ਸੋ ਹੋਰ ਚੋਂ ਕੁਝ ਬੰਦੇ ਟੁੱਟੇ ਨਵੀਂ ਪਾਰਟੀ ਬਣੀ ਉਹਦਾ ਨਾਮ ਸੀ ਸੀਪੀਐਮ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਫਿਰ ਕੁਝ ਲੋਕਾਂ ਨੇ ਰੀਅਲਾਈਜ਼ ਕੀਤਾ ਵੀ ਇਹ ਤਾਂ ਪਹਿਲਿਆਂ ਵਰਗੇ ਹੀ ਬਣ ਗਏ ਇਹਨਾਂ ਦਾ ਮਾਰਕਸਿਸਟ ਜਾਂ ਰੈਵੋਲੂশনারੀ ਆਈਡੀਅਲਸ ਉਹਨਾਂ ਨਾਲ ਸੰਬੰਧ ਹੀ ਕੋਈ ਨਹੀਂ ਫਿਰ ਨੈਕਸ ਸਲਾਈਡ ਗਰੁੱਪ ਬਣੇ ਜਿਨ੍ਹਾਂ ਨੂੰ ਐਮਐਲ ਗਰੁੱਪ ਕਹਿੰਦੇ ਆ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਲੈਨਿਨਿਸਟ ਤੇ ਮਾਓਸਟ ਗਰੁੱਪ ਬਣੇ ਮਹਿਬੂਬ ਸਾਹਿਬ ਜਿਹੜੇ ਸੀ ਉਹ ਮਾਓ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਮਾਓ ਦਾ ਲੌਂਗ ਮਾਰਚ ਉਹਨਾਂ ਨੂੰ ਬਹੁਤ ਜ਼ਿਆਦਾ ਇਨਸਪਾਇਰਿੰਗ ਲੱਗਦਾ ਸੀ ਤੇ ਉਹ ਮਾਓ ਦੇ ਲੌਂਗ ਮਾਰਚ ਤੇ ਕਵਤਾ ਵੀ ਲਿਖਣੀ ਚਾਹੁੰਦੇ ਸੀ ਉਹਨਾਂ ਨੂੰ ਮਤਲਬ ਸਮਾਂ ਨਹੀਂ ਮਿਲਿਆ ਪਰ ਉਹਨਾਂ ਨੇ ਮੈਨੂੰ ਵੀ ਕਿਹਾ ਹੋਰ ਵੀ ਕਈ ਜਣਿਆਂ ਨੂੰ ਕਿਹਾ ਜਿਹੜੇ ਉਹਨਾਂ ਨੂੰ ਜਾਣਦੇ ਸੀ ਵੀ ਅਸੀਂ ਮਾਓ ਦੇ ਮੈਂ ਲੌਂਗ ਮਾਰਚ ਤੇ ਇੱਕ ਲੰਮੀ ਕਵਤਾ ਲਿਖਣੀ ਆ ਹੋਰ ਵੀ ਕਈ ਕੁਝ ਲਿਖਣਾ ਚਾਹੁੰਦੇ ਸੀ ਜਿਹੜਾ ਉਹ ਨਹੀਂ ਲਿਖ ਸਕੇ ਜਿਵੇਂ ਭਾਈ ਜਿੰਦੇ ਸੁੱਖੇ ਬਾਰੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਉਹਨਾਂ ਤੇ ਮੈਂ ਲੰਮੀ ਕਹਾਵਤ ਲਿਖਣੀ ਹੈ। ਉਹਨਾਂ ਦਾ ਮਹਾਕਾਵਿ ਨਹੀਂ ਪੂਰਾ ਹੋਇਆ। ਇਹ ਸਾਰਾ ਕੁਝ ਉਹਨਾਂ ਨੇ ਮਹਾਕਾਵ ਪੂਰਾ ਕਰਨ ਤੋਂ ਬਾਅਦ ਕਰਨਾ ਸੀ। ਬਸ ਉਹਨਾਂ ਦੀ ਸਿਹਤ ਜਿਹੜੀ ਅਚਾਨਕ ਖਰਾਬ ਹੋਣ ਕਰਕੇ ਉਹ ਸਾਰੇ ਕੰਮ ਜਿਹੜੇ ਬਹੁਤ ਜ਼ਰੂਰੀ ਸੀ ਉਹ ਉਹ ਰਹਿ ਗਏ। ਸੋ 60s ਤੱਕ ਜਿਹੜੀ ਮਾਰਕਸਿਸਟ ਮੂਵਮੈਂਟ ਹੈ ਉਹ ਸਾਰੇ ਗੱਲ ਨੂੰ ਡਿਫਾਈਨ ਕਰ ਰਹੀ ਸੀ। ਮਹਿਬੂਬ ਸਾਹਿਬ ਉਹ ਤੁਰਨ ਦਾ ਤੱਕ ਗਏ। ਤੇ ਬਹੁਤ ਛੇਤੀ ਉਹਨਾਂ ਨੇ ਪਛਾਣ ਲਿਆ ਵੀ ਇਹਦੇ ਅੰਦਰ ਬਹੁਤ ਵੱਡਾ ਸੰਕਟ ਹੈ ਸੋ ਉਹਨਾਂ ਦਾ ਫੋਕਸ ਸੀ ਸੰਕਟ ਤੇ ਉਹਨਾਂ ਦੀ ਮਿਸ਼ਨ ਤੇ ਬਹੁਤ ਕਮਾਲ ਦੀ ਕਮਾਂਡ ਸੀ ਉਹਨਾਂ ਨੇ ਮਿਸ਼ਨ ਇੰਉ ਪੜਿਆ ਸੀ ਜਿਵੇਂ ਉਹਨਾਂ ਨੂੰ ਜ਼ਬਾਨੀ ਯਾਦ ਹੋਵੇ ਤੇ ਮਤਲਬ ਉਹ ਨਿਸ਼ਾਨਾ ਇੰਗੇਜ ਵੀ ਕਰ ਰਿਹਾ ਜਿਵੇਂ ਅਲਾਮਾ ਇਕਬਾਲ ਨੇ ਨਿਸ਼ਾਨਾ ਇੰਗੇਜ ਕੀਤਾ ਉਹ ਬੇਸਿਕਲੀ ਨਿਸ਼ੇ ਦੀ ਪੋਲਿਟੀਕਲ ਟ੍ਰਾਂਸਲੇਸ਼ਨ ਹੈ ਉਦੋਂ ਕਿਰਟੀਕਲ ਇੰਗੇਜਮੈਂਟ 'ਨੀ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਲਿਖੀ ਸੁਰਤੀ ਤੇ ਹੰਕਾਰ ਔਰ ਜਨੀਸ਼ੇ ਤੇ ਇਕਬਾਲ ਦੋਹਾਂ ਦਾ ਕ੍ਰਿਟਿਕ ਕੀਤਾ ਵੀ ਇਹ ਜਿਹੜੀ ਈਗੋ ਦੀ ਇਹ ਜੀ ਇਕਬਾਲ ਕਹਿੰਦਾ ਨਾ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਫਜ਼ੂਲ ਦਾ ਹੰਕਾਰ ਜਿਹੜੀ ਸੁਰਤੀ ਤੇ ਹੰਕਾਰ ਦਾ ਲੰਮੀ ਕਵਤਾ ਤੈਨੂੰ ਕਹਤਾ ਮਾ ਉਹਨਾਂ ਦੀ ਸੁਰਤੀ ਤੇ ਹੰਕਾਰ ਗੁਰੂ ਅਵਤਾਰ ਸੁਰਤੀ ਅਧ ਮਿੱਟੀ ਅੱਖ ਭਾਈ ਨੰਦ ਲਾਲ ਦੀ ਉਹ ਜਿਹੜੇ ਫਿਲਾਸੋਫੀਕਲ ਥੀਮਸ ਮਿਸ਼ਨ ਫਿਲਾਸੋਫੀਕਲ ਥੀਮਸ ਜਿਸ ਤਰੀਕੇ ਨਾਲ ਨੀਸ਼ੇ ਚ ਆ ਰਹੇ ਆ ਜਿਸ ਤਰੀਕੇ ਨਾਲ ਇਕਬਾਲ ਚ ਆ ਰਹੇ ਆ ਉਹ ਇਹ ਮਹਿਬੂਬ ਸਾਹਿਬ ਦੀ ਲੈਗਸੀ ਸੀ ਤੇ ਉਹ ਆਪਣੇ ਪੱਧਰ ਤੇ ਉਹ ਸਾਰੇ ਸੰਕਟ ਨਾਲ ਕਿਵੇਂ ਇੰਗੇਜ ਕਰ ਰਹੇ ਆ ਜਦੋਂ ਆਪਾਂ ਆਪਣੇ ਉਹਨਾਂ ਦੀਆਂ ਕਵਤਾਵਾਂ ਪੜਾਂਗੇ ਤੇ ਆਪਾਂ ਵੇਖਾਂਗੇ ਉਹਨਾਂ ਚ ਕੀ ਕੀ ਆ ਰਿਹਾ ਸੋ 60s ਤੱਕ ਮਾਰਕਸਿਜ਼ਮ ਭਾਰੂ ਪੈ ਗਿਆ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਮਾਰਕਸਿਜ਼ਮ ਆਪਣੇ ਆਪ ਚ ਕੁਛ ਨਹੀਂ ਮਾਰਕਸਿਜ਼ਮ ਨੂੰ ਕਿਸੇ ਆਈਸੋਲੇਸ਼ਨ ਚ ਨਾ ਵੇਖੋ ਮਾਰਕਸਿਜ਼ਮ ਨੂੰ ਜਿਹੜੀ ਵੈਸਟਰਨ ਫਲਸਫੀ ਦੀ ਸਾਰੀ ਹਿਸਟਰੀ ਹੈ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਦੀ ਸਾਰੀ ਹਿਸਟਰੀ ਹੈ ਉਹਦੇ ਵਿੱਚੋਂ ਵੇਖੋ ਮਾਰਕਸਿਜ਼ਮ ਕਾਰਲ ਮਾਰਕਸ ਤੋਂ ਸ਼ੁਰੂ ਨਹੀਂ ਹੋਇਆ ਮਾਰਕਸ ਨੇ ਜੋ ਕੁਝ ਰਿਪਰੈਜ਼ੈਂਟ ਕਰ ਰਿਆ ਜਿਹੜੀ ਉਹਦੀ ਕ੍ਰਿਟੀਕਲ ਇੰਗੇਜਮੈਂਟ ਆ ਜਿਹੜੀ ਉਹਦੀ ਮਤਲਬ ਕਨਫਰੋਂਟੇਸ਼ਨ ਆ ਪ੍ਰੀਵੀਅਸ ਐਸਟੈਬਲਿਸ਼ਡ ਨੈਰੇਟਿਵਸ ਦੇ ਨਾਲ ਉਹ ਜਿਹੜੇ ਪ੍ਰੀਵੀਅਸ ਯੂਰੋਪੀਅਨ ਨੈਰੇਟਿਵਸ ਆ ਉਹਨਾਂ ਉਹਨਾਂ ਦੇ ਧਿਆਨ 'ਚ ਹੀ ਆ ਮੈਂ ਜ਼ਿਆਦਾ ਨਹੀਂ ਜਾਣਾ ਉਸ ਪਾਸੇ ਪਰ ਮੈਂ ਤੁਹਾਨੂੰ ਕੁਝ ਇਸ਼ਾਰੇ ਜ਼ਰੂਰ ਦੇ ਦੇਣੇ ਆ ਪ੍ਰੀ ਸੋਕ੍ਰੈਟਿਕਸ ਨੂੰ ਛੱਡ ਦਿਓ ਜਿਹੜੇ ਗ੍ਰੀਕਸ ਆ ਆਫਟਰ ਪ੍ਰੀ ਸੋਕ੍ਰੈਟਿਕਸ ਉਹ ਫੰਡਾਮੈਂਟਲੀ ਮੈਟਾਫਿਜ਼ੀਕਲ ਆ ਲੋਗੋਸੈਂਟ੍ਰਿਕ ਆ ਲੋਗੋਸੈਂਟ੍ਰਿਕ ਸੈਂਟਰਿਜ਼ਮ ਜਿਹੜੀ ਆ ਉਹ ਦ੍ਰਿਦਿਅਨ ਧਰਮ ਹੈ ਦਰੀਦਾ ਨੇ ਆਇਡੈਂਟੀਫਾਈ ਕੀਤਾ ਸਮਥਿੰਗ ਵੀ نو ਐਸ ਮੈਟਾਫਿਜ਼ਿਕਸ ਆਫ ਪ੍ਰੈਜ਼ੈਂਸ ਮੈਟਾਫਿਜ਼ਿਕਸ ਆਫ ਪ੍ਰੈਜ਼ੈਂਸ ਦਾ ਮਤਲਬ ਹੈ ਗ੍ਰੀਕ ਕਹਿੰਦੇ ਸੀ ਜਿਹੜੀ ਸਪੀਚ ਆ ਉਹ ਆਲਵੇਸ ਆਲਰੇਡੀ ਪ੍ਰੈਜ਼ੈਂਟ ਆ ਰਾਈਟਿੰਗ ਉਹ ਜਿਹੜੀ ਪ੍ਰੈਜ਼ੈਂਟ ਐਬਸਟ੍ਰੈਕਟ ਸਪੀਚ ਆ ਉਹਦੀ ਇੰਪਰਫੈਕਟ ਰਿਪਰੈਜ਼ੈਂਟੇਸ਼ਨ ਆ ਸੋ রাইਟਿੰਗ ਇਨ অথੈਨਟਿਕ ਸਪੀਚ অথੈਨਟਿਕ ਨਹੀਂ রাইਟਿੰਗ ਕਿਸੇ ਸਪੀਚ ਦੀ ਇੰਪਰਫੈਕਟ ਟ੍ਰਾਂਸਲੇਸ਼ਨ ਨਹੀਂ রাইਟਿੰਗ ਇੱਕ ਪ੍ਰੋਸੈਸ ਆ ਜਿਹੜਾ ਆਪਣੇ ਆਪ ਚ ਹੋਂਦ ਰੱਖਦਾ ਤੇ ਇਹ ਗੱਲ ਠੀਕ ਹੈ ਜਦੋਂ ਅਸੀਂ ਲਿਖਦੇ ਆ ਸਾਨੂੰ ਬਹੁਤ ਸਾਰੇ ਅਨਐਕਸਪੈਕਟਿਡ ਆਈਡੀਆਜ਼ ਆਉਂਦੇ ਆ ਨਵੀਆਂ ਇਨਸਾਈਟਸ ਆਉਂਦੀਆਂ ਐਨ ਲਿਖਣ ਵੇਲੇ ਜਰੂਰ ਉਸੇ ਲਿਖਦੇ ਆ ਬਹੁਤ ਸਾਰੇ ਭੁੱਲੇ ਵਿਸਰੇ ਸ਼ਬਦ ਸਾਡੀ ਮੈਮਰੀ ਦੇ ਵਿੱਚੋਂ ਜਿਹੜਾ ਰਾਈਟਿੰਗ ਦਾ ਪ੍ਰੋਸੈਸ ਆ ਰਾਈਟਿੰਗ ਦਾ ਫਲੋ ਆ ਉਹ ਪਿਕ ਕਰ ਲੈਂਦਾ ਤੇ ਇਹ ਗੱਲ ਠੀਕ ਆ ਇਹ ਜਿਹੜੀ ਮੈਟਾਫਿਜ਼ਿਕਸ ਦੀ ਵਾਇਲੈਂਸ ਸੀ ਇਹ ਚੱਲ ਰਹੀ ਸੀ 크੍ਰਿਸਟੀਅਨਟੀ ਦਾ ਆਪਣਾ ਸੰਕਟ ਸੀ ਜਿਹਨੂੰ ਹਾਈਡਗਰ ਨੇ ਜ਼ਿਆਦਾ ਵਧੀਆ ਆਈਡੈਂਟੀਫਾਈ ਕੀਤਾ ਹੁਣ ਤੋਂ ਥੀਓਲੋਜੀ ਦੇ ਕ੍ਰਿਟਿਕਸ ਤੁਸੀਂ ਕਹੋਗੇ ਆਨਟੋਥੀਓਲੋਜੀ ਕੀ ਹੈ ਦੋ ਸ਼ਬਦ ਹੈ ਆਨਟੋਲੋਜੀ ਥੀਓਲੋਜੀ ਆਨਟੋਲੋਜੀ ਦਾ ਮਤਲਬ ਹੁੰਦਾ ਸਟਡੀ ਆਫ ਬੀਇੰਗ ਥੀਓਲੋਜੀ ਦਾ ਮਤਲਬ ਹੁੰਦਾ ਸਟਡੀ ਆਫ ਗੋਡ ਆਨਟੋਥੀਓਲੋਜੀ ਆ ਸਟਡੀ ਆਫ ਗੋਡ ਐਸ ਬੀਇੰਗ ਇਹ ਕੁਐਸਚਨ ਸਟਡੀ ਆਫ ਗੋਡ ਨੂੰ ਐਸ ਬੀਇੰਗ ਦੇ ਤੌਰ ਤੇ ਵੇਖਣ ਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਜਦੋਂ ਗੋਡ ਨੂੰ ਕਨਸੈਪਚੂਅਲੀ ਕੁਆਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਹਦੀ ਐਗਜ਼ਿਸਟੈਂਸ ਦੀ ਕਨਸੈਪਚੂਅਲੀ ਸੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹੈਗੀ ਅਨਟੋਥੀਓਲੋਜੀ ਸੋ ਹਾਈਡੈਗਰ ਦਾ ਕੰਮ ਸਾਰਾ ਅਨਟੋਥੀਓਲੋਜੀ ਦੇ ਕ੍ਰਿਟਿਕ ਤੇ ਖੜਾ ਹੈ ਸੋ ਆਪਾਂ ਗੱਲ ਕਰ ਰਹੇ ਸੀ ਹਾਈਡੈਗਰ ਕਹਿੰਦਾ ਵੀ ਇੱਕ ਕਨਸੈਪਚੁਅਲ ਡੇਟੀ ਤਿਆਰ ਕੀਤੀ ਗਈ ਤੇ ਉਹਦੇ ਨਾਲ ਰੱਬ ਨੂੰ ਰਿਪਲੇਸ ਕਰਤਾ ਹੁਣ ਜਿਹੜੀ ਕਨਸੈਪਚੁਅਲ ਡੇਟੀ ਆ ਉਹ ਕੀ ਹੈ ਨਾਟ ਅਲਾਈਵ ਉਹ ਇੱਕ ਡੈਡ ਕਨਸੈਪਟ ਆ ਅਲਾਈਵ ਨਹੀਂ ਹਾਈਡੈਗਰ ਕਹਿੰਦਾ ਸਾਨੂੰ ਉਹ ਰੱਬ ਚਾਹੀਦਾ ਜਿਹਦੇ ਸਾਹਮਣੇ ਅਸੀਂ ਗਾ ਸਕੀਏ ਤੇ ਨੱਚ ਸਕੀਏ ਕਨਸੈਪਚੁਅਲ ਡੈਟੀ ਨਹੀਂ ਚਾਹੀਦੀ ਜੁਜੇ ਰੱਬ ਨੂੰ ਕਨਸੈਪਚੁਅਲ ਡੈਟੀ ਦੇ ਵਿੱਚ ਟਰਾਂਸਫਾਰਮ ਕਰ ਦਿੱਤਾ ਗਿਆ ਇਹਦਾ ਕੀ ਅਰਥ ਹੈ ਡੈਥ ਆਫ ਗੋਡ ਨਾਇਲਿਸਮ ਦੀ ਜੜ ਕੀ ਹੈ ਡੈਥ ਆਫ ਗੋਡ ਡੈਥ ਆਫ ਗੋਡ ਇਨ ਨਾਇਲਿਸਮ ਡੇਥ ਆਫ ਗੋਡ ਜਿਹੜੀ ਆ ਉਹ ਇਹ ਨਹੀਂ ਵੀ ਰੱਬ ਕਿਤੇ ਸੀਗਾ ਤੇ ਉਹ ਮਰ ਗਿਆ ਉਹ ਇਹ ਸੀ ਲੋਕਾਂ ਨੇ ਇੱਕ ਡੈਡ ਕਨਸੈਪਟ ਨੂੰ ਰੱਬ ਸਮਝ ਲਿਆ ਜਿਹੜਾ ਜਿਉਂਦਾ ਜਾਗਦਾ ਰੱਬ ਉਹਨਾਂ ਦੇ ਅੰਦਰ ਸੀ ਉਹਨੂੰ ਡੈਡ ਕਨਸੈਪਟ ਨੇ ਰਿਪਲੇਸ ਕਰਤਾ ਸੋ ਡੈਥ ਲੋਕਾਂ ਦੇ ਦਿਲਾਂ 'ਚ ਵਸਦੇ ਰੱਬ ਦੀ ਮੌਤ ਸ੍ਰਿਸ਼ਟ ਨੂੰ ਚਲਾਉਣ ਵਾਲੇ ਰੱਬ ਦੀ ਮੌਤ ਨਹੀਂ ਸੋ ਨਾਈਲਿਜ਼ਮ ਡੈਥ ਆਫ ਗੋਡ ਸੋ ਇਹ ਜਿਹੜੀ ਗ੍ਰੀਕ ਫਿਲਾਸਫੀ ਤੇ 크ਿਸਚੀਅਨ ਥੀਓਲੋਜੀ ਦਾ ਇੰਟਰੈਕਸ਼ਨ ਹੈ ਗਾਂ ਫਿਰ ਸਕੋਲਾਸਟਿਕਸ ਨਾਲ 크ਿਸਚੀਅਨਸ ਦਾ ਇੰਟਰੈਕਸ਼ਨ ਹੈ ਉਸ ਤੋਂ ਬਾਅਦ ਰਿਫਾਰਮੇਸ਼ਨ ਏਜ ਆਉਂਦੀ ਹੈ ਇਹ ਸਾਰੇ ਵੱਖਰੇ ਵਿਸ਼ੇ ਆਪਾਂ ਕਿਤੇ ਦੁਬਾਰਾ ਇਹਨਾਂ ਤੇ ਗੱਲ ਕਰ ਸਕਦੇ ਆਂ ਪਰ ਇਹ ਹਿਸਟਰੀ ਆਫ ਮੈਟਾਫਿਜ਼ਿਕਸ ਆਪਣੇ ਸਿਖਰ ਤੇ ਪਹੁੰਚਦੀ ਆ ਹੇਗਲ ਦੇ ਕੰਮ ਦੇ ਵਿੱਚ ਤੇ ਹੈਗਲ ਦੇ ਕੰਮ ਤੱਕ ਜੋ ਕੁਝ ਹੋ ਗਿਆ ਜੋ ਬਰਬਾਦੀ ਹੋ ਗਈ ਉਹ ਨਿਸ਼ੇ ਨਾਲ ਫਰੰਟ ਕਰ ਰਿਹਾ ਤੇ ਨਿਸ਼ੇ ਦੇ ਕੰਮ ਦੇ ਵਿੱਚ ਮੈਂ ਹੁਣੇ ਪੜ ਰਿਹਾ ਸੀ ਨਿਸ਼ੇ ਬਾਰੇ ਡੇਵਿਡ ਬੀ ਐਲਿਸਨ ਡੇਵਿਡ ਬੀ ਐਲਿਸਨ ਨੇ ਆ ਕਿਤਾਬ ਐਡਿਟ ਕੀਤੀ ਹੈ ਬੜੀ ਕਮਾਲ ਦੀ ਇਹ ਪੜੋ ਜ਼ਰੂਰ ਮੈਂ ਜਿਹਦਾ ਵੀ ਨਿਸ਼ੇ ਚ ਇੰਟਰਸਟ ਹੈ ਕਿਤਾਬ ਬਹੁਤ ਕਮਾਲ ਹੈ ਦ ਨਿਊ ਨਿਸ਼ੇ ਇਹਦੇ ਵਿੱਚ ਨਿਸ਼ੇ ਬਾਰੇ ਕਾਫੀ ਸਾਰੇ ਮੈਂ ਇੱਕ ਕਿਤਾਬ ਪੜ੍ਹਦਾ ਕੁਝ ਦਿਨ ਪਹਿਲਾਂ ਇਹਦੇ ਵਿੱਚ ਉਹ ਕਹਿੰਦਾ ਵੀ ਨਿਸ਼ੇ ਨੂੰ ਲਿਆਉਣ ਵਾਲਾ ਬੰਦਾ ਹੀ ਹਾਈਟੇਕਰ ਹੈ ਐਡੇ ਪਰਫਾਉਂਡ ਕੰਮ ਦੀ ਜੇ ਇੰਨੀ ਪਰਫਾਉਂਡ ਇੰਟਰੋਡਕਸ਼ਨ ਨਾ ਹੁੰਦੀ ਤੋ ਸਾਹਮਣੇ ਨਹੀਂ ਸੀ ਆ ਸਕਦਾ ਜਿਹੜੇ ਆਪਣੇ ਉਹ ਵੋਲਿਊਮ ਦੇ ਵਿੱਚ ਜਿਹੜਾ ਪੋਸਟ ਪੜਾਇਆ ਨੀਚੇ ਨੀਚੇ ਤੇ ਹਾਈਡ ਕਰਨੇ ਆਹਾ ਆਹ ਇਹ ਦੋ ਇਹ ਦੋ ਵੋਲਿਊਮ ਦੇ ਵਿੱਚ ਚਾਰ ਵੋਲਿਊਮ ਇਕੱਠੇ ਕੀਤੇ ਹੋਏ ਆ ਇੱਕ 'ਚ ਦੋ ਬਾਕਸ ਆ ਇਹਦੇ ਨਾਲ ਨੀਸ਼ੇ ਆਇਆ ਹੁਣ ਨੀਸ਼ੇ ਕੀ ਕਹਿ ਰਿਹਾ ਨੀਸ਼ੇ ਦਾ ਕਰੈਕਟਰ ਆ ਉਹ ਮੈਡਮੈਨ ਆ ਤੇ ਉਹ ਦਿਨੇ ਲਾਲਟਨ ਲੈ ਕੇ ਲੈਂਟਰਨ ਲੈ ਕੇ ਗਲੀ ਚ ਘੁੰਮ ਰਿਹਾ ਤੇ ਜਿਹੜੇ ਖੜੇ ਆ ਲੋਕ ਕਾਲੇ ਦਵਾਲੇ ਉਹਨਾਂ ਨੂੰ ਕਹਿ ਰਿਹਾ ਗੋਡ ਇਜ਼ ਡੈਡ ਐਂਡ ਯੂ ਹੈਵ ਕਿਲਡ ਹਿਮ ਤੇ ਨਿਸ਼ੇ ਦਾ ਜਿਹੜਾ ਇਹ ਕਰੈਕਟਰ ਇਹ ਆਈਡੈਂਟੀਫਾਈ ਕਰ ਰਿਹਾ ਕਿ ਨਾਇਲਿਜ਼ਮ ਧਰਤੀ ਦੇ ਉੱਤੇ ਸਿਵਲਿਜ਼ੇਸ਼ਨ ਦੇ ਉੱਤੇ ਪ੍ਰਵੇਲ ਕਰ ਚੁੱਕਾ ਤੇ ਏ ਸੋਸਾਇਟੀ ਜਿਹਦਾ ਅਸੀਂ ਹਿੱਸਾ ਹੈ ਇਹ ਨਾਇਲਿਜ਼ਮ ਦੇ ਜਿਹੜੀ ਡੋਮਿਨੈਂਸ ਹੈ ਉਦੈਲਿਜ਼ਮ ਹੈ ਵਾਰ ਇਹ ਗੱਲ ਮੈਡ ਮੈਨ ਕਹਿ ਰਿਹਾ ਵਾਈਜ਼ ਮੈਨ ਨਹੀਂ ਕਹਿ ਰਿਹਾ ਕਿਉਂਕਿ ਵਿਜ਼ਡਮ ਜਿਹੜੀ ਆ ਉਹ ਤਾਂ ਮੈਟਾਫਿਜ਼ਿਕਲੀ ਡਿਫਾਈਨਡ ਸੀ ਵਿਜ਼ਡਮ ਨੂੰ ਤਾਂ ਮੈਟਾਫਿਜ਼ਿਕਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਵਿਜ਼ਡਮ ਦੇ ਵਿੱਚੋਂ ਤਾਂ ਮੈਟਾਫਿਜ਼ਿਸਟ ਜਿਹੜੀ ਆ ਰੀਪਰੋਡਿਊਸ ਹੋਣੀ ਸੀ ਕੱਲ ਨਹੀਂ ਸੀ ਆਉਣੀ ਜਿਹੜੀ ਇਨਸੈਨਿਟੀ ਹੈ ਉਹ ਐਗਜ਼ਿਟ ਹੈ ਜਿਹੜੀ ਡਿਸਕਰਸਿਵ ਇੰਪ੍ਰਿਜ਼ਨਮੈਂਟ ਹੋਈ ਹੈ ਲੋਕਾਂ ਦੀ ਕਲੈਕਟਿਵ ਕੌਂਸ਼ੀਅਸਨੈਸ ਦੀ ਇਨਸੈਨਿਟੀ ਪਾਗਲਪਨ ਉਹਦੇ ਵਿੱਚੋਂ ਐਗਜ਼ਿਟ ਹੈ ਤੇ ਨੀਤਸ਼ੇ ਜਿਹੜਾ ਸੀ ਨੀਸ਼ ਕੀ ਸੀ ਨਿਸ਼ਚੇ ਬਹੁਤ ਜ਼ਿਆਦਾ ਵੈਲ ਟ੍ਰੇਨਡ ਫਲਸਫੀ ਜੀ ਨੇ ਫਲਸਫੀ ਸਿੱਖ ਕੇ ਫਲਸਫਰ ਬਣ ਕੇ ਫਲਸਫੀ ਛੱਡਤੀ ਤੇ ਇੰਗੇਜ ਕੀਤਾ ਇੱਕ ਕ੍ਰੀਏਟਿਵ ਰਾਈਟਰ ਦੇ ਤੌਰ ਤੇ ਇੱਕ ਪੋएट ਵਾਂਗੂ ਲਾਈਫ ਨਾਲ ਇੰਗੇਜ ਕੀਤਾ ਉਹਦੇ ਚ ਪੋएट ਦੀ ਇੰਟੈਂਸਿਟੀ ਹੈ ਤੇ ਪੋएट ਦੀ ਫਰੀडम ਉਹ ਜਿਹੜੇ ਫਿਲਾਸੋਫੀਕਲ ਥਿੰਕਿੰਗ ਜਾਂ ਐਕਾਡੈਮਿਕ ਰਾਈਟਿੰਗ ਦੇ ਜਿਹੜੇ ਵੈਲ ਡਿਫਾਈਨਡ ਸਟਰਕਚਰਸ ਆ ਉਹਨਾਂ ਚ ਉਹਨੇ ਆਪਣੀ ਗੱਲ ਨੂੰ ਕੈਦ ਨਹੀਂ ਹੋਣ ਦਿੱਤਾ ਇਹ ਨਾਇਰਲਿਜ਼ਮ ਸੀ ਉਹਨਾਂ ਕੁਐਸਚਨ ਹੈ ਨਾਇਰਲਿਜ਼ਮ ਤੋਂ ਸਾਡਾ ਭਾਗ ਕੀ ਹੈ ਮੈਂ ਅਸੀਂ ਗੱਲ ਇਹ ਕਰ ਰਹੇ ਆ ਮਹਿਬੂਬ ਸਾਹਿਬ ਨੇ ਨਾਇਰਲਿਜ਼ਮ ਨੂੰ ਸਿੱਧੇ ਹੋ ਕੇ ਕਨਫਰੰਟ ਕੀਤਾ ਤੋਕਾਂ ਮੁਕੀਤੇ ਉਹਨਾਂ ਨੇ ਨਾਇਲਿਜ਼ਮ ਦੀ ਵਾਇਲੈਂਸ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੇ ਪੰਜਾਬ ਦੀ ਧਰਤੀ ਦੇ ਬਹੁਤ ਸਾਰੇ ਰੰਗਾਂ ਨੂੰ ਗਾਇਆ ਜਿਹੜੇ ਨਾਇਲਿਜ਼ਮ ਤੋਂ ਉੱਪਰ ਦੀ ਲਾਈਫ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਰੰਗ ਰੁੱਖਾਂ ਦੇ ਵਿੱਚ ਆ ਦਰਿਆਵਾਂ ਦੇ ਵਿੱਚ ਆ ਕੁੜੀਆਂ ਦੇ ਵਿੱਚ ਪ੍ਰੇਮ ਕਹਾਣੀਆਂ ਦੇ ਵਿੱਚ ਆ ਯੋਧਿਆਂ ਦੇ ਵਿੱਚ ਹੈ ਪਹਿਲਵਾਨਾਂ ਦੇ ਵਿੱਚ ਹੈ ਕਵੀਆਂ ਦੇ ਵਿੱਚ ਹੈ ਸੂਰਮਿਆਂ ਦੇ ਵਿੱਚ ਬਹੁਤ ਕੁਝ ਦੇ ਵਿੱਚ ਪਰ ਜਿਹੜੀਆਂ ਕੁੜੀਆਂ ਜਿਹੜੀਆਂ ਬੀਬੀਆਂ ਫੀਮੇਲ ਪ੍ਰੈਜ਼ੈਂਸ ਜਿਹੜੀ ਆ ਜਿਹੜਾ ਫੈਮਿਨਨ ਪ੍ਰਿੰਸੀਪਲ ਅਮਰਜ ਹੋ ਰਿਹਾ ਚਨਾ ਦੀ ਰਾਤ ਚੋਂ ਉਹ ਖਾਸ ਸਿਗਨੀਫੀਕੈਂਟ ਪਹਿਲੂ ਆ ਤੇ ਉਹਦੀ ਗੱਲ ਕਰਾਂਗੇ ਆਪਾਂ ਉਹਦੀ ਗੱਲ ਕਰਾਂਗੇ ਕੁਝ ਕਵਤਾਵਾਂ ਪੜ੍ਹ ਕੇ ਸੋ ਨਾਇਲਿਜ਼ਮ ਦੀ ਆਪਾਂ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਥੋੜੀ ਜੀ ਬੈਕਗ੍ਰਾਉਂਡ ਦਿੱਤੀ ਆ ਹੁਣ ਮੈਂ ਤੁਹਾਡੇ ਨਾਲ ਕੁਝ ਹੋਰ ਵੇਰਵੇ ਜਿਹੜੇ ਆ ਉਹਦੇ ਬਾਰੇ ਸਾਂਝੇ ਕਰਦਾ ਹਾਂ ਸੋ ਨਾਇਲਿਜ਼ਮ ਬਾਰੇ ਮੈਂ ਆਰਟੀਕਲ ਪੜ੍ਹ ਰਿਆ ਸੀ ਰਾਬਰਟ ਪਿਪਨ ਦੀ ਕਿਤਾਬ ਦੇ ਵਿੱਚੋਂ ਖੋਤ ਕਤਾਬ ਸੀ ਉਹਨੂੰ ਭੁੱਲ ਗਿਆ ਨਾ ਪਰ ਪਿਪਨ ਦੇ ਵਿੱਚ ਵੀ ਇਹ ਗੱਲ ਹੈਗੀ ਪਰ ਉਹ ਖੋਤ ਕਤਾਬ ਦੇ ਵਿੱਚ ਸੀ ਅਮ ਉਹ ਦੇਚ ਸੇ ਵੀ ਨਾਇਲਿਸਮ ਦਾ ਜਿਹੜਾ ਉਹ ਮੂਵਮੈਂਟ ਹੈ ਪਿਪਨ ਵੀ ਇਹ ਗੱਲ ਕਹਿ ਰਿਹਾ ਤੇ ਪਿਪਨ ਨੇ ਹਾਈਡੈਗਰ ਨੂੰ ਸਾਈਟ ਕੀਤਾ ਆ ਜਿਹੜੀ ਮੈਂ ਇਨੀਸ਼ੀਅਲ ਕਿਤਾਬ ਤੋਂ ਉਹ ਵਿਖਾਈ ਹੈ ਦੇ ਵਿੱਚੋਂ ਤੇ ਮੈਂ ਉਹ ਪੋਟੇਸ਼ਨ ਤੁਹਾਡ ਨਾਲ ਸਾਂਝੀ ਕਰਦਾ ਤੇ ਫਿਰ ਆਪਾਂ ਗੱਲ ਕਰਦੇ ਆ ਪੋਟੇਸ਼ਨ ਸਮਝੀ ਕਰਨ ਤੋਂ ਪਹਿਲਾਂ ਮੈਂ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਵੀ ਹਾਈਡਗਰ ਕਹਿੰਦਾ ਅ ਨਿਸ਼ੇ ਕਹਿੰਦਾ ਨਾਇਲਿਜ਼ਮ ਜਿਹੜਾ ਉਹ ਹੈਗੀ ਡੀ ਵੈਲਿਊਏਸ਼ਨ ਆਫ ਅਪਰ ਮੋਸਟ ਵੈਲਿਊਜ਼ ਪਰ ਆਪਰ ਮੋਸਟ ਵੈਲਿਊ ਸੀ ਰੱਬ ਦੀ ਮੌਤ ਅਪਰ ਮੋਸਟ ਵੈਲਿਊਜ਼ ਦੀ ਡੀ ਵੈਲਿਊਏਸ਼ਨ ਸੋ ਇਹ ਤੋ ਤੱਕ ਸੀਮਤ ਨਹੀਂ ਗੱਲ ਇਹਨੂੰ ਓਨ ਲਿਟਰਲੀ ਲੈਣ ਦੀ ਲੋੜ ਨਹੀਂ ਪਰ ਵੈਸੇ ਮੈਂ ਕਨੈਕਟ ਕਰ ਰਿਹਾ ਹਾਂ ਡੈਥ ਆਫ ਗੋਡ ਤੇ ਨਾਇਰਲਿਜ਼ਮ ਕਨੈਕਟ ਕਰਨ ਦੀ ਗੱਲ ਕਰ। ਹਾਈਡੈਗਰ ਨੇ ਇੱਕ ਗੱਲ ਤਾਂ ਇਹ ਕਹੀ ਹੈ ਕਿ ਜਿਹੜਾ ਕ੍ਰਾਈਸਿਸ ਨੂੰ ਐਸ ਵੈਲਿਊਜ਼ ਦੇ ਕ੍ਰਾਈਸਿਸ ਦੇ ਤੌਰ ਤੇ ਵੇਖਣਾ ਇਹ ਵੀ ਨਾਇਰਲਿਜ਼ਮ ਕਲ ਨੂੰ ਇਨ ਟਰਮਸ ਆਫ ਵੈਲਿਊਏਸ਼ਨ ਵੇਖਣਾ ਉਹ ਕਹਿੰਦਾ ਵੈਲਿਊਜ਼ ਦੀ ਗੱਲ ਨਾ ਕਰੋ ਸ਼ੇਅਰਡ ਐਕਸਪੀਰੀਐਂਸਸ ਦੀ ਗੱਲ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਨਾ ਵੇਖੋ ਸ਼ੇਅਰਡ ਲਾਈਫ ਸ਼ੇਅਰਡ ਜ਼ਿੰਦਗੀ ਜਿਹੜੀ ਐ ਜ਼ਿੰਦਗੀ ਦੇ ਸ਼ੇਅਰਡ ਅਨੁਭਵ ਉਹਨਾਂ ਦੀ ਗੱਲ ਕਰੋ ਮੈਂ ਹਾਈਡਗਰ ਦੀ ਕੋਟ ਪੜ੍ਹਦਾ ਤੁਹਾਡੇ ਨਾਲ ਇਨਿਸ਼ੀਅਲਿਜ਼ਮ ਇਜ਼ ਨਾਟ ਅ ਵੇਲਟਨ ਸ਼ੂਂਗ ਥੈਟ ਅਕਰਸ ਐਟ ਸਮ ਟਾਈਮ ਐਂਡ ਪਲੇਸ অর ਅਨਦਰ ਬੈਲਟਨ ਸ਼ੌਂਗ ਹੁੰਦਾ ਵਰਲਡ 뷰 ਇੱਕ ਕੋ ਵਰਲਡ 뷰 ਉਹਨਾਂ ਦਾ ਕੋ ਨਜ਼ਰੀਆ ਨਿਗਾਹ ਹੈ ਲੋਕਾਂ ਦੀ ਜ਼ਿੰਦਗੀ ਨਾਲ ਕੋ ਐਂਗੇਜ ਕਰਨ ਦਾ ਪੈਟਰਨ ਨਹੀਂ ਜਿਹੜਾ ਕਿਸੇ ਟਾਈਮ ਜਾਂ ਖਾਸ ਟਾਈਮ ਜਾਂ ਖਾਸ ਪੇਜ ਤੇ ਅਪੀਅਰ ਹੋ ਗਿਆ ਇਟ ਇਜ਼ ਰਾਦਰ ਦਾ ਬੇਸਿਕ ਕੈਰੈਕਟਰ ਆਫ ਵਾਟ ਹੈਪਨਸ ਇਨ ਓਕਸੀਡੈਂਟਲ ਹਿਸਟਰੀ ਨਾਇਲਿਜ਼ਮ ਇਜ਼ ਐਟ ਵਰਕ ਈਵਨ ਐਂਡ اسپੈਸ਼ਲੀ There, where it is not advocated as doctrine or demand, there, where ostensibly its opposite prevails, nihilism means that the uppermost values devalue themselves. This means that whatever realities and laws set the standard in Christendom. in morality since hellenistic times and in philosophy since plato lose their binding force and for nietzsche that always means creative force creative force assi gone a devaluation de naal eda ki matlab hai ae apna agge ਜਰ ਮਹਬੂਬ ਸਾਫ ਦੀ ਗੱਲ ਕਰਾਂਗੇ ਉਹਦੇ ਬਾਰੇ ਗੱਲ ਕਰਾਂਗੇ ਹੁਣ ਆਪਾਂ ਥੋੜੀ ਜੀ ਗੱਲ ਕਰਨੀ ਆ ਪੰਜਾਬ ਦੇ ਵਿੱਚ ਨਾਇਰਿਜ਼ਮ ਇਹਨਾਂ ਨੇ ਕਹਿਤਾ ਵੀ ਨਾਇਰਿਜ਼ਮ ਇੱਕ ਥਾਂ ਤੇ ਨਹੀਂ ਹੋਇਆ ਇਹ ਤਾਂ ਮੂਵਮੈਂਟ ਆ ਤਾਂ ਪ੍ਰੋਸੈਸ ਆ ਇਹ ਲੰਬੇ ਪ੍ਰੋਸੈਸ ਦੇ ਵਿੱਚ ਇਹ ਅਨਫੋਲਡ ਹੋਇਆ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਪਲੇਟੋਸ ਤੋਂ ਲੈ ਕੇ ਜਿਹੜੀ ਹਿਸਟਰੀ ਆਫ ਮੈਟਾਫਿਜ਼ਿਕਸ ਜਿਹੜਾ ऑनथियोलॉजी ਦਾ ਕ੍ਰਾਈਸਿਸ ਹਾਈਡੇਗਰ ਨੇ ਆਈਡੈਂਟੀਫਾਈ ਕੀਤਾ ਰੈਫਾਰਮੇਸ਼ਨ ਕਾਰਟੇਸੀਅਨ ਮਾਡਰਨਿਟੀ ਉਹ ਆਪਾਂ ਸਾਰੀ ਗੱਲ ਕੀਤੀ ਆ ਆਪਾਂ ਵੀ ਵੇਖ ਰਹੇ ਆ ਲੰਬੀ ਮੂਵਮੈਂਟ ਪਰ ਕੁਐਸਚਨ ਹੈ ਕਾਲਯੁਗ ਤਾਂ ਸਦਾ ਹੀ ਸੀਗਾ ਬ੍ਰਾਹਮਣਵਾਦ ਨੇ ਕਾਲਯੁਗ ਦੇ ਬਹੁਤ ਸਾਰੇ ਰੂਪ ਜਿਹੜੇ ਰਿਪਰੈਜ਼ੈਂਟ ਕੀਤੇ ਪਰ ਨਾਇਰਲਿਜ਼ਮ ਦਾ ਜਿਹੜਾ ਇੱਕ ਖਾਸ ਰੂਪ ਹੈ ਜਿਹਨੂੰ ਜਿਹੜੀ ਓਕਸੀਡੈਂਟਲ ਹਿਸਟਰੀ ਹੈ ਵੈਸਟ ਦੀ ਹਿਸਟਰੀ ਹੈ ਉਹਦੇ ਨਾਲ ਹਾਈਡੈਗਰ ਦੇ ਪਦਰ ਦੇ ਫਿਲਾਸਫਰ ਆਈਡੈਂਟੀਫਾਈ ਕਰ ਰਹੇ ਆ ਉਹਦੇ ਪੰਜਾਬ 'ਚ ਆਉਣ ਦਾ ਕੀ ਮਤਲਬ ਹੈ ਉਹ ਪੰਜਾਬ 'ਚ ਕਿਵੇਂ ਆਇਆ ਉਹ ਪੰਜਾਬ 'ਚ ਕਲੋਨਾਈਜ਼ੇਸ਼ਨ ਦੇ ਨਾਲ ਆ ਕਲੋਨਾਈਜ਼ੇਸ਼ਨ ਦੇ ਨਾਲ ਕੀ ਹੋਇਆ ਪਹਿਲਾਂ ਜਿਹੜੀ ਸਟੈਬਲਿਸ਼ਡ ਲਾਈਫ ਆ ਉਹ ਹਿੱਲੀ ਤੇ ਨਵੀਂ ਸਟੈਬਲਿਸ਼ਡ ਲਾਈਫ ਜਿਹੜੀ ਆ ਉਹ ਖੜੀ ਹੋਈ ਜਦੋਂ ਸਿੱਖੀ ਸਾਜੀ ਗੁਰੂ ਸਾਹਿਬਾਨ ਨੇ ਉਸ ਵੇਲੇ ਲੋਧੀਆਂ ਦਾ ਇਸਲਾਮੀ ਰਾਜ ਸੀ ਉਹ ਰਾਜ ਖਤਮ ਹੋ ਗਿਆ ਮੁਗਲ ਆ ਗਏ ਬਾਬਰ ਆ ਗਿਆ ਮੁਗਲ ਰਾਜ ਸਟੈਬਲਿਸ਼ ਹੋ ਗਿਆ ਹੁਣ ਮੁਗਲ ਰਾਜ ਦੇ ਵਿੱਚ ਆਪਸ਼ਨ ਕੀ ਸੀ ਮੁਸਲਮਾਨ ਬਣ ਜਾਓ ਜਾਂ ਉਹਨਾਂ ਨਾਲ ਕਨਫਰੋਂਟੇਸ਼ਨ ਲਾਓ ਜਿਹੜੀ ਮੁਗਲਾਂ ਦੀ ਲੋਕਾਂ ਨੂੰ ਅਪ੍ਰੋਪਰੀਏਟ ਕਰਨ ਦਾ ਮੈਕੈਨਿਜ਼ਮ ਸੀ ਉਹ ਹੈਗਾ ਸੀ ਜਿਹੜਾ ਇਸਲਾਮ ਨੂੰ ਜਨਰਲਾਈਜ਼ ਕਰਕੇ ਯੂਨੀਵਰਸਲਾਈਜ਼ ਕਰਨਾ ਉਹ ਜਿਹੜੀ ਸੂਫੀਆਂ ਦੀ ਸਪਿਰਚੁਅਲ ਮੂਵਮੈਂਟ ਆ ਉਹਨਾਂ ਨੇ ਇਸਲਾਮ ਨੂੰ ਇੱਕ ਜਰਨਲ ਜਿਹੜੀ ਬੰਦੇ ਦੀ ਸਪਿਰਚੁਅਲ ਅਰਜਾ ਉਹਦੇ ਵਿੱਚ ਇੰਟਰੋਡਿਊਸ ਕਰਾਇਆ ਤੇ ਅੱਜ ਲੋਕ ਕਹਿੰਦੇ ਆ ਸੂਫੀ ਦਰਗਾਹਾਂ ਤਾਂ ਬਸ ਨਾਨ ਰਿਲੀਜੀਅਸ ਸਪਿਰਚੁਅਲਿਟੀ ਨੂੰ ਰਿਪਰੈਜ਼ੈਂਟ ਕਰਦੀਆਂ ਪਰ ਇਤਿਹਾਸ ਇਹ ਦੱਸਦਾ ਹੈ ਕਿ ਸੂਫੀਆਂ ਦੀ ਜਿਹੜੀ ਲਿਖਤਾਂ ਉਹਨਾਂ ਨੇ ਔਰੰਗਜ਼ੇਬ ਦੀ ਤਲਵਾਰ ਨਾਲੋਂ ਜ਼ਿਆਦਾ ਲੋਕਾਂ ਨੂੰ ਇਸਲਾਮ ਚ ਕਨਵਰਟ ਕੀਤਾ। ਮਤਲਬ ਸੂਫੀ ਦਰਗਾਹਾਂ ਦੇ ਉੱਤੇ ਲੋਕਾਂ ਨੂੰ ਕਲਮਾ ਪੜ੍ਹਾ ਕੇ ਮੁਸਲਮਾਨ ਬਣਾਇਆ ਜਾਂਦਾ ਸੀ। ਇਹਦਾ ਮਤਲਬ ਕੀ ਹੈ? ਸੂਫੀਆਂ ਦੀ ਇਸਲਾਮ ਦੇ ਵਿੱਚ ਪੂਰੀ ਆਸਥਾ ਸੀ। ਉਹ ਪੱਕੇ ਮੁਸਲਮਾਨ ਸੀ। ਜਦੋਂ ਮਸਜਿਦ ਦੇ ਖਿਲਾਫ ਲਿਖ ਰਹੇ ਆ ਜਾਂ ਮੌਲਵੀ ਦੇ ਖਿਲਾਫ ਲਿਖ ਰਹੇ ਆ ਉਹ ਜਿਹੜਾ ਇਸਲਾਮ ਦੇ ਅੰਦਰ ਆਇਆ ਇੰਸਟੀਚੂਨਲ ਡਿਕਲਾਈਨ ਹੈ ਉਹਦੀ ਗੱਲ ਕਰ ਰਹੇ ਆ ਉਹਦਾ ਕ੍ਰਿਟਿਕ ਕਰ ਰਹੇ ਆ ਉਹਦੇ ਬਾਰੇ ਆਪਣੀ ਫਰਸਟ੍ਰੇਸ਼ਨ ਸਾਂਝੀ ਕਰ ਰਹੇ ਆ ਇਸਲਾਮ ਦੇ ਖਿਲਾਫ ਨਹੀਂ ਗੱਲ ਕਰ ਰਹੇ ਪਰ ਜਿਹੜਾ ਇਸਲਾਮ ਦਾ ਇਹ ਮੈਕੈਨਿਜ਼ਮ ਸੀ ਇਹ ਲੋਕਾਂ ਦੀ ਸਬਜੈਕਟਿਵ ਸਪੇਸ ਨੂੰ ਲੋਕਾਂ ਦੀ ਸਾਈਕਿਕ ਸਪੇਸ ਨੂੰ ਕੋਲੋਨਾਈਜ਼ ਕੋਲੋਨਾਈਜ਼ ਕਰਨ ਦਾ ਕਾਟਰ ਰਫਾਈਨਡ ਮੈਕੈਨਿਜ਼ਮ ਸੀ ਜਿਹੜੀ ਕਲੋਨਾਈਜ਼ੇਸ਼ਨ ਆ ਉਹਦੇ ਕੋਲੇ ਲੋਕਾਂ ਦੀ ਜਿਹੜੀ ਯੂਰੋਪੀਅਨ ਕਲੋਨਾਈਜ਼ੇਸ਼ਨ ਆ ਉਹਦੇ ਕੋਲੇ ਲੋਕਾਂ ਦੀ ਸਾਈਕਿਕ ਸਪੇਸ ਨੂੰ ਕਲੋਨਾਈਜ਼ ਕਰਨ ਦੀ ਜ਼ਿਆਦਾ ਸਟਲ ਤੇ ਜ਼ਿਆਦਾ ਰਿਫਾਈਨਡ ਮਸ਼ੀਨਰੀ ਸੀ ਸੋ ਕਲੋਨਾਈਜ਼ੇਸ਼ਨ ਤੋਂ ਬਾਅਦ ਕੀ ਹੋਇਆ ਅੰਗਰੇਜ਼ ਆਏ 1757 ਚ ਬੈਟਲ ਆਫ ਪਲਾਸੀ ਤੋਂ ਬਾਅਦ ਅੰਗਰੇਜ਼ਾਂ ਨੇ ਬੰਗਾਲ ਤੇ ਕਬਜ਼ਾ ਕੀਤਾ 1764 ਬੈਟਲ ਆਫ ਬਕਸਰ ਤੋਂ ਬਾਅਦ ਬੰਗਾਲ ਨੂੰ ਆਪਣੇ ਰਾਜ ਚ ਸ਼ਾਮਲ ਕਰ ਲਿਆ ਇਸ ਇੰਡੀਆ ਕੰਪਨੀ ਨੇ अर्ਲੀ 18th अर्ली 19th ਸੈਂਚਰੀ ਫਸਟ ਡੈਕੇਡ હિન્દੂ ਅਪਸਰਜ ਸ਼ੁਰੂ ਹੁੰਦਾ હિન્દੂਆਂ ਦੇ ਗਿਆਨ ਮੂਵਮੈਂਟਸ ਚੱਲਦੀਆਂ ਹਨ ਬਨਾਰਸ ਦੇ ਵਿੱਚ ਨਾਟ ਪੈਰੋਂ ਦੀ ਥਾਂ ਤੇ ਜਿਹੜੀ ਮਸਜਿਦ ਬਣੀ ਸੀ ਉਹਨੂੰ ਢਾ ਕੇ ਮਸਜਿਦ ਨੂੰ ਦੁਬਾਰਾ ਮੰਦਿਰ ਬਣਾਉਣ ਦੀ ਮੂਵਮੈਂਟ ਸ਼ੁਰੂ ਹੁੰਦੀ ਹੈ 1809 ਦੇ ਵਿੱਚ ਉਥੇ ਰਾਈਟਸ ਹੁੰਦੇ ਆ ਆਤਮੀਆਂ ਸਭਾ ਬਣਦੀ ਹੈ 1815 ਦੇ ਵਿੱਚ ਬ੍ਰਹਮੋ ਸਭਾ ਬਣਦੀ ਹੈ 1828 ਦੇ ਵਿੱਚ ਇੰਡੀਅਨ ਅਸੋਸੀਏਸ਼ਨਸ ਬਣਦੀਆਂ ਬਹੁਤ ਲੰਮੀ ਹਿਸਟਰੀ ਹੈ ਹਿੰਦੂਆਂ ਨੇ ਅਪਰਚੂਨਿਟੀ ਵੇਖੀ ਤੇ ਬ੍ਰਿਟਿਸ਼ ਨਾਲ ਕੋਲੈਬੋਰੇਟ ਕਰਕੇ ਹਿੰਦੂ ਟਰੈਡੀਸ਼ਨਸ ਨੂੰ ਰੀਡਿਫਾਈਨ ਕਰਕੇ ਉਹਨੂੰ ਰੀਇਨਵੈਂਟ ਕਰਕੇ ਆਪਣੀ ਜਿਹੜੀ ਗਵਾਚੀ ਹੋਈ ਪੋਲਿਟੀਕਲ ਸਪੇਸ ਸੀ ਉਹਨੂੰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਅੰਗਰੇਜ਼ਾਂ ਨੇ ਇਸ ਗੱਲ ਨੂੰ ਇੰਉਂ ਵੇਖਿਆ ਵੀ ਪਹਿਲਾਂ ਮੁਗਲਾਂ ਦਾ ਰਾਜ ਸੀ ਜਿਹੜਾ ਕਿ ਇਸਲਾਮੀ ਰਾਜ ਸੀ ਜਿਹੜੀ ਪਹਿਲੀ ਐਸਟੈਬਲਿਸ਼ ਧਰ ਨੂੰ ਜੇ ਡਿਸਪਲੇਸ ਕਰਕੇ ਨਵੀਂ ਧਰ ਨੂੰ ਪੋਲਿਟੀਕਲ ਪ੍ਰੋਸੈਸ ਦੇ ਰਾਹੀਂ ਅੱਗੇ ਲਿਆਂਦਾ ਜਾਵੇ ਤੇ ਉਹਨਾਂ ਲਈ ਰਾਜ ਕਰਨਾ ਕਨਵੀਨੀਅੰਟ ਸੀ ਤੇ ਹੋਇਆ ਵੀ ਇਸੇ ਤਰ੍ਹਾਂ 1947 ਤੱਕ ਹਿੰਦੂਆਂ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਕੋਈ मीनिंगफुल ਰੈਜ਼ਿਸਟੈਂਸ ਹੋਈ ਨਹੀਂ 1.6% ਟੋਟਲ ਸੈਕ ਪੋਪੂਲੇਸ਼ਨ ਤੇ 70% ਸਿੱਖਾਂ ਦੀਆਂ ਸੋ ਕਾਲਡ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਸੈਕਰੀਫਾਈਸਸ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਸਿੱਖਾਂ ਤੋਂ ਬਿਨਾ ਹੋਰ ਕੌਮਾਂ ਹਿੰਦੂ ਤੇ ਮੁਸਲਮਾਨ ਸੋ ਕਾਲਡ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਉਸ ਤਰ੍ਹਾਂ ਪਾਰਟਿਸਿਪੇਟ ਨਹੀਂ ਸੀ ਕਰ ਰਹੀਆਂ ਉਹ ਬ੍ਰਿਟਿਸ਼ ਨਾਲ ਕਲੈਬੋਰੇਟ ਕਰਕੇ ਆਪੋ ਆਪਣੀ ਸਪੇਸ ਸਿਕਿਉਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ 47 ਜਿਹੋਣੇ ਕੀਤੀ ਹਿੰਦੂਆਂ ਨੇ ਹਿੰਦੁਸਤਾਨ ਲਿਆ ਮੁਸਲਮਾਨਾਂ ਨੇ ਪਾਕਿਸਤਾਨ ਲਿਆ ਸਿੱਖ ਜਿਹੜੇ ਹੋਮਲੈਸ ਹੋਏ ਬੇਵਤਨੀ ਬੇਵਤਨੀ ਮਹਿਬੂਬ ਸਾਹਿਬ ਦੀ ਕਵਿਤਾ ਦੇ ਵਿੱਚ ਇੱਕ ਵੱਡਾ ਥੀਮ ਹੈ ਆਪਾਂ ਕੋਸ਼ਿਸ਼ ਕਰਾਂਗੇ ਹੋਰ ਬਹੁਤ ਸਾਰੇ ਥੀਮ ਆਪਾਂ ਗੱਲ ਕਰਨੀ ਅੱਜ ਪਰ ਕੋਸ਼ਿਸ਼ ਕਰਾਂਗੇ ਥੋੜੀ ਜਿਹੀ ਬੇਵਤਨੀ ਦੀ ਆਪਾਂ ਗੱਲ ਕਰੀਏ ਕਿ ਹੋਮਲੈਸਨੈਸ ਹੋਣ ਦਾ ਮਤਲਬ ਕੀ ਹੈ ਕੁਰਲਾਉਂਦੇ ਕਾਫਲੇ ਜਨਾਵੀ ਰਾਤ ਸੱਤ ਕਿਤਾਬਾਂ 6ਵੀਂ ਕਿਤਾਬ ਕੁਰਲਾਉਂਦੇ ਕਾਫਲੇ ਆ ਤੇ ਉਹ ਜਿਹੜਾ 47 ਦੀ ਇਹਨਾਂ ਦੀ ਮਾਈਗ੍ਰੇਸ਼ਨ ਦਾ ਐਕਸਪੀਰੀਅੰਸ ਆ ਉਹਨੂੰ ਮੈਟਾਫੋਰ ਦੇ ਤੌਰ ਤੇ ਵਰਤ ਕੇ ਜਿਹੜੀ ਡਿਸਪਲੇਸਮੈਂਟ ਇਨ ਬ੍ਰਾਡਰ ਕੰਟੈਕਸਟ displacement in a spiritual context ਉਹਦੇ ਤੇ 100 ਸਵਾ 100 ਸਫੇ ਦੀ ਉਹ ਕਵਿਤਾ ਲਿਖੀ ਹੈ ਇਹਨਾਂ ਨੇ ਤੇ ਪਰ ਇਹਦਾ ডিসਪਲੇਸਮੈਂਟ ਦਾ ਟੈਂਪੋਰਲ ਕੰਟੈਕਸਟ ਹੈ 1947 ਦਾ ਉਹ ਨੂੰ ਅੰਡਰਮਾਈਨ ਨਹੀਂ ਕਰਦੀ ਔਰ ਚ ਕੋਈ ਸਪਿਰਚੁਅਲ ਟੈਂਪੋਰਲ ਦੇ ਵਿੱਚ ਕਨਟਰਡਿਕਸ਼ਨ ਨਹੀਂ ਗਈ ਪਰ ਉਹ ਇੱਕ ਹਿਸਟੋਰੀਕਲ ਜਿਹੜੀ ਇਵੈਂਟ ਹੈ 1947 ਦੀ ਪਾਰਟੀਸ਼ਨ ਦੀ ਉਹ ਪੋਇਮ ਕਰਲਾਉਂਦੇ ਕਾਫਲੇ ਉਥੋਂ ਤੱਕ ਲਿਮਟਿਡ ਨਹੀਂ ਗਈ ਚਲੋ ਆਪਾਂ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਨਾਇਲਿਜ਼ਮ ਕਿਵੇਂ ਆਇਆ ਉਹਦੇ ਕੀ ਰੂਪ ਆਏ ਉਹਦੇ ਲਈ ਆਪਾਂ ਥੋੜੀ ਜੀ ਹਿਸਟਰੀ ਵੱਲ ਨਿਗਾਹ ਮਾਰੀ ਤੇ ਆਪਾਂ ਗੱਲ ਕੀਤੀ ਕਿੰਦੂ ਨੈਸ਼ਨਲਿਜ਼ਮ ਸ਼ੁਰੂ ਹੋਇਆ ਅੰਗਰੇਜ਼ਾਂ ਦੇ ਸਸੇ 1849 ਦੇ ਵਿੱਚ ਪੰਜਾਬ ਕਲੋਨਾਈਜ਼ ਹੋ ਗਿਆ ਅੰਗਰੇਜ਼ ਅੰਗਰੇਜ਼ੀ ਬੋਲਦੇ ਸੀ ਉਹਨਾਂ ਲਈ ਸਿੱਧਾ ਜਿਹੜਾ ਐਡਮਿਨਿਸਟ੍ਰੇਸ਼ਨ ਕਰਨਾ ਉਹ ਖਾਸੇ ਉਹਨਾਂ ਨੇ ਕੋ ਲੋਕਲ ਬੰਦੇ ਚਾਹੀਦੇ ਸੀ ਜਿਹੜੇ ਸੈਕੰਡ ਲੈਵਲ ਐਡਮਿਨਿਸਟਰेटर ਬਣ ਸਕਣ ਸੋ ਅੰਗਰੇਜ਼ ਹਾਊਜ਼ੈਂਡਸ ਆਫ ਜਿਹੜੇ ਹਿੰਦੂਜ਼ ਆ ਉਹਨਾਂ ਨੂੰ ਬੰਗਾਲ ਬਿਹਾਰ ਤੇ ਹੋਰ ਇਲਾਕਿਆਂ ਚੋਂ ਐਜ਼ ਅ ਸੈਕੰਡ ਲੈਵਲ ਐਡਮਿਨਿਸਟਰੇਟਰਸ ਪੰਜਾਬ ਦੇ ਵਿੱਚ ਲਾ ਕੇ ਆਏ 1849 ਦੇ ਵਿੱਚ 1849 ਤੋਂ ਬਾਅਦ ਉਹਨਾਂ ਚੋਂ ਜਿਹੜੇ ਹਿੰਦੂ ਆ ਜਿਹੜੇ ਸਿਵਲ ਸਰਵੈਂਟ ਸੀਗੇ ਸੋ ਪੰਜਾਬ ਇੱਕੋ ਵੇਲੇ ਅੰਗਰੇਜ਼ਾਂ ਦੀ ਕਲੋਨਾਈਜ਼ੇਸ਼ਨ ਦੇ ਵਿੱਚ ਵੀ ਆਇਆ ਤੇ ਹਿੰਦੂਆਂ ਦੇ ਕਲੋਨਾਈਜ਼ੇਸ਼ਨ ਦੇ ਵਿੱਚ ਜਿਹੜਾ ਬ੍ਰਿਟਿਸ਼ ਕੋਲੋਨੀਅਲ ਐਡਮਿਨਿਸਟ੍ਰੇਸ਼ਨ ਸੀ ਜਿਹੜੀ ਇਮੀਡੀਏਟ ਲੈਵਲ ਦੇ ਐਡਮਿਨਿਸਟਰेटर ਸੀ ਜਿਨ੍ਹਾਂ ਨੂੰ ਸਿੱਖਾਂ ਨੂੰ ਡੇਲੀ ਬੇਸਿਸ ਤੇ ਡੀਲ ਕਰਨਾ ਪੈਂਦਾ ਸੀ ਉਹ ਹਿੰਦੂ ਸੀ ਜਿਹੜੇ ਉਹਨਾਂ ਦੇ ਉੱਪਰ ਸੀ ਉਹ ਬ੍ਰਿਟਿਸ਼ ਸੀ ਸੋ ਬਾਬੂ ਨਵੀਨ ਚੰਦਰ ਰੌਏ ਉਹ ਇੱਕ ਸਿਵਲ ਸਰਵੈਂਟ ਸੀ 1862 ਦੇ ਵਿੱਚ ਪੰਜਾਬ ਬ੍ਰਹਮੋ ਸਮਾਜ ਲਾਹੌਰ ਬ੍ਰਹਮੋ ਸਮਾਜ ਦੀ ਨਹੀਂ ਨਵੀਨ ਚੰਦਰ ਰੌਏ ਨੇ ਰੱਖੀ ਲਾਲ ਰਾਜਪਤਰਾਏ ਹਿੰਦੂ ਮਹਾਸਭਾ ਦਾ ਲੀਡਰ ਸੀ ਪੰਜਾਬੀ ਸੀ ਕਾਂਗਰਸ ਦਾ ਸੀਨੀਅਰ ਲੀਡਰ ਸੀ ਤੇ ਉਹ ਕਹਿੰਦਾ ਵੀ ਸਾਰੀ ਉਹਦੀ ਇਨਸਪੀਰੇਸ਼ਨ ਬਾਬੂ ਨਵੀਨ ਚੰਦਰ ਰਾਹਤੋਂ ਆ ਰਹੀ ਸੋ ਜਿਹੜੀ ਇੱਕ ਡਿਫਰੈਂਟ ਸਰਚ ਪੇਪਰ ਦਾ ਟਾਪਿਕ ਹੈ ਸ਼ਾਇਦ ਕਿਤਾਬ ਦਾ ਵੀ ਜਿਹੜਾ ਕਲੋਨਾਈਜ਼ੇਸ਼ਨ ਤੋਂ ਬਾਅਦ ਜਿਹੜੇ ਇੰਡੀਅਨ ਹਿੰਦੂ ਐਡਮਿਨਿਸਟਰੇਟਰਸ ਆਏ ਅੰਗਰੇਜ਼ਾਂ ਦੇ ਨਾਲ ਉਹਨਾਂ ਨੇ ਕੀ ਕੀਤਾ ਸੋ ਉਹਨਾਂ ਦੇ ਨਾਲ ਹੀ ਰਿਫਾਰਮ ਮੂਵਮੈਂਟਸ ਆਈਆਂ ਆਰਿਆ ਸਮਾਜ ਆਈ ਦੇਵ ਸਮਾਜ ਪੰਜਾਬ ਸ਼ੁਰੂ ਹੋਈ ਸਨਾਤਨ ਧਰਮ ਸਭਾ ਸ਼ੁਰੂ ਹੋਈ ਤੇ ਨਾਲ ਹੀ ਹਿੰਦੀ ਮੂਵਮੈਂਟ ਆਈ ਜਿਹਦੀ ਮੈਂ ਗੱਲ ਕਰਨ ਲੱਗਾ ਪੰਜਾਬੀਆਂ ਨੇ ਪੰਜਾਬੀ ਦੀ ਥਾਂ ਤੇ ਹਿੰਦੀ ਦੀ ਗੱਲ ਸ਼ੁਰੂ ਕਰਦੇ 1850 ਵਨ ਦੇ ਵਿੱਚ ਅੰਗਰੇਜ਼ਾਂ ਨੇ ਪਹਿਲਾ ਸਕੂਲ ਪੰਜਾਬ ਚ ਸਟੈਬਲਿਸ਼ ਕੀਤਾ ਤੇ ਪੁਰਾਣਾ ਸਿੱਖ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਹ ਸਾਰਾ ਬਰਬਾਦ ਕਰਤਾ ਉਸ ਸਕੂਲ ਲਈ ਕਯੂਰਿਕੂਲਮ ਚਾਹੀਦਾ ਸੀ ਕਯੂਰਿਕੂਲਮ ਲਈ ਅੰਗਰੇਜ਼ ਇੰਗਲਿਸ਼ ਰੋਮਾਂਟਿਕ ਪੋਇਟਰੀ ਨਾਲ ਆਈਡੈਂਟੀਕਲ ਲਿਟਰੇਚਰ ਜਿਹੜਾ ਉਹ ਲੋਕਲ ਪ੍ਰੋਡਿਊਸ ਕਰਾਉਣਾ ਚਾਹੁੰਦੇ ਸੀ ਉਹਦੇ ਲਈ ਦੋ ਮੁਸਲਮਾਨ ਪੋएट ﺍﻟताफ हुसैन حالی ਤੇ ਮੁਹੰਮਦ हुसैन आजाद ਅੰਗਰੇਜ਼ਾਂ ਨੇ ਪੰਜਾਬ ਚ ਲਿਆਂਦੇ حالی ਨੇ ਉਰਦੂ ਦੇ ਵਿੱਚ ਇੰਗਲਿਸ਼ ਰੋਮਾਂਟਿਕ ਪੋਇਟਰੀ ਵਰਗੀ ਪੋਇਟਿਕਸ ਤਿਆਰ ਕੀਤੀ ਜਿਹਦਾ ਨਾਮ ਮਕਦਮਾ ਸ਼ਿਰੋ ਸ਼ਾਇਰੀ ਤੇ ਉਹਨਾਂ ਨੇ ਤਰ੍ਹਾਂ ਮਿਸਰਾ ਦੇ ਰਾਇਮ ਮਸ਼ਾਇਰੇ ਕਰਕੇ ਲੋਕਲ ਪੋਏਟਸ ਤੋਂ ਜਿਹੜੀਆਂ ਰੋਮਾਂਟਿਕ ਪੈਟਰਨ ਦੀਆਂ ਉਰਦੂ ਪੋਇਮਜ਼ ਆ ਉਹ ਲਖਵਾਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਪੋਇਮਸ ਨੂੰ ਅੰਗਰੇਜ਼ਾਂ ਨੇ ਸਕੂਲ ਕਰਿਕੂਲਮ ਚ ਵਰਤਨਾ ਸ਼ੁਰੂ ਕੀਤਾ ਤੇ ਪੰਜਾਬ ਨੂੰ ਉਰਦੂ ਨੂੰ ਪੰਜਾਬ ਦੀ ਅਫੀਸ਼ੀਅਲ ਲੈਂਗੁਏਜ ਬਣਾਇਆ ਅੰਗਰੇਜ਼ਾਂ ਨੂੰ ਸਿੱਖਾਂ ਤੋਂ ਸਭ ਤੋਂ ਲੰਬੀ ਤੇ ਸਟਰੋਂਗ ਰੈਜ਼ਿਸਟੈਂਸ ਮਿਲੀ ਸੀ ਅੰਗਰੇਜ਼ ਸਿੱਖਾਂ ਦੇ ਧਰਮ ਨੂੰ ਉਹਨਾਂ ਦੇ ਇੰਸਪੀਰੇਸ਼ਨ ਦੇ ਸੋਰਸਸ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਦਲਹੌਜ਼ੀ ਨੇ ਇਹ ਗੱਲਾਂ ਲਿਖੀਆਂ ਦਲਹੌਜ਼ੀ ਦੇ ਲੈਟਰਸ ਪੜ੍ਹ ਲਓ ਇਹਨਾਂ ਗੱਲਾਂ ਨਾਲ ਭਰੇ ਪਏ ਆ ਅੰਗਰੇਜ਼ਾਂ ਨੇ ਉਰਦੂ ਨੂੰ ਪੰਜਾਬ ਦੀ ਲੈਂਗੁਏਜ ਬਣਾ ਕੇ ਪੰਜਾਬੀ ਨੂੰ ਬਰਖਤਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖਾਂ ਦੀ ਬੋਲੀ ਮੈਨੇ ਕਹਿੰਦਾ ਇਕੱਲੇ ਸਿੱਖਾਂ ਦੀ ਬੋਲੀ ਪਰ 1849 ਤੋਂ ਬਾਅਦ ਪੰਜਾਬ ਦੀ ਧਰਤੀ ਤੇ ਮਸਜਿਦ ਵੀ ਬਹੁਤ ਮਸਜਿਦਾਂ ਬਹੁਤ ਸੀ ਮੰਦਿਰ ਵੀ ਬਹੁਤ ਸੀ ਤੇ ਗੁਰਦੁਆਰੇ ਵੀ ਸੀ ਕਿਸੇ ਇੱਕ ਵੀ ਮਸੀਤ ਜਾਂ ਮੰਦਿਰ ਦੇ ਵਿੱਚ ਪੰਜਾਬੀ ਨਹੀਂ ਸੀ ਪੜਾਈ ਜਾਂਦੀ ਗੁਰਦੁਆਰਿਆਂ ਦੇ ਵੀ ਨਹੀਂ ਪੜਾਈ ਜਾਂਦੀ 1877 ਦੇ ਵਿੱਚ ਸਿੱਖਾਂ ਨੇ ਪੰਜਾਬੀ ਨੂੰ ਸਕੂਲ ਕਰਿਕੂਲਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ 1879 ਦੇ ਵਿੱਚ ਪੰਜਾਬੀ ਸਕੂਲ ਕਰਿਕੂਲਮ ਦੇ ਵਿੱਚ ਸ਼ਾਮਲ ਹੋਈ 49 ਤੋਂ ਲੈ ਕੇ 79 ਤੱਕ ਪੰਜਾਬੀ ਸਿੱਖਾਂ ਨੇ ਗੁਰਦੁਆਰਿਆਂ ਦੇ ਰਾਹੀਂ ਸਰਵਾਈਵ ਕੀਤੀ ਸਿਰਫ ਇੱਕੋ ਕੌਮ ਨੇ ਪੜਾਈ ਅੱਜ ਪੰਜਾਬੀ ਦੁਨੀਆ ਭਰ ਚ ਫੈਲੇ ਹੋਏ ਆ ਜਿਹਨਾਂ ਦੀ ਸਭ ਤੋਂ ਵੱਡੀ ਗਿਣਤੀ ਮੁਸਲਮਾਨ ਪੰਜਾਬੀਆਂ ਦੀ ਹੈ ਫਿਰ ਸਿੱਖ ਫਿਰ ਹਿੰਦੂ ਡਾਇਸਪੋਰਾ ਦੇ ਵਿੱਚ ਮੰਦਰ ਵੀ ਆ ਮਸੀਤਾਂ ਵੀ ਆ ਗੁਰਦੁਆਰੇ ਵੀ ਆ ਕਿਸੇ ਵੀ ਹਿੰਦੂ ਟੈਂਪਲ ਜਾਂ ਮੁਸਲਮ ਮਸਕ ਦੇ ਵਿੱਚ ਕਿਸੇ ਵੀ ਮੁਲਕ ਚ ਪੰਜਾਬੀ ਨਹੀਂ ਪੜਾਈ ਜਾਂਦੀ ਹਰ ਮੁਲਕ ਦੇ ਹਰ ਗੁਰਦੁਆਰੇ ਚ ਪੰਜਾਬੀ ਪੜਾਈ ਜਾਂਦੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਪੰਜਾਬੀ ਨਾਲ ਸਾਂਝ ਸੀ ਜਿਹੜੀ ਸਾਂਝ ਹੋਰ ਲੋਕਾਂ ਨੇ ਨਹੀਂ ਵਿਖਾਈ ਹੁਣ ਮੈਂ ਇਹ ਹਿਸਟਰੀ ਬੰਦ ਕਰਦਾ ਹਾਂ ਇਹ ਆਪਣੇ ਆਪ ਚ ਵੱਖਰਾ ਟੌਪਿਕ ਹੈ ਕਿਤੇ ਫੇਰੇ ਤੇ ਗੱਲ ਕਰਾਂਗੇ ਪਰ ਮੈਂ ਇਹ ਹਿਸਟਰੀ ਦਿੱਤੀ ਕਿਉਂ ਮੈਂ ਦਿੱਤੀ ਇਸ ਲਈ ਆ ਜਿਹੜਾ ਲੈਂਗੁਏਜ ਨੂੰ ਛੱਡਣਾ ਮਤਲਬ ਜਿਹਨਾਂ ਰੌਲਾ ਚੱਲਿਆ 1877 ਦੇ ਵਿੱਚ ਸਿੰਘ ਸਭਾ ਦੇ ਸਿੱਖ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਉਹ ਲੈ ਕੇ ਆਏ ਮੁੱਦਾ ਵੀ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਪੰਜਾਬੀ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਕੂਲ ਕਿਰਮ ਸ਼ਾਮਲ ਕਰੇ ਹਿੰਦੂਆਂ ਤੇ ਸਿੱਖਾਂ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਪੰਜਾਬੀ ਡਿਵੈਲਪਡ ਲੈਂਗੁਏਜ ਇਹ ਬਲਗਰ ਲੋਕਾਂ ਦੇ ਲਈ ਉਹ ਸਿੱਖਾਂ ਨੂੰ ਵਲਗਰ ਕਹਿਣ ਦੇ ਸ਼ੌਕ 'ਚ ਆਪਣੀ ਲੈਂਗੁਏਜ ਜਿਹੜੀ ਆ ਉਹਨੂੰ ਰਿਜੈਕਟ ਕਰ ਰਹੇ ਸੀ। ਬਾਬਾ ਸ਼ੇਖ ਫਰੀਦ ਪੱਕੇ ਮੁਸਲਮਾਨ ਵੱਡੇ ਸੂਫੀ ਪੰਜਾਬੀ ਦੇ ਪਹਿਲੇ ਸਿਗਨੀਫੀਕੈਂਟ ਪੋएट ਆ। ਇਕਬਾਲ ਵਰਗੇ ਬੰਦੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਮੁਸਲਮਾਨ ਕਹਉਂਦੇ ਸੀ ਉਹ ਬਾਬਾ ਫਰੀਦ ਦੀ ਬੋਲੀ ਨੂੰ ਗੁੱਲੇ ਸ਼ਾਹ ਦੀ ਬੋਲੀ ਨੂੰ ਮੀਆਂ ਮੁਹੰਮਦ ਬਖਸ਼ ਦੀ ਬੋਲੀ ਨੂੰ ਵਲਗਰ ਕਿਵੇਂ ਕਹਿ ਸਕਦੇ ਸੀ ਇੱਕ ਪੋएट ਦੇ ਵਿੱਚ ਇਸ ਪੱਧਰ ਦੀ ਸੈਂਸਿਟੀਵਿਟੀ ਪੰਜਾਬੀ ਮੁਸਲਮਾਨਾਂ ਨੇ ਜਿੰਨੇ ਕਮਾਲ ਦਾ ਪੰਜਾਬੀ ਲਿਟਰੇਚਰ ਪ੍ਰੋਡਿਊਸ ਕੀਤਾ ਦੋਨੋਂ ਟ੍ਰੈਡੀਸ਼ਨਲ ਸੂਫੀ ਟ੍ਰੈਡੀਸ਼ਨ ਤੇ ਕਿੱਸਾ ਟ੍ਰੈਡੀਸ਼ਨ ਮੀਆਂ ਮੁਹੰਮਦ ਬਖਸ਼ ਨੇ ਕਿੱਸਾ ਲਿਖਿਆ ਸੈਫਲ ਮਲੂਕ ਉਸੀ ਪਾਕਿਸਤਾਨ ਜਾ ਕੇ ਗੱਲ ਕਰਕੇ ਵੇਖੋ ਲੋਕ ਨਿਯਮ ਉਦਵਕਸ਼ਨ ਨੂੰ ਕਿ ਸਪੋਰਟ ਥੋੜਾ ਮੰਨਦੇ ਆ ਉਹਨੂੰ ਇੱਕ ਵੱਡੇ ਸੂਫੀ ਮੁਰਸ਼ਿਦ ਵਰਗੀ ਰਿਸਪੈਕਟ ਆ ਸੋ ਏ ਨਾਇਲਿਜ਼ਮ ਭਰਤੀ ਦੇ ਉੱਤੇ ਫੈਲਿਆ ਹੋਇਆ ਸੀ ਜਿਹੜੀ ਪੰਜਾਬੀ ਦੀ ਰਿਜੈਕਸ਼ਨ ਉਹ ਨਾਇਲਿਜ਼ਮ ਦੇ ਫੈਲੇ ਹੋਣ ਦਾ ਸਿੱਟਾ ਨਾਇਲ ਦੇ ਫੈਲੇ ਹੋਣ ਦਾ ਮਤਲਬ ਕੀ ਹੈ ਲੋਕਾਂ ਦੀ ਅੰਦਰੋਂ ਡਿਸਪਲੇਸਮੈਂਟ ਹੋ ਗਈ ਲੋਕਾਂ ਦੀ ਅੰਦਰੋਂ ਡਿਸਪਲੇਸਮੈਂਟ ਦਾ ਕੀ ਮਤਲਬ ਹੈ ਲੋਕ ਆਪਣੀ ਲੈਂਗੁਏਜ ਨੂੰ ਬਗਾਨੀ ਸਮਝਣ ਲਾ ਕੇ ਦੂਜੇ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਲੋਕ ਕਿ ਗੋਰੇ ਬਣਨ ਦੀ ਕੋਸ਼ਿਸ਼ ਕਰਨ ਲਾਗੇ ਜਿਹੜੇ ਇੱਕ ਕਲੋਨੀਅਲ ਪੀਰੀਅਡ ਦੇ ਵਿੱਚ ਹਿੰਦੂ ਮੁਸਲਮਾਨ 엘ੀਟ ਸੀ ਇਹ ਅੰਗਰੇਜ਼ਾਂ ਤੋਂ ਵੱਧ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਬਾਰੇ ਮਹਿਬੂਬ ਸਾਹਿਬ ਲਿਖ ਰਹੇ ਆ ਆਪਣੇ ਧਰਮ ਨੂੰ ਬਾਹਰ ਬੇਗਾਨਾ ਮਨ ਜਦੋਂ ਕੋਈ ਜੀਵੇ ਆਪਣੇ ਧਰਮ ਨੂੰ ਬਾਹਰ ਬੇਗਾਨਾ ਮਨ ਜਦੋਂ ਕੋਈ ਜੀਵੇ ਬਾਦਨਸੀਬ ਅਥਰੂ ਪਰਦੇਸੀ ਹੌਲ ਚਰਖ ਦਾ ਪੀਵੇ ਚਰਖ ਕਹਿੰਦੇ ਅਸਮਾਨ ਇਹ ਲਾਈਨ ਵੇਖੋ ਤੁਸੀਂ ਕਿਹੜਾ ਪੋएट ਕਿਹੜਾ ਪੋएट ਇਸ ਤਰ੍ਹਾਂ ਦੀ ਲਾਈਨ ਲਿਖ ਸਕਦਾ ਆਪਣੇ ਦਰ ਨੂੰ ਬਾਹਰ ਬੇਗਾਨਾ ਮਨ ਜਦੋਂ ਕੋਈ ਜੀਵੇ ਬਾਦ ਨਸੀਬ ਅਥਰੂ ਪਰਦੇਸੀ ਹੌਲ ਚਰਖ ਦਾ ਪੀਵੇ ਅਨਫੋਰਚੂਨੇਟ ਇਹ ਸਰ ਅਨਫੋਰਚੁਨੇਟ ਨਹੀਂ ਬਾਦਮਸੀਬ ਪਰਦੇਸੀ ਅਥਰੂ ਅਨਫੋਰਚੁਨੇਟ ਟੀਅਰ ਜਿਹੜਾ ਡਿਸਪਲੇਸ ਹੋ ਚੁੱਕਾ ਹੈ ਅਨਫੋਰਚੁਨੇਟ ਗੱਲ ਸੋਖੀ ਸਮਝਾਉਂਦੀ ਹੈ ਅਥਰੂ ਦੇ ਪਰਦੇਸੀ ਹੋਣ ਦਾ ਕੀ ਮਤਲਬ ਹੈ ਬਦਨਸੀਬ ਅਥਰੂ ਪ੍ਰਦੇਸੀ ਹਾਲ ਚਰਖ ਦਾ ਪੀਵੇ ਅਸਮਾਨ ਦਾ ਹਾਲ ਅਸਮਾਨ ਨੂੰ ਗਸ਼ ਪੈ ਰਹੀ ਹੈ ਇਹ ਵੱਡੀ ਗੱਲ ਹੈ ਜਦੋਂ ਕੋਈ ਆਪਣੇ ਦਰ ਨੂੰ ਬਾਹਰ ਬਗਾਨਾ ਮੰਨ ਕੇ ਜਿਉਂਦਾ ਹੈ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਬੇਹਰਮਤੀ ਹੈ ਅਥਰੂ ਪ੍ਰਦੇਸੀ ਕਿਉਂ ਆ ਅਥਰੂ ਰਿਪਰੈਜ਼ੈਂਟ ਕਿਹੜੀ ਗੱਲ ਨੂੰ ਆ ਅਥਰੂ ਗਰੀਫ ਜਿਹੜੀ ਇੰਟੈਂਸ ਗਰੀਫ ਆ ਉਹ ਪ੍ਰਦੇਸੀ ਕਦੋਂ ਹੁੰਦਾ ਜਦੋਂ ਉਹਦੀ ਆਪਣੀ ਧਰਤੀ ਤੇ ਉਹਦੇ ਨਾਲ ਰਿਲੇਟ ਕਰਨ ਨੂੰ ਕੋਈ ਹੈ ਹੀ ਨਹੀਂ ਜਦੋਂ ਉਸ ਦੁੱਖ ਦੇ ਨਾਲ ਸਾਂਝ ਪਾਉਣ ਵਾਲੇ ਬੰਦੇ ਆਪਣੇ ਦੇਸ਼ 'ਚ ਮੁੱਕ ਗਏ ਤੇ ਅਥਰੂ ਪ੍ਰਦੇਸੀ ਹੋ ਗਿਆ ਯਾਨੀ ਇਹਦੀ ਪਹਿਲੀ ਹਫ਼ਤਾ ਬੜੀ ਕਮਾਲ ਦੀ ਐ ਸੂਰਜ ਛਪਦੇ ਕੋਲੇ ਸਖੀਏ ਕੋ ਪੰਛੀ ਘੁਰ ਲਾਇਆ ਤਰ ਕਾਲਾਂ ਦੇ ਦੇਸ਼ ਅੰਦਰਾਂ ਕੌਣ ਕੌਣ ਨਹੀਂ ਆਇਆ ਉਰ ਜੇ ਤਹੀਰ ਲਾਈ ਨਾ ਦੂਰ ਸਰਾਂ ਦੇ ਕੰਡੇ ਸਖੀਏ ਹੰਝੂ ਜਲ ਵਿੱਚ ਰਲਿਆ ਕਾਲਵਲ ਹੋ ਕੇ ਭੌਂਦੇ ਫਿਰਨਾ ਪਾਣੀਆਂ ਦੇ ਵਿੱਚ ਮਰਿਆ ਦੂਰ ਸਰਾਂ ਦੇ ਸਰਸ ਰੋਵਰ ਤਲਾਬ ਪਾਣੀ ਦਾ ਟੈਂਕ ਦੂਰ ਸਰਾਂ ਦੇ ਕੰਡੇ ਸਖੀਏ ਹੰਝੂ ਜਲ ਵਿੱਚ ਰਲੇ ਜਲਵਲ ਦੇ ਵਿੱਚ ਜਲ ਦੇ ਵਿੱਚ ਭਰੇ ਪਾਣੀ ਦੇ ਵਿੱਚ ਇੱਕ ਅਥਰੂ ਕਲਵਲ ਹੋਣ ਦਾ ਮਰ ਹੁੰਦਾ ਤੜਪਣਾ ਬੇਚੈਨ ਹੋਣਾ ਪ੍ਰੋਸਟੇਟ ਹੋਣਾ ਕਲਬਲ ਹੋ ਕੇ ਪਾਉਂਦੇ ਫਿਰਨਾ ਪਾਣੀਆਂ ਦੇ ਵਿੱਚ ਮਰਿਆ ਅਥਰੂ ਵੀ ਪਾਣੀ ਆ ਸਰਦਾ ਵੀ ਪਾਣੀ ਆ ਤਲਾਬ ਦਾ ਪਾਣੀ ਦੇ ਵਿੱਚ ਅਥਰੂ ਮਰ ਗਿਆ ਪਾਣੀ ਦੇ ਵਿੱਚ ਅਥਰੂ ਜਿਹੜਾ ਮਰ ਰਿਹਾ ਕਲਬਲ ਹੋ ਕੇ ਪਾਉ ਰਿਹਾ ਉਹ ਕੀ ਹੈ ਉਹ ਇਨਸੈਂਸਿਟਿਵ ਲੋਕਾਈ ਦੇ ਵਿੱਚ ਇਕੱਲਾ ਫਿਰਦਾ ਕਵੀ ਆ ਉਹ ਇਨਸੈਂਸਿਟਿਵ ਦੁਨੀਆ ਦੇ ਵਿੱਚ ਜਿਹੜੀ ਕੱਲੀ ਇੰਡੀਵਿਜੂਅਲ ਸੈਂਸਿਟੀਵਿਟੀ ਆ ਜਿਹਦੇ ਨਾਲ ਰਿਲੇਟ ਕਰਨ ਨੂੰ ਹੈ ਹੀ ਕੋਈ ਨਹੀਂ ਸੋ ਅਥਰੂ ਪਰਦੇਸੀ ਆ ਜਿਹੜਾ ਬਾਦਨਸੀਬ ਅਥਰੂ ਪਰਦੇਸੀ ਮਤਲਬ ਆ ਆ ਲਾਈਨ ਇਹ ਇਹ ਇੰਨੀ ਕਮਾਲ ਦੀ ਲਾਈਨ ਆ ਮਤਲਬ ਮੈਂ ਕਹਿੰਨਾ ਵੀ ਦੁਨੀਆ 'ਤ ਬਹੁਤ ਘੱਟ ਪਾਲ ਸਿਲਾਹ ਦੇ ਲੈਵਲ ਦੇ ਬੰਦੇ ਉਹ ਇਸ ਤਰ੍ਹਾਂ ਦੀ ਜਿਹੜੀਆਂ ਇੰਟੈਂਸ ਕਵਿਤਾ ਦੀਆਂ ਸਤਰਾਂ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਨਹੀਂ ਬਹੁਤੇ ਕਵੀਆਂ ਦੇ ਹਿੱਸੇ ਨਹੀਂ ਆਇਆ ਬਹੁਤ ਨਸੀਬ ਅਥਰੂ ਪ੍ਰਦੇਸੀ ਹੌਲ ਚਰਖ ਦਾ ਪੀਵੇ ਸੋ ਆਪਾਂ ਗੱਲ ਕਰਨੀ ਹੈ ਕ੍ਰੀਏਟਿਵ ਫੋਰਸ ਦੀ ਤੇ ਮਹਿਬੂਬ ਸਾਹਿਬ ਦੀ ਕ੍ਰੀਏਟੀਵਿਟੀ ਦੀ ਤੇ ਉਹ ਮਤਲਬ ਡਿਸਪਲੇਸਮੈਂਟ ਡਿਸਪਲੇਸਮੈਂਟ 1947 ਚ ਹੋਈ ਪਰ ਮਹਿਬੂਬ ਸਾਹਿਬ ਕਹਿ ਰਹੇ ਆ ਡਿਸਪਲੇਸਮੈਂਟ ਪਹਿਲੇ ਹੋ ਚੁੱਕੀ ਸੀ ਨਾਇਲਿਜ਼ਮ ਨੇ ਡਿਸਪਲੇਸਮੈਂਟ ਕੀਤੀ ਕੋਲੋਨੀਅਲਿਜ਼ਮ ਨਾਲ ਨਾਇਲਿਜ਼ਮ ਆਇਆ ਜਿਹੜਾ 47 ਹੈ ਉਹ ਪੰਜਾਬ ਦੀ ਧਰਤੀ ਤੇ ਫੈਲੇ ਹੋਏ ਨਹਿਵਾਦ ਨਾਇਲਿਜ਼ਮ ਦੀ ਸਿਖਰ ਹੈ ਸੋ ਮਹਿਬੂਬ ਸਾਹਿਬ ਜਿਹੜੇ ਸ਼ੁਰੂ ਹੁੰਦੇ ਆ ਸ਼ੁਰੂ ਪਹਿਲੀ ਕਿਤਾਬ ਚ ਉਹਨਾਂ ਦੀ ਕਵਿਤਾ ਹੈ ਪਛਤਾਵਾ ਪਛਤਾਵੇ ਦੇ ਵਿੱਚ ਲਾਈਨਾਂ ਚਾਨਣ ਦੇ ਰੰਗ ਭਰਮ ਕੇ ਐਵੇਂ ਚੰਨ ਨਾਲ ਪਿਆਰ ਨਾ ਪਾਇਆ ਚੱਲ ਨਹੀਂ ਜਿੰਦੇ ਨੇਰ ਚ ਜਾ ਕੇ ਆਪਣਾ ਦੀਪ ਜਗਾਈ ਵਣਾਂਚ ਪੁਛਾ ਦੀ ਝੁੱਗੀ ਵੱਲੇ ਵਾਂਗ ਮੁਸਾਫਰ ਜਾਈਏ ਵਰਿਆਂ ਪਿੱਛੋਂ ਨੇਰ ਦੇ ਦਰਬੇ ਭਰਮ ਭਰਮ ਕੇ ਆਈਏ ਇਹ ਲਾਈਨਾਂ ਸਮਝਣ ਵਾਲੀ ਚਾਨਣ ਦੇ ਰੰਗ ਭਰਮ ਕੇ ਐਵੇਂ ਚੰਨ ਨਾਲ ਪਿਆਰ ਨਾ ਪਾਈਏ ਜੋ ਰੌਸ਼ਨ ਦੱਸਦਾ ਚੰਨ ਪੋਇਟਰੀ ਦੇ ਵਿੱਚ ਚੰਨ ਕੀ ਹੈ ਚਾਨਣ ਇੱਕ ਕਲਿਸ਼ੇ ਬਣ ਚੁੱਕਾ ਹੈ ਚੰਨ ਖੂਬਸੂਰਤ ਹੈ ਪਰ ਮੂਨ ਇੱਕ ਕਲਿਸ਼ੇ ਬਣ ਚੁੱਕਾ ਹੈ ਲਾਈਟ ਕਲਿਸ਼ੇ ਬਣ ਚੁੱਕੀ ਹੈ ਜਿਹੜਾ ਕਵੀ ਲਾਈਟ ਨੂੰ ਲੱਭ ਰਿਹਾ ਉਹ ਕਹਿੰਦਾ ਚਾਨਣ ਦੇ ਰੰਗ ਭਰਮ ਕੇ ਐਵੇਂ ਚੰਨ ਨਾਲ ਪਿਆਰ ਨਾ ਪਾਈਏ ਚੱਲ ਨਹੀਂ ਜਿੰਦੇ ਨੇਹਰ ਚ ਜਾ ਕੇ ਆਪਣਾ ਦੀਪ ਜਗਾਈਏ ਥੋੜਾ ਜਿਹਾ ਦੀਵਾ ਬਾਲ ਕੇ ਉਦਾ ਅਰਥ ਹੈ ਆਪਣਾ ਦੀਪ ਜਗਾਉਣ ਦਾ ਅਰਥ ਹੈ ਬਣਾਂ ਚ ਉਸ਼ਾ ਦੀ ਝੁਕੀ ਵੱਲੇ ਉਸ਼ਾ ਕੀ ਹੁੰਦੀ ਹੈ ਦੌਨ ਪ੍ਰਭਾਤ ਜਦੋਂ ਸੂਰਜ ਚੜਦਾ ਬਣ ਵੁੱਡਜ਼ ਹੈ ਰੇ ਸੰਗਣੇ ਵੁੱਡਜ਼ ਉਹ ਦਰਖਤਾਂ ਦੇ ਵਿੱਚੋਂ ਸੰਗਣੇ ਦਰਖਤਾਂ ਦੇ ਵਿੱਚੋਂ ਤੁਹਾਨੂੰ ਥੋੜੀ ਜੀ ਲੋ ਆ ਰਹੀ ਹੈ ਡਿਸਟੈਂਸ ਦੇ ਦੂਰੋਂ ਜਿਹੜੀ ਉਹ ਡਿਸਟੈਂਟ ਲਾਈਟ ਹੈ ਡੌਨ ਦੀ ਡੌਨ ਬ੍ਰੇਕਿੰਗ ਦੀ ਉਹਨੂੰ ਉਹ ਹੱਟ ਲੱਗਦੀ ਹੈ ਗੋਇਟ ਨੂੰ ਆਪਣੀ ਡੌਨ ਬ੍ਰੇਕਿੰਗ ਦੀ ਡਿਸਟੈਂਸ ਲਾਈਟ ਜਿਹੜੀ ਹੈ ਉੱਥੇ ਕਹਿੰਦਾ ਬਣਾ ਚ ਪੁਛਾ ਦੀ ਝੁਗੀ ਵੱਲੇ ਉੱਥੇ ਬਣਾ ਨਹੀਂ ਚਾਹੁੰਦਾ ਵਾਂਗ ਮੁਸਾਫਰ ਜਾਈਏ ਇਹ ਇਹ ਬੜੀ ਕਮਾਲ ਦੀ ਲਾਈਨ ਹੈ ਦੇਖੋ ਫਿਲਾਸਫੀਕਲ ਥਿੰਕਿੰਗ ਹੋਵੇ ਫਿਲਾਸਫੀਕਲ ਰਾਈਟਿੰਗ ਹੋਵੇ ਪੋਇਟਰੀ ਹੋਵੇ ਸਭ ਤੋਂ ਸੌਖੀ ਗੱਲ ਆ ਵੀ ਗੱਲ ਜਿਹੜੀ ਆ ਮੈਟਾਫਿਜ਼ੀਕਲ ਸੈਂਟਰ ਵੱਲ ਨੂੰ ਤਿਲਕ ਜਾਂਦੀ ਮੈਟਾਫਿਜ਼ੀਕਲ ਸੈਂਟਰ ਤੇ ਬੈਠੇ ਹੋਣ ਦਾ ਮਤਲਬ ਆ ਇੱਕ ਐਸਟੈਬਲਿਸ਼ਡ ਵਰਲਡ 뷰 ਪੂਰੀ ਜ਼ਿੰਦਗੀ ਬਾਰੇ ਧਾਰਨ ਕਰ ਲੈਣਾ ਤੇ ਹਰ ਚੀਜ਼ ਨੂੰ ਉਹਦਾ ਸਟੇਟਸ ਹਰ ਚੀਜ਼ ਨੂੰ ਉਹਦਾ ਰੁਤਬਾ ਅਸਾਈਨ ਕਰਨਾ ਤੇ ਜਜਮੈਂਟਸ ਪਾਸ ਕਰਨੇ ਇਹ ਡੀਕਨਸਟਰਕਟਿਵ ਹੈ ਤੇ ਖੜਦੇ ਨਹੀਂ ਇਹ ਮੂਵ ਆਨ ਕਰ ਰਿਹਾ ਬਣਾ ਚ ਉਸਾ ਦੀ ਝੁੱਗੀ ਵੱਲੇ ਵਾਂਗ ਮੁਸਾਫਰ ਜਾਏਗੇ ਮੁਸਾਫਰ ਨੇ ਉਹ ਝੁੱਗੀ ਦੇ ਵਿੱਚ ਘਰਨੇ ਪੋਣਾ ਉਹਨੇ ਉਹ ਮੂਮੈਂਟ ਜਿਹੜੇ ਆ ਉਹ ਰੈਲਿਸ਼ ਕਰਨੇ ਤੇ ਫਿਰ ਮੂਵ ਆਨ ਹੋ ਜਾਣਾ ਵਰਿਆਂ ਪਿੱਛੋਂ ਨੇਰ ਦੇ ਦਰਤੇ ਭਰਮ ਭਰਮ ਕੇ ਆਈ ਲੰਮਾ ਸਫਰ ਕਰੀਏ ਸਾਲਾਂ ਤੱਕ ਤੇ ਕਿੱਥੇ ਆਈਏ ਐਟ ਦਾ ਡੋਰ ਆਫ ਡਾਰਕਨੈਸ ਲਾਈਟ ਦੇ ਵਿੱਚ ਘੁੰਮਣਾ ਸਾਰਿਆਂ ਝਟਕਣਾ ਭਰਮ ਜੋ ਦਸਦਾਉ ਕੁਛ ਨਹੀਂਗਾ ਡਾਰਕਨੈਸ ਐਕਸਪਲੋਰ ਕਰੋ ਉਹਨਾਂ ਨੇ ਸੈਂਜਰ ਵਿੱਚੋਂ ਖਾਲਸਾ ਚ ਲਿਖਿਆ ਹੈ ਦਸਤੋਵਸਕੀ ਬਾਰੇ ਵੀ ਦਸਤੋਵਸਕੀ ਜਿਹੜੀ ਹਿਊਮਨ ਨੇਚਰ ਦੇ ਜਿਹੜੇ ਬਹੁਤ ਡਾਰਕ ਅਸਪੈਕਟਸ ਆ ਆਪਣੇ ਨੋਵਲਾਂ ਰਹੀਂ ਉਹਨਾਂ ਨੂੰ ਐਕਸਪਲੋਰ ਕਰਦਾ ਹੈ ਤੋਂ ਡਾਰਕਨੈਸ ਨੂੰ ਇਸ ਤਰ੍ਹਾਂ ਐਲੈਬੋਰੇਟ ਕਰਦਾ ਹੈ ਵੀ ਉਹਦੇ ਚੋ ਲਾਈਟ ਦਾ ਸਹੀ ਐਕਸਪੀਰੀਅੰਸ ਜਿਹੜਾ ਉਹ ਪੈਦਾ ਹੁੰਦਾ ਜਿਹੜੀ ਲਾਈਟ ਦੀ ਮੈਟਾਫਿਜ਼ੀਕਲ ਕਲੀਸ਼ੇਡ ਮੈਟਾਫੋਰਿਕਲ ਯੂਸੇਜ ਜਾਂ ਰਿਪਰੈਜ਼ੈਂਟੇਸ਼ਨ ਉਹ ਜ਼ਿਆਦਾ ਪਰਫਾਉਂਡ ਐਕਸਪੀਰੀਅੰਸ ਅੱਗੇ ਨਹੀਂ ਲੈ ਕੇ ਆਉਂਦੀ ਮਹਿਬੂਬ ਸਾਹਿਬ ਕਹਿ ਰਹੇ ਆ ਬਰਿਆਂ ਪਿੱਛੋਂ ਨੇਰ ਦੇ ਦਰ ਤੇ ਪਰੰਪਰਮ ਕੇ ਆਏ ਸੋ ਇਹ ਜਿਹੜੀ ਅਈਲੀ ਗੱਲ ਆ ਜਿਹੜੀ ਵੀ ਪੋएट ਨੇ ਸ਼ੁਰੂ ਚ ਡਿਪਾਰਚਰ ਲੈ ਲਿਆ ਐਸਟੈਬਲਿਸ਼ਡ ਕੰਵੈਂਸ਼ਨਸ ਨਾਲ ਜਿਹੜੀਆਂ ਥਿੰਕਿੰਗ ਦੀ ਕੰਵੈਂਸ਼ਨਸ ਕਹਿ ਸਕਦੇ ਆ ਸੌਰੀ ਹਰ ਚੀਜ਼ ਨਾਲ ਉਹਨੇ ਡਿਪਾਰਚਰ ਲੈ ਲਿਆ ਪੋएट ਕੀ ਕਰ ਰਿਹਾ ਹੈ ਉਹ ਆਪਣੇ ਪੱਧਰ ਤੇ ਸਬਜੈਕਟਿਵਲੀ ਵਰਲਡ ਨਾਲ ਲਾਈਫ ਨਾਲ ਇੰਗੇਜ ਕਰਦਾ ਮੈਂ ਕਹਿੰਦਾ ਪੋएट ਹੋਰ ਕਰੂਗਾ ਕੀ ਇਹ ਕਿਵੇਂ ਨਹੀਂ ਕਰੂਗਾ ਕੋਈ ਕਵੀ ਇਹ ਇਹੀ ਤਾਂ ਕਰਤਾ ਹੈ ਆਪਣੇ ਪੱਧਰ ਤੇ ਲਾਈਫ ਨਾਲ ਸਿੱਧੀ ਸਬਜੈਕਟਿਵ ਇੰਗੇਜਮੈਂਟ ਸੋ ਉਹਦੇ ਚੋਂ ਦੋ ਪੱਖ ਇਕੱਠੇ ਚੱਲਦੇ ਹੋਏ ਆ ਇੱਕ ਤਾਂ ਪੱਖ ਇਹ ਆ ਵੀ ਕ੍ਰਾਈਸਿਸ ਹੈ ਧਰਤੀ ਤੇ ਆਲੇ-ਦੁਆਲੇ ਸੱਭਿਆਚਾਰ ਚ ਹਰ ਜਗ੍ਹਾ ਨਾਇਲਿਜ਼ਮ ਫੈਲਿਆ ਹੋਇਆ ਦੂਜੇ ਪਾਸੇ ਧਰਤੀ ਦੀ ਜਿਹੜੀ ਖੂਬਸੂਰਤੀ ਹੈ ਉਹਦੇ ਨਾਲ ਜਿਹੜੀ ਇੱਕ ਕਵੀ ਦੀ ਬੜੀ ਆਥੈਂਟਿਕ ਇੰਗੇਜਮੈਂਟ ਹੈ ਉਹ ਚ ਹੋਪ ਵੀ ਪਈ ਹੈ ਜਿਵੇਂ ਹੰਦ ਰੁੱਤਾਂ ਨੂੰ ਭੇਦ ਭਰੇ ਖਾਤਾ ਜਿਹੜੀ ਦੂਜੀ ਕਿਤਾਬ ਵਚਨਾ ਦੀ ਰਾਤ ਦੇ ਵਿੱਚ ਉੱਚ ਕਵਤਾ ਇੱਕ ਅੰਮ੍ਰਿਤ ਵੇਲੇ ਦੀ ਲੋ ਕੁਝ ਦੋ ਲਾਈਨਾਂ ਮੈਂ ਤੁਹਾਨੂੰ ਪੜਨਾ ਮੇਰੀਆਂ ਕੁੱਲ ਫਰਿਆਦਾਂ ਉੱਠੇ ਮਾਂ ਦਾ ਮੋਹ ਕਿਸੇ ਵਲੀ ਨੇ ਆਉਣਾ ਬੱਚਾ ਸਮਿਆਂ ਦੀ ਕਨਸੋ ਹੁਣ ਫਰਿਆਦਾਂ ਤਾਂ ਕਵੀ ਦੀਆਂ ਕਵੀ ਅਰਦਾਸਾਂ ਕਰ ਰਿਹਾ ਹੈ ਇਥੋਂ ਕੋਈ ਰਾਹ ਨਿਕਲੂਗਾ ਪਰ ਅਰਦਾਸ ਜਿਹੜੀ ਅਰਦਾਸ ਦੀ ਇੰਟੈਂਸਿਟੀ ਹੈ ਉਹ ਨੂੰ ਰਿਸਪੌਂਡ ਜਿਹੜੀ ਮਾਂ ਦੀ ਅਫੈਕਸ਼ਨ ਹੈ ਉਹ ਕਰ ਰਹੀ ਹੈ ਕਵੀ ਕਹਿੰਦਾ ਮੇਰੀਆਂ ਕੁੱਲ ਫਰਿਆਦਾਂ ਹੇਠੋਂ ਉੱਠੇ ਮਾਂ ਦਾ ਮੋਹ ਕਿਸੇ ਵਲੀ ਨੇ ਆਉਣਾ ਬੱਚਾ ਸਮੇਂ ਅਧਿਕਨ ਸੋ ਟਾਈਮ ਦੇ ਵਿੱਚੋਂ ਆਹਤ ਮਿਲ ਰਹੀ ਹੈ ਕੰਸਰਵ ਮਿਲ ਰਹੀ ਹੈ ਕੰਸਰਵ ਹੁੰਦੀ ਹੈ ਜਿਵੇਂ ਤੁਸੀਂ ਬੈਠੇ ਆ ਵੇਖ ਨਹੀਂ ਰਹੇ ਪਰ ਤੁਸੀਂ ਰਿਅਲਾਈਜ਼ ਕਰ ਰਹੇ ਹੋ ਕੁਝ ਆ ਰਿਹਾ ਹੈ ਪਿੱਛੇ ਦੂਰੋਂ ਨੇੜੇੋਂ ਨਹੀਂ ਜਿਵੇਂ ਨੇਟ ਅਮਰੀਕਨਸ ਧਰਤੀ ਦੇ ਉੱਤੇ ਕੰਨ ਲਾ ਕੇ ਮਹਿਸੂਸ ਕਰਕੇ ਦੱਸ ਦਿੰਦੇ ਸੀ ਵੀ ਇੰਨੀ ਦੂਰੋਂ ਇੰਨੇ ਘੋੜੇ ਆ ਰਹੇ ਆ ਇੰਨੀ ਕੁ ਦੂਰ ਆ ਤੇ ਇੰਨੇ ਘੋੜੇ ਆ ਉਹ ਉਹ ਉਸ ਤਰ੍ਹਾਂ ਇੱਕ કંਸੋ ਆ ਜਿਹੜੀ ਸੈਸਬਾ ਕਿਸੇ ਬੜੀ ਨੇ ਆਉਣਾ ਬੱਚਾ ਸਮਿਆਂ ਦੀ કંਸੋ ਸੋ ਪੋਇਟ ਕਹਿ ਰਿਹਾ ਪੋਟੈਂਸ਼ੀਅਲ ਆ ਗੱਲ ਦੇ ਵਿੱਚ ਅਗਲੀਆਂ ਲੈਨਰ ਵਿੱਚ ਇਸੇ ਕਵਤਾ ਚ ਮੇਰੇ ਨੈਣ ਚ ਅਥਰੂ ਆਇਆ ਦੇਸ ਦੇ ਸਾਂਚੋ ਹੋ ਰੱਬ ਜਾਣੇ ਕੋਈ ਦੂਰ ਦਰਾਡੇ ਰਿਹਾਸ ਤਾਰਾ ਰੋ ਮੇਰੇ ਨੈਣ ਚ ਅਥਰੂ ਆਇਆ ਦੇਸ ਦੇ ਸਾਂਚੋ ਹੋ ਦੇਸ ਦੇ ਸਾਂਚੋ ਹੋਰਾ ਮਤਲਬ ਆ ਵਾਂਡਰਿੰਗ ਅਰਾਊਂਡ ਇਨ ਸੈਵਰਲ ਕੰਟਰੀਜ਼ ਮੇਰੀਆਂ ਅੱਖਾਂ ਚ ਅਥਰੂ ਆਇਆ ਆਫਟਰ ਇਟ ਵਾਂਡਰਡ ਅਰਾਊਂਡ ਇਨ ਸੈਵਰਲ ਕੰਟਰੀਜ਼ ਮੇਰੇ ਨੈਣ ਚ ਅਥਰੂ ਆਇਆ ਦੇਸ਼ ਦੇ ਸਾਂਚੋ ਹੋ ਰੱਬ ਜਾਣੇ ਕੋਈ ਦੂਰ ਦਰਾਡੇ ਰਿਹਾ ਸਤਾਰਾ ਰੋ ਧਰਤੀ ਦੇ ਉੱਤੇ ਕਿਤੇ ਦੂਰ ਦਰਾਡੇ ਕੋਈ ਸਤਾਰਾ ਰੋ ਰਿਹਾ ਉਹਦਾ ਅਥਰੂ ਘੁੰਮ ਘਮਾ ਕੇ ਮੇਰੇ ਨੈਣਾ ਚ ਆ ਗਿਆ ਇਹ ਗੱਲ ਬੜੀ ਕਮਾਲ ਆ ਇਹਦਾ ਮਤਲਬ ਕੀ ਹੈ ਨਾਇਲਿਜ਼ਮ ਫੈਲ ਗਿਆ ਪਰ ਧੜਕਦੀ ਜ਼ਿੰਦਗੀ ਬਰਬਾਦ ਨਹੀਂ ਹੋਈ ਹੋਪ ਖਤਮ ਨਹੀਂ ਹੋਈ ਕਿਸੇ ਡਿਸਟੈਂਸ ਡਿਸਟੈਂਟ ਰੈਲਮ ਦੇ ਵਿੱਚ ਕੋਈ ਹੈ ਜਿਹਦੇ ਚ ਧਰਤੀ ਦੇ ਪਲੈਨਟ ਦੇ ਲਾਈਫ ਦੇ ਇਸ ਗਰੀਫ ਨੂੰ ਇੰਟੈਂਸਲੀ ਮਹਿਸੂਸ ਕਰਨ ਦੀ ਐਬਿਲਿਟੀ ਬਚੀ ਹੈ ਤੇ ਉਹਦਾ ਜਿਹੜਾ ਗਰੀਫ ਦਾ ਐਕਸਪ੍ਰੈਸ਼ਨ ਅਥਰੂ ਉਹ ਮੇਰੇ ਨਾਲ ਕਨੈਕਟ ਕਰ ਰਿਹਾ ਐ ਇੱਕ ਹੋਰ ਥਾਂ ਤੇ ਅ ਕੋਲੋਂ ਦੇ ਕਾਫਲੇ ਦੇ ਵਿੱਚ ਲਾਈਨ ਆਉਂਦੀ ਹੈ ਬਾਂਜ ਪਰਬਤਾਂ ਨੂੰ ਟੱਕ ਲੈਂਦੀ ਬੇਲ ਅੰਗੂਰ ਦੀ ਸਾਹ ਵੀ ਇੱਕ ਗਰੇਪ ਵਾਈਨ ਉਹ ਪੱਥਰਾਂ ਨਾਲ ਭਰੇ ਬਾਹਾਂ ਬਾਹਾਂ ਪਰਬਤ ਹੁੰਦੇ ਜਾਂਦੇ ਤੇ ਕੋਈ ਦਰਖਤ ਨਹੀਂ ਹੁੰਦਾ ਰੌਕਸੀ ਹੁੰਦੀ ਗਾ ਸਾਹ ਰੇ ਜਿਹੜਾ ਰੌਕਸ ਦੇ ਵੱਡੇ ਮਾਉਂਟੇਨ ਇੱਕ ਗਰੇਪ ਵਾਈਨ ਦੇ ਵਿੱਚ ਪੋਟੈਂਸ਼ੀਅਲ ਹੈ ਕਿ ਉਹ ਪੂਰੇ ਪੂਰੇ ਪਹਾੜਾਂ ਨੂੰ ਢੱਕ ਸਕਦੀ ਹੈ ਤੇ ਹਰੇ ਭਰੇ ਬਣਾ ਸਕਦੀ ਹੈ ਸੋ ਇਹ ਜਿਹੜਾ ਜਿਹੜੀ ਮਤਲਬ ਧਰਤੀ ਤੇ ਕਲਯੁਗ ਫੈਲਿਆ ਹੋਇਆ ਅੱਤੀ ਕਾਲੀ ਯੋਗ ਦੀ ਨਾਇਲਿਜ਼ਮ ਦੀ ਹਿੰਸਾ ਦਾ ਸ਼ਿਕਾਰ ਹੈ ਪਰ ਸਭ ਕੁਝ ਬਰਬਾਦ ਨਹੀਂ ਹੋਇਆ ਬਹੁਤ ਕੁਝ ਹੈ ਸੋ ਇਹ ਜਿਹੜੀ ਮਤਲਬ ਇਹ ਸਾਰਾ ਪ੍ਰੋਸੈਸ ਚੱਲਦਾ ਹੈ ਅਰਥਾ ਤੇ ਜਿਵੇਂ ਮੈਂ ਕੁਝ ਹੋਰ ਲਾਈਨਾਂ ਪੜਦਾ ਉਹ ਜਿਹੜੀ ਲੋਕਾਂ ਦੇ ਵਿੱਚ ਮਨੁੱਖਤਾ ਦੇ ਵਿੱਚ ਇੱਕ ਬਚੀ ਹੋਈ ਜਿਹੜੀ ਕੈਪੇਬਿਲਟੀ ਹੈ ਨਾ ਉਹਨੂੰ ਐਲੈਬੋਰੇਟ ਕਰ ਰਹੇ ਹਾਂ ਤੇ ਨਵੀਰਾ ਦਾ ਸਟਾਈਲ ਹੈ ਨਾ ਉਹ ਬੜਾ ਡਿਫਰੈਂਟ ਹੈ ਅਮ ਆਪਾਂ ਖੇਤੀ ਖਤਮ ਕਰਦੇ ਹਾਂ ਕੁਝ ਮੈਂ ਥੋੜਾ ਜਿਹਾ ਹੋਰ ਗੱਲਾਂ ਸਾਂਝੀਆਂ ਕਰ ਲਾਂ ਪਰ ਜੇ ਕਿਸੇ ਦਾ ਕੁਐਸਚਨ ਕੋਈ ਹੋਵੇ ਤੇ ਮੈਨੂੰ ਤੁਸੀਂ ਦੱਸ ਦਿਓ ਮੈਂ ਵਿੱਚੋਂ ਲੈ ਲੂੰਗਾ ਓਕੇ ਜਿਹੜੀ ਨਵੀਰਾ ਦਾ ਰਾਈਟਿੰਗ ਸਟਾਈਲ ਹੈ ਨਾ ਉਹ ਇਹ ਵੀ ਗੋਇਮਸ ਲੰਮੀਆਂ ਤੇ ਕਪਲੇਟਸ ਚੱਲਦੇ ਆ ਕਪਲੇਟਸ ਜਿਹੜੇ ਆ ਉਹ ਜਾਂਤ ਪਈਏ ਸ਼ੰਦ ਚ ਜਾਂ ਬਹੁਤ ਵਾਰੀ ਚੌਪੇਸ਼ ਹੁੰਦੀ ਚ ਇਹ ਆਮ ਤੌਰ ਤੇ ਜ਼ਿਆਦਾ ਇੱਕ ਕਪਲੇਟ ਦਾ ਦੂਜੇ ਨਾਲ ਸਿੱਧਾ ਕੋਈ ਸਬੰਧ ਨਹੀਂ ਇੰਡੀਪੈਂਡੈਂਟ ਕਪਲੇਟਸ ਚੱਲਦੇ ਆ ਤੇ ਉਹ ਡਿਫਰੈਂਟ ਐਂਗਲਸ ਤੋਂ ਇੱਕ ਮੂਡ ਨੂੰ ਐਲੈਬੋਰੇਟ ਕਰੀ ਜਾਂਦਾ। ਜਿਵੇਂ ਮੈਂ ਹੁਣ ਹੋਪ ਵਾਲੀ ਗੱਲ ਕੀਤੀ ਆ। ਉਹਦੇ ਚ ਮੈਂ ਤੁਹਾਨੂੰ ਕੁਝ ਕੁਝ ਜਿਹੜੀਆਂ ਚੀਜ਼ਾਂ ਅਸੀ ਵੀ ਤੁਰਦੇ ਵਤਨ ਨੂੰ ਤੁਰੰਜ ਤੇਰੇ ਖਾਬ ਬਿਨ ਬਾਬੇ ਦੇ ਰੋਮ ਦੀ ਪੌਣਾ ਵਿਚ ਰਬਾਬ ਹੋਰ ਕੁਛ ਆ। ਸੁੱਕੇ ਬਾਗ ਜਗੇ ਪਿਆ ਦੀਵਾ ਰਾਵੀ ਵੇਖ ਮੈਂ ਰੋਇਆ ਪੱਤਿਆਂ ਦੀ ਖੜਖੜ ਨਰਮੋਹੀ ਸੁਣ ਸੁਣ ਕੇ ਸ਼ੀਮ ਹੋਇਆ ਇਹ ਇੱਕ ਕਮਾਲ ਦੀ ਲਾਈਨ ਹੈ ਦੇਖੋ ਸੁੱਕੇ ਬਾਗ ਜਗੇ ਪਿਆ ਦੀਵਾ ਰਾਹੀ ਵੇਖ ਮੈਂ ਰੋਇਆ ਪੱਤਿਆਂ ਦੀ ਖੜਖੜ ਨਰਮੋਹੀ ਸੁਣ ਸੁਣ ਕੇ ਸ਼ੀਮ ਹੋਇਆ ਸੁੱਕੇ ਬਾਗ ਜਿਹੜਾ ਦੀਵਾ ਜਗ ਰਿਹਾ ਉਹ ਐਕਚੁਅਲੀ ਤਾਂ ਹੋਪ ਆ ਪਰ ਪੋਇਟ ਉਹਨੂੰ ਵੇਖ ਕੇ ਰੋ ਰਿਹਾ ਕਿਉਂਕਿ ਜਿਹੜੀ ਦੀਵੇ ਦਾ ਜਗਦਾ ਰਹਿਣਾ ਸਾਰੇ ਉਜਾੜ ਦੇ باوجود ਉਹ ਕਵੀ ਦੇ ਅੰਦਰ ਵਿਰਾਗ ਪੈਦਾ ਕਰ ਰਿਹਾ ਪੱਤਿਆਂ ਦੀ ਖੜਖੜ ਨਿਰਮੋਹੀ ਸੁਣ ਸੁਣ ਕੇ ਸ਼ੀਮ ਹੋਇਆ ਸੁੱਕੇ ਪੱਤੇ ਜਿਹੜੇ ਝੜ ਕੇ ਡਿੱਗ ਚੁੱਕੇ ਆ ਉਹਨਾਂ ਦੀ ਖੜਖੜ ਦੇ ਵਿੱਚ ਕੋਈ ਅਫੈਕਸ਼ਨ ਨਹੀਂ ਗਈ ਜਿਹੜੀ ਲੈਕ ਆਫ ਅਫੈਕਸ਼ਨ ਆ ਉਹਨੂੰ ਸੁਣ ਕੇ ਜਿਹੜਾ ਸ਼ੇਰ ਬੈਠਾ ਉੱਥੇ ਲਾਇਨ ਉਹ ਸੁਣ ਸੁਣ ਕੇ ਮਰ ਗਿਆ। ਇਸ ਸ਼ੇਰ ਦੀ ਮੌਤ ਦਾ ਕੀ ਅਰਥ ਹੈ? ਜਦੋਂ ਤੁਹਾਡੀ ਧਰਤੀ ਦੇ ਵਿੱਚੋਂ ਅਫੈਕਟ ਖਤਮ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਅਫੈਕਟਿਵ ਕਨੈਕਸ਼ਨ ਸਾਰਾ ਕੁਝ ਆਕ ਵੀ ਵਾਸਤੇ। ਜਦੋਂ ਅਫੈਕਟ ਖਤਮ ਹੋ ਜਾਂਦਾ। ਜਾਂ ਬਾਜ਼ ਜੋ ਦੇ ਸ਼ੇਰਾਂ ਵਰਗੇ ਰਾਜਿਆਂ ਵਰਗੇ ਉਹ ਲੈਕ ਆਫ ਜਿਹੜੀ ਅਪਨਾਤ ਹੈ ਜਿਹੜਾ ਲੈਕ ਆਫ ਕਨੈਕਸ਼ਨ ਆ ਧਰਤੀ ਦੇ ਬੇਗਾਨਗੀ ਆ ਜਿਹੜੀ ਹੋਮਲੈਸਨੈਸ ਆ ਜਿਹੜੇ ਹੋਮਲੈਸਨੈਸ ਨੂੰ ਹੋਮਲੈਸਨੈਸ ਬਣਾਉਣ ਵਾਲੇ ਐਕਸਪੀਰੀਐਂਸਸ ਆ ਉਹ ਮਾਰ ਦਿੰਦੇ ਉਹਨਾਂ ਨੂੰ ਜਿਵੇਂ ਪਰ ਲਾਉਂਦੇ ਕਾਫੇ ਲੈਣ ਆਉਂਦੀਆਂ ਧਰ ਦੇ ਮੋਹ ਬਿਨਾ ਇਲਮਾਂ ਦੇ ਖਾਲੀ ਰਹਿਣ ਚ ਬਾਰੇ ਰੋਂਦੇ ਹੋਏ ਮਜ਼ਾਰਾਂ ਦੇ ਜੋ ਬੂਹੇ ਰਹਿਣਛ ਨਾ ਧਰ ਧਰਤੀ ਇਲਮ ਨੋਲਿਜ ਵਿਦਆਊਟ ਐਨ ਇਫੈਕਟਿਵ ਕਨੈਕਸ਼ਨ ਵਿਦ ਯੂਰ ਓਨ ਲੈਂਡ ਆਪਣੀ ਧਰਤੀ ਨਾਲ ਕੋ ਖਾਸ ਇਫੈਕਟਿਵ ਨਾਤਾ ਹੋਣ ਤੋਂ ਬਿਨਾ ਜਿਹੜੀ ਨੋਲਿਜ ਆ ਉਹਦੇ ਪੈਨਸਿਸ emptya ਖਾਲੀ ਰਹਿਣ ਚ ਬਾਰੇ ਰੋਂਦੇ ਹੋਏ ਮਜ਼ਾਰਾਂ ਦੇ ਜਿਉ ਬੂਹੇ ਰਹਿਣ ਸ਼ਿੰਗਾਰੇ ਮਜ਼ਾਰ ਜਿਹੜੀ ਟੂਮ ਕਿਸੇ ਦਾ ਵੇਲਿੰਗ ਟੂਮ ਤੇ ਉਹਦਾ ਡੋਰ ਹ ਉਸ ਦੇ ਡੈਕੋਰੇਟ ਕਰ ਦਿਓ ਵੇਲਿੰਗ ਟੂਮ ਦੇ ਰੋਂਦੇ ਹੋਏ ਮਜ਼ਾਰ ਦੇ ਸ਼ਿੰਗਾਰੇ ਹੋਏ ਬੂਹੇ ਦਾ ਕੀ ਅਰਥ ਆ ਇਹ ਕੁਝ ਰਹਿ ਜਾਂਦਾ ਹੈ ਜੇ ਧਰਤੀ ਨਾਲ ਕਨੈਕਸ਼ਨ ਨਹੀਂ ਸੋ ਨੌਲੇਜ ਬਾਅਦ ਚਾ ਸੋ ਗੱਲ ਕੀ ਹੈ ਡਿਸਪਲੇਸਮੈਂਟ ਹੀ ਸਾਰਾ ਕੁਝ ਹੈ ਮੈਂ ਮਤਲਬ ਕੋਈ ਵੀ ਗੱਲ ਜਿਹੜੀ ਹੈ ਉਹ ਅਨਐਕਸਪਲੇਨਡ ਛੱਡਨੀ ਨਹੀਂ ਸੀ ਚਾਹੁੰਦਾ ਤੇ ਉਹਦੇ ਕਰਕੇ ਬਹੁਤ ਕੁਝ ਰਹਿ ਗਿਆ ਆਪਾ ਛੇਤੀ ਜਿਵੇਂ ਤੁਹਾਡੇ ਕੁਐਸਚਨ ਲੈ ਕੇ ਉਹਨੂੰ ਵਾਈਂਡ ਅਪ ਕਰਨਾ ਚਾਹੁੰਦੇ ਆ ਪਰ ਜੋ ਤੁਸੀਂ ਮਾਈਂਡ ਨਾ ਕਰੋ ਤੇ ਮੈਂ ਕੁਝ ਹੋਰ ਚੀਜ਼ਾਂ ਜਿਹੜੀਆਂ ਉਹ ਪੱਖ ਜਿਹੜੇ ਆ 올 ਰਾਈਟ ਆ ਥੋੜਾ ਜਿਹਾ ਕੰਟੀਨਿਊ ਕਰ ਲਈਏ ਕੁਝ ਹੋਰ ਜਿਹੜੇ ਪੱਖ ਆਦੇ ਮੈਂ ਨਾ ਮੈਂ ਕਰਨੇ ਚਾਹਣਾ ਜਵੇਂ ਆ ਆਪਾਂ ਕਵਤਾ ਪੜ੍ਹਨੀ ਆ ਪੰਜਾਬ ਦੀ ਇੱਕ ਕੁੜੀ ਨੂੰ ਵੇਖ ਕੇ ਉਹ 20 ਪੇਜ ਦੀ ਕਵਤਾ ਹੈ ਪਰ ਆਪੋ ਦਾ ਇੱਕ ਸਫਾ ਪੜ੍ਹਨਾ ਸ਼ੁਰੂ ਆ ਤੇ ਮੈਂ ਉਹਦੀ ਜਿਹੜੀ ਸਟਾਈਲ ਤੇ ਜਿਹੜਾ ਉਹਦਾ ਈਡੀਅਮ ਤੇ ਥੀਮੈਟਿਕ ਐਸਪੈਕਟ ਆ ਉਹ ਪਹਿਲੇ ਸਫੇ 'ਚ ਤੁਹਾਨੂੰ ਉਹਦੀ ਇੰਟਰੋਡਕਸ਼ਨ ਦੇਣੀ ਆ ਉਸ ਤੋਂ ਪਹਿਲਾਂ ਜਿਹੜਾ ਮਤਲਬ ਇਹ ਇਲਾਕਾ ਛੱਡ ਕੇ ਆਏ ਉਹ ਸੰਦਲਪਾਰ ਦਾ ਇਲਾਕਾ ਸੀ ਉੱਥੇ ਵਣ ਹੁੰਦੇ ਸੀ ਵਣ ਇੱਕ ਦਰਖਤ ਆ ਪੰਜਾਬ ਦੇ ਵਿੱਚ ਤੇ ਉੱਥੇ ਵਣਾਂ ਦੇ ਜੰਗਲ ਹੁੰਦੇ ਸੀ ਦੂਰ ਤੱਕ ਬੇਲੇ ਹੁੰਦੇ ਸੀ ਬੇਲਾ ਕੀ ਹੁੰਦਾ ਰਿਵਰ ਦੇ ਨਾਲ ਇੱਕ ਏਰੀਆ ਹੁੰਦਾ ਖੁੱਲਾ ਜਿੱਥੇ ਮੈਡੋਜ਼ ਹੁੰਦੀਆਂ ਤੇ ਬਹੁਤ ਜ਼ਿਆਦਾ ਦਰਖਤ ਹੁੰਦੇ ਆ ਤੇ ਦਰਖਤਾਂ ਦੀ ਸ਼ਾਹ ਹੁੰਦੀ ਹੈ ਰਿਵਰ ਹੋਣ ਕਰਕੇ ਉਥੇ ਠੰਡੀ ਹਵਾ ਵੀ ਆਉਂਦੀ ਹੈ ਠੰਡੀ ਛਾਂ ਵੀ ਹੁੰਦੀ ਹੈ ਹਵਾ ਦੀ ਸੋ ਪਿੰਡਾਂ ਦੇ ਨੌਜਵਾਨ ਮੁੰਡੇ ਨਹਿਰਾਂ ਦੇ ਦਰਿਆਵਾਂ ਦੇ ਕੰਢੇ ਬੇਲਿਆਂ ਦੇ ਵਿੱਚ ਪਸ਼ੂ ਚਾਰਦੇ ਸੀ ਸੋ ਬੇਲੇ ਦੀ ਰੌਣਕ ਬੇਲੇ ਦੇ ਵਿੱਚ ਜਾਨਵਰ ਵੀ ਹੁੰਦੇ ਸੀ ਹਿਰਨ ਵੀ ਹੁੰਦੇ ਸੀ ਖਰਗੋਸ਼ ਵੀ ਹੁੰਦੇ ਸੀ ਪੰਛੀ ਬਹੁਤ ਸਾਰੇ ਹੁੰਦੇ ਸੀ ਪੰਛੀਆਂ ਦੀ ਰੌਣਕ ਪਸ਼ੂ ਉਥੇ ਚੱਲ ਰਹੇ ਆ ਦਰਿਆ ਕੋਲੋਂ ਵਗ ਰਹੇ ਆ ਸਰ ਬੇਲੇ ਦੇ ਵਿੱਚ ਮੱਝਾਂ ਚਾਰਨ ਦਾ ਐਕਸਪੀਰੀਅੰਸ ਆ ਉਹ ਮਤਲਬ ਇਹਨਾਂ ਦੀ ਕਵਤਾ ਦੇ ਵਿੱਚ ਬਹੁਤ ਉਹ ਖਾਸ ਥੀਮ ਆ ਰਿਹਾ ਤੇ ਉਹ ਜਿਵੇਂ ਮਤਲਬ ਉਸ ਲੈਂਡਸਕੇਪ ਦੇ ਕੰਟੈਕਸਟ ਦੇ ਵਿੱਚ ਇਹਨਾਂ ਦੀ ਪੋਇਟਰੀ ਦੇ ਮੈਟਾਫਰ ਜਿਹੜੇ ਆ ਉਹ ਸੈਂਸ ਬਣਦੀ ਹੈ ਜਿਵੇਂ ਵੇਖੋ ਇੱਕ ਪਾਸੇ ਜਿਹੜੀ ਡੈਜ਼ਰਟ ਵਰਗੀ ਧਰਤੀ ਹੈ ਜੀ ਕਮੈਂਟ ਤੁਹਾਡਾ ਆਇਆ ਕਰਨ ਉਹ ਮੂਨਸ ਲਾਈਟ ਇਨ ਇੰਗਲਿਸ਼ ਚਾਨਣ ਦੇ ਰੰਗ ਭਰਮ ਕੇ ਐਵੇਂ ਚੰਨ ਨਾਲ ਪਿਆਰ ਨਾ ਪਾਈਏ ਨਾ ਭਰਮ ਇਜ਼ ਕੈਨ ਬੀ ਟ੍ਰਾਂਸਲੇਟਡ ਐਜ਼ ਕਨਫਿਊਜ਼ਡ ਪਰ ਮੈਂ ਕਰਨਾ ਨਹੀਂ ਚਾਹੁੰਦਾ ਇਟਸ ਮੋਰ ਲਾਈਕ ਮਿਸ ਅੰਡਰਸਟੈਂਡਿੰਗ ਬਾਈ ਗੈਟਿੰਗ ਹੈਵਿੰਗ ਅ ਮਿਸ ਅੰਡਰਸਟੈਂਡਿੰਗ ਬਾਈ ਲੁਕਿੰਗ ਐਟ ਦਾ ਲਾਈਟ ਆਫ ਦਾ ਮੂਨ ਅ do not fall in love with the moon channan de rang parm ke aime channal pyar na pagge don't get confused by the light and do not fall in love with the moon chalne jende nehir ch jaake apna deep jagaiye oh life oh soul let's go in the darkness ਐਂਡ ਲਾਈਟ आवर ਓਨ ਲੈਂਪ ਦੀਵਾ ਦੈਟ ਦੈਟਸ ਦ ਬਾਸ ਓਕੇ ਮੈਂ ਪ੍ਰਵਾਸ ਕਰਤਾ ਪੜ੍ਹਨੀ ਸੀ ਉਹ ਵੀ ਰਹਿ ਗਈ ਪਰ ਮੈਂ ਕੁਝ ਹੋਰ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਓਕੇ ਮੈਂ ਤੁਹਾਡੇ ਨਾਲ ਗੱਲ ਕੀਤੀ ਕੁੜੀਆਂ ਦੀ ਕੁੜੀਆਂ ਨਾਲ ਕਨੈਕਸ਼ਨ ਨੂੰ ਉਹ ਮੈਂ ਉਸ ਗੱਲ ਤੇ ਹੋਣਾ ਪੰਜਾਬ ਦੀ ਕੁੜੀ ਨੂੰ ਪੜ੍ਹ ਕੇ ਪਰ ਇੱਕ ਹੋਰ ਬੜੀ ਕਮਾਲ ਦੀ ਰਮਜ਼ ਇੱਕ ਹਫ਼ਤਾ ਦੇ ਵਿੱਚ ਆ। ਉਹ ਮੈਂ ਉਹਦੇ ਬਾਰੇ ਗੱਲ ਕਰਨੀ ਚਾਹਣਾ ਫਿਰ ਆਪਾਂ ਪੰਜਾਬ ਦੀ ਕੁੜੀ ਵੱਲ ਨੂੰ ਚੱਲਾਂ। ਉੱਚੇ ਬਿਰਛ ਮੁਹੱਬਤਾਂ ਮੇਰੀਆਂ ਲੰਮੇ ਦੇਸ਼ ਚਨਾ ਦੀਆਂ ਫੇਰੀਆਂ। ਲੰਮਾ ਦੇਸ਼ ਪੰਜਾਬ ਦਾ ਖੂਬਸੂਰਤ ਇਲਾਕਾ। ਅੱਜ ਕੱਲ੍ਹ ਪਾਕਿਸਤਾਨ ਵਾਲੇ ਪੰਜਾਬ 'ਚ ਆ। ਉੱਚੇ ਬਿਰਛ ਮੁਹੱਬਤਾਂ ਮੇਰੀਆਂ ਲੰਮੇ ਦੇਸ ਚ ਨਾਉਂਦੀਆਂ ਫੇਰੀਆਂ ਇਹਦਾ ਕੀ ਮਤਲਬ ਹੈ ਇੱਕ ਬ੍ਰਸ਼ ਸਟ੍ਰੋਕਸ ਆ ਕੋਹੇਰੈਂਟ ਸੈਂਟੈਂਸ ਨਹੀਂਗਾ ਉੱਚੇ ਬਿਰਛ ਮੁਹੱਬਤਾਂ ਮੇਰੀਆਂ ਇੱਕ ਪੋਇਮ ਜਿਹੜੀ ਆ ਇੱਕ ਇਫੈਕਟਿਵ ਐਕਸਪੀਰੀਅੰਸ ਦੇ ਰਹੀ ਆ ਵੀ ਮੇਰੀਆਂ ਮੁਹੱਬਤਾਂ ਤੇ ਉੱਚੇ ਬਿਰਛ all trees and my affections they exist ikatthe hund rakhde hai together hawaat jumre ek dooje wangu jab ucche birch meriyan muhabbatan nu represent kar rahe hai o di height o di raunak sara kuch eh chagge line ਉੱਚੇ ਵਿਰਚ ਮੁਹੱਬਤਾਂ ਮੇਰੀਆਂ ਲੰਮੇ ਦੇਸ਼ ਚ ਨਾਆਂ ਦੀਆਂ ਫੇਰੀਆਂ ਭਾਵੇਂ ਰੰਗ ਫਕੀਰ ਦਾ ਆਪਣਾ ਅੱਖੀਂ ਈੜ ਤੋਂ ਸੋਹਣੀਆਂ ਤੇਰੀ ਇੱਕ ਕਮਾਲ ਦੀ ਲਾਈਨ ਭਾਵੇਂ ਰੰਗ ਫਕੀਰ ਦਾ ਆਪਣਾ ਅੱਖੀਂ ਈੜ ਤੋਂ ਸੋਹਣੀਆਂ ਤੇਰੀ ਸਰ ਮਾਈਕ ਆਨ ਹੋ ਗਿਆ ਸੀ ਆਵੇਂ ਰੰਗ ਫਕੀਰ ਦਾ ਆਪਣਾ ਅੱਖੀ ਈਡ ਤੋਂ ਸੋਹਣੀਆ ਤੇਰੀ ਇੱਕ ਵਮਨ ਨੂੰ ਪੋएट ਅਡਰੈਸ ਕਰ ਰਿਹਾ ਵੇ ਫਕੀਰ ਦਾ ਰੰਗ ਆਪਣਾ ਤੂੰ ਫਕੀਰ ਦੀ ਸਪਿਰਚੁਅਲ ਇਨਸਪੀਰੇਸ਼ਨ ਜਾਂ ਸਪਿਰਚੁਅਲ ਪ੍ਰਾਪਤੀ ਦੀ ਦਾ ਸੋਰਸ ਨਹੀਂਗੀ ਫਕੀਰ ਆਪਣੇ ਆਪ ਚਾ ਫਕੀਰ ਦੀ ਆਪਣੀ ਕਮਾਈ ਹੈ ਅੱਖੀ ਈਡ ਤੋਂ ਸੋਹਣੀਆ ਤੇਰੀ ঈদ ਕੀ ਹੈ ঈদ ਸਿੰਬਲਾਈਜ਼ ਕਰਦੀ ਹੈ ਫੈਸਟੀਵਿਟੀ ਨੂੰ ਭਾਵੇਂ ਰੰਗ ਫਕੀਰ ਦਾ ਆਪਣਾ ਅੱਖੀ ঈদ ਤੋਂ ਸੋਹਣੀਆਂ ਤੇਰੀਆਂ ਪਰ ਤੇਰੇ ਨਾਲ ਜਿਹੜੀ ਲਾਈਫ ਦੀ ਫੈਸਟੀਵਿਟੀ ਹੈ ਜਿਹੜੀਆਂ ਤੇਰੀਆਂ ਅੱਖਾਂ ਨਾਲ ਜ਼ਿੰਦਗੀ ਦੇ ਵਿੱਚ ਜਿਹੜੀ ਰੌਣਕ ਆ ਰਹੀ ਹੈ ਉਹ ਤਾਂ ਆਪਣਾ ਰੰਗ ਇਹਦਾ ਮਤਲਬ ਕੀ ਹੈ ਹਰਮਤ ਕੋਲੇ ਸਪਿਰਚੁਅਲ ਬੰਦੇ ਕੋਲੇ ਆਪਣੀ ਸਪਿਰਚੁਅਲ ਪ੍ਰਾਪਤੀ ਹੋ ਸਕਦੀ ਹੈ ਜਿਹੜਾ ਸਪਿਰਚੁਅਲ ਰੰਗਾਂ ਦਾ ਟੈਂਪੋਰਲ ਲਾਈਫ ਦੇ ਵਿੱਚ ਖਿੜਨਾ ਬਲੂਮਿੰਗ ਆਫ ਸਪਿਰਚੁਅਲਟੀ ਇਨ ਦਾ ਟੈਂਪੋਰਲ ਵਰਲਡ ਉਨੂ ਵੂਮਨ ਰਿਪਰਿਜ਼ੈਂਟ ਕਰ ਰਹੀ ਭਾਵੇਂ ਰੰਗ ਫਕੀਰ ਦਾ ਆਪਣਾ ਮੈਂ ਤੇਰੇ ਤੇ ਡਿਪੈਂਡੈਂਟ ਨਹੀਂਗਾ ਪਰ ਤੇਰੇ ਕਰਕੇ ਜਿਹੜੀ ਜ਼ਿੰਦਗੀ ਚ ਰੌਣਕ ਆ ਰਹੀ ਹੈ ਤੇਰੇ ਕਰਕੇ ਜਿਹੜਾ ਜਸ਼ਨ ਆ ਰਿਹਾ ਜ਼ਿੰਦਗੀ ਦੇ ਵਿੱਚ ਉਹ ਜਸ਼ਨ ਦਾ ਕੋਈ ਨਹੀਂ ਤਾਂ ਲਾਈਫ ਸੁੰਨੀ ਵੀ ਰਹਿ ਸਕਦੀ ਅਗਲੀ ਲਾਈਨ ਬੜੀ ਕਮਾਲ ਹੈ ਚੂੜਾ ਛਣਕਦਾ ਰੰਗਲੀ ਸੇਜ ਤੇ ਖੰਡਰ ਸਖਣੇ ਵੱਜਦੀਆਂ ਘੇਰੀਆਂ ਵਾਹ ਚੂੜਾ ਛਣਕਦਾ ਚੂੜਾ ਨਵੀਆਂ ਵਿਆਹੀਆਂ ਕੁੜੀਆਂ ਦੇ ਚੂੜਾ ਪਾਇਆ ਹੁੰਦਾ ਸੇਜ ਬੈੱਡ ਚੂੜਾ ਛਣਕਦਾ ਰੰਗਲੀ ਸੇਜ ਤੇ ਨਵਾਂ ਵਿਆਹ ਕਪਲ ਆਪਣੀ ਲਾਈਫ ਜਿਹੜੀ ਹੈ ਉਹਨੂੰ ਇੰਜੋਏ ਕਰ ਰਿਆ ਹੈ ਇੱਕ ਪੱਖ ਲਾਈਫ ਦਾ ਨਾਲ ਹੀ ਦੂਜਾ ਪੱਖ ਖੰਡਰ ਸਖਣੇ ਵੱਜਦੀਆਂ ਪਈਆਂ ਦੂਜੀ ਲਾਈਨ 'ਚ ਤੂੰ ਦੋਨੋਂ ਵਿਰੋਧੀ ਥਾਂਵਾਂ ਰੱਖੀਆਂ ਭੇਰੀ ਕੀ ਹੁੰਦੀ ਹੈ ਕਿ ਸਾਨੂੰ ਪਤਾ ਭੇਰੀ ਕੀ ਹੁੰਦੀ ਹੈ ਭੇਰੀ ਇੱਕ ਸਾਜ਼ ਹੈ ਤੇ ਮੈਂ ਤੁਹਾਨੂੰ ਵਿਖਾਉਣਾ ਹੈ ਭੇਰੀ ਕੀ ਹੁੰਦੀ ਹੈ ਮੈਂ ਵੀਡੀਓ ਜਿਹੜੀਆਂ ਨਾ ਤੁਹਾਨੂੰ ਸਾਂਝੀਆਂ ਕਰਦਾ ਭੇਰੀ ਦੇ ਬਹੁਤ ਹੋਰ ਵੀ ਗੱਲ ਕਰਨੀ ਹੈ ਫਿਰ ਆਪਾਂ ਚੱਲਦੇ ਹਾਂ ਆ ਦੇਖੋ ਆ ਭੇਰੀ ਅ ਮੈਂ ਸਕਰੀਨ ਕਿਵੇਂ ਸ਼ੇਅਰ ਕਰੂੰਗਾ ਸ਼ਾਇਦ ਨਾ ਕਰ ਸਕਾਂ ਮੈਨੂੰ ਸਕਰੀਨ ਨਹੀਂ ਸ਼ੇਅਰ ਕਰਨੀ ਆਉਂਦੀ ਇੱਕ ਮਿੰਟ ਹੇ ਥੱਲੇ ਜਿਹੜਾ ਹਰੇ ਰੰਗ ਦਾ ਬਟਨ ਹੈ ਨਾ ਸ਼ੇਅਰ ਸਕਰੀਨ ਲਿਖਿਆ ਉੱਪਰ ਕਰਸਰ ਲਿਜਾ ਕੇ ਹੂੰ ਤੇ ਉਹ ਐਰੋ ਜਿਆ ਬਣਿਆ ਹੋਊਗਾ ਤਾਂ ਨੂੰ ਸ਼ੇਅਰ ਸਕਰੀਨ ਵਿਚਾਲੇ ਫੋਟੋ ਦੇ ਥੱਲੇ ਓਕੇ ਮੈਂ ਪਹਿਲਾਂ ਪਲੇ ਕਰਾਂ ਫਿਰ ਸਕਰੀਨ ਸ਼ੇਅਰ ਕਰਾਂ ਰਾਈਟ ਕਿ ਪਹਿਲਾਂ ਸਕਰੀਨ ਸ਼ੇਅਰ ਕਰਕੇ ਫਿਰ ਪਲੇ ਕਰ ਸਕਦਾ ਨਹੀਂ ਪਹਿਲਾਂ ਸਕਰੀਨ ਸ਼ੇਅਰ ਕਰਕੇ ਫਿਰ ਪਲੇ ਕਰ ਸਕਦੇ ਓਕੇ ਆ ਲਓ ਜੀ ਡੈਸਕਟਾਪ 1 ਸ਼ੇਅਰ ਉਹ ਕਨਸਿਸਟਮ ਪ੍ਰੈਜੈਂਟੇਸ਼ਨਸ ਨਹੀਂ ਮੈਨੂੰ ਲਿੰਕ ਭੇਜ ਦਿਓ ਮੈਂ ਸ਼ੇਅਰ ਕਰ ਦਿੰਨਾ ਨਹੀਂ ਲਿੰਕ ਨਹੀਂ ਭੇਜਿਆ ਜਾਣਾ ਉਹ ਤਾਂ ਵੀਡੀਓ ਜਿਹੜੀਆਂ ਪਾਵਰਪੁਆਇੰਟਸ ਲਾਈਆਂ ਮੈਂ ਇੱਕ ਮਿੰਟ ਹੋ ਜਾਣੀ ਐ ਇੱਕ ਦੋ ਸਕਿੰਟਸ ਹੋ ਜਾਣਗੇ ਗੱਲਬਾਤ ਥੋੜੀ ਲੰਮੀ ਹੋ ਗਈ ਉਹਦੇ ਮੈਂ ਗੁਸਤਾਖੀ ਲਈ ਮਾਫੀ ਚਾਹੁੰਦਾ ਤੇ ਆਈ ਕਿ ਸ਼ੇਅਰਿੰਗ ਕਿ ਨਹੀਂ ਆਈ ਸਕਰੀਨ ਲੱਗਦਾ ਨਹੀਂ ਹੈ ਨਾ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਆਵਾਜ਼ ਆ ਰਹੀ ਹੈ ਆਈ ਥਿੰਕ ਸਕਰੀਨ ਨਹੀਂ ਆਈ ਹੈ ਜੀ ਮੈਂ ਫਿਰ ਪਲੇ ਕਰ ਦਿੰਦਾ ਨਹੀਂ ਆਈ ਸਕਰੀਨ ਹੈ ਨਹੀਂ ਆਵਾਜ਼ ਆ ਰਹੀ ਹੈ ਸਕਰੀਨ ਫਿਰ ਕਿਉਂ ਨਹੀਂ ਆਈ ਸ਼ੇਅਰ ਸਕਰੀਨ ਦੁਬਾਰਾ ਕੋਸ਼ਿਸ਼ ਕਰਦੇ ਉਹ ਸਕਰੀਨ ਡੈਸਕਟਾਪ ਵਾਂਗ ਹੁਣ ਆਊਗੀ ਯੈਸ ਓਕੇ ਸੈਟਿੰਗਸ ਦੀ ਸੈੱਟ ਹੋ ਗਈਆਂ ਉਹ ਵੀ ਹੁਣ ਆਊਗੀ ਯਾ ਠੀਕ ਹੈ ਆ ਗਈ ਆਗੀ ਆਗੀ ਹੁਣ ਫਿਰ ਆਪਾਂ ਪਾਵਰਪੁਆਇੰਟ ਜਾ ਕੇ ਪਲੇ ਕਰੀਏ ਹਨਾ ਯਾ ਓਕੇ ਲਓ ਜੀ ਆ ਭੇਰੀ ਆ ਪਹਿਲੋਂ ਆਵਾਜ਼ ਆ ਰਹੀ ਸੀ ਫੇ ਹੁਣ ਨਹੀਂ ਆ ਰਹੀ ਸੁਣੀ ਆਵਾਜ਼ ਹੋਰੀ ਭੇਰੀ ਦੀ ਦੁਬਾਰਾ ਦੁਬਾਰਾ ਚਲਾਓ ਤੁਹਾਡੀ ਸਕਰੀਨ ਤੇ ਨਾ ਇੱਕ ਖੱਬੇ ਪਾਸੇ ਉੱਤੇ ਵੇਖੋ origignal sound for musicians ਉੱਤੇ ਕਲਿੱਕ ਕਰੋ ਜਦੋਂ ਆਨ ਹੋ ਜਾਊਗੀ ਫਿਰ ਦੋਵੇਂ ਵਾਜਾ ਸੁਣ ਕੇ ਸਾਨੂੰ ਮੈਨੂੰ ਅ ਦੁਬਾਰਾ ਦੱਸਿਓ ਹਮੇਜੀ ਸਿੰਘ ਜੀ ਆਪਣੇ ਜ਼ੂਮ ਸਕਰੀਨ ਤੇ ਉੱਤੇ ਖੱਬੇ ਪਾਸੇ ਹਾਂਜੀ origignal sound for musicians ਉੱਤੇ ਕਲਿੱਕ ਕਰ ਦਿਓ ਜਦੋਂ ਆਨ ਹੋ ਗਈ ਨਾ ਇੱਕ ਮਿੰਟ ਜ਼ੂਮ ਸਕਰੀਨ ਤੇ ਮੈਂ ਤਾਂ ਉਸ ਸਕਰੀਨ ਤੇ ਜਾਇਰ ਨਹੀਂ ਜਾਂਦਾ ਮੈਂ ਤਾਂ ਪਾਸੇ ਨੂੰ ਮਿਨੀਮਾਈਜ਼ ਹੋ ਗਿਆ ਜ਼ੂਮ ਆ ਨਾ ਜਿਹੜਾ ਉਹ ਜ਼ੂਮ ਇੱਕ ਪਾਸੇ ਨੂੰ ਮਿਨੀਮਾਈਜ਼ ਹੋ ਗਿਆ ਮਿਊਟ ਨਿਊ ਸ਼ੇਅਰ ਇੱਕ ਵਾਰ ਦੁਬਾਰਾ ਇੱਕ ਵਾਰ ਦੁਬਾਰਾ ਪਲੇ ਕਰਕੇ ਵੇਖੋ ਜੇ ਹੁੰਦੀ ਨਹੀਂ ਤੇ ਫਿਰ ਆਪਾਂ ਕਰਦੇ ਆ ਜਾਂਦੇ ਮੈਂ ਲਿੰਕ ਸੈਂਡ ਕਰਦਾ ਜੀ ਤੁਸੀਂ ਲਿੰਕ ਤੇ ਦੇਖ ਸਕਦੇ ਹੋ YouTube ਲਿੰਕ ਸੈਂਡ ਕਰਦਾ ਪੇਰੀ ਦਾ ਮੈਂ ਨਹੀਂ ਚਾਰਚ ਵੀ ਦੇਖ ਸਕਦੇ ਇਹਦੇ ਵਿੱਚ ਮੈਂ ਹੋਰ ਵੀ ਪਾਈਆਂ ਮੈਂ ਇਹ ਇਹੀ ਚੱਲਣਾ ਚਾਹੀਦਾ ਹਾਂ ਠੀਕ ਹੈ ਠੀਕ ਹੈ ਓਕੇ ਓਕੇ ਅਪਾਂ ਜ਼ੂਮ ਖੋਲਿਆ ਤੇ ਸੋ ਪਹਿਲਾਂ ਫਿਰ ਮੈਂ ਅਨਸ਼ੇਅਰ ਕਰਨ ਸਟਾਪ ਸ਼ੇਅਰ ਕਰਨ ਹਾਂਜੀ ਹਾਂਜੀ ਸਟਾਪ ਸ਼ੇਅਰ ਕਰਤਾ ਹਾਂ ਜ਼ੂਮ ਖੁੱਲ ਗਿਆ ਹੁਣ ਹੁਣ ਉੱਤੇ ਖੱਬੇ ਪਾਸੇ ਹਾਂਜੀ ਉੱਤੇ ਕੀ ਕਰਨਾ ਓਰੀਜਨਲ ਸਾਊਂਡ ਫਰ ਮਿਊਜ਼ੀਸ਼ੀਅਨਸ ਜਿੱਥੇ ਲਿਖਿਆ ਨਾ ਉੱਤੇ ਕਲਿੱਕ ਕਰੋ ਇੱਕ ਵਾਰੀ ਮੀਟਿੰਗ ਇਨਫੋਰਮੇਸ਼ਨ ਨਹੀਂ ਇਹ ਨਹੀਂ ਲਿਖਿਆ ਕਿਤੇ ਨਹੀਂ ਕਬੇ ਹੱਥ ਉੱਤੇ origignal sound for musicians ਲਿਖਿਆ ਨਹੀਂ ਲਿਖਿਆ ਫਰਾ ਬਟਨ ਜਿਹੜਾ ਉਹਦੇ ਸੱਜੇ ਹੱਥ ਨਹੀਂ ਰਿਕਾਰਡਿੰਗ ਲਿਖਿਆ ਸਟਾਪ ਪਾਜ਼ ਆ ਤੇ ਸਟਾਪ ਤੇ ਨਹੀਂ ਬਟਨ ਉਹ ਅੱਛਾ ਤੁਹਾਡੀ ਪਰ ਵਿੱਚ ਹੋ ਗਈ ਦੋ ਸੈਟਿੰਗ ਕਰਨ ਵਾਲੀ ਮੈਂ ਵੇਖਦਾ ਇੱਕ ਮਿੰਟ ਦਿਓ ਮੈਨੂੰ ਉਹ ਜਦੋਂ ਨਾ ਉਹ ਜਦੋਂ ਆਪਾਂ ਸ਼ੇਅਰ ਕਰਦੇ ਆ ਨਾ ਸ਼ੇਅਰ ਬਟਨ ਤੇ ਕਲਿੱਕ ਕਰਕੇ ਹੂੰ ਜਦੋਂ ਹਜੇ ਵਿੰਡੋ ਇੱਕ ਓਪਨ ਹੋਈ ਹੁੰਦੀ ਹੈ ਉੱਤੇ ਹੂੰ ਹੂੰ ਉਦੋਂ ਓਕੇ ਖੱਬੇ ਥੱਲੇ ਹੁੰਜੇ ਦੇ ਵਿੱਚ ਉਹ ਹੁੰਦਾ ਕਲਿੱਕ ਕਰਨਾ ਪੈਂਦਾ ਵੀ ਸਾਊਂਡ ਇਨਕਲੂਡ ਕਰਨੀ ਆ ਉਸ ਤੋਂ ਬਾਅਦ ਫਿਰ ਉਹ ਹੁੰਦਾ ਸ਼ੇਅਰ ਦੋ ਕਲਿੱਕ ਨਾਲ ਸ਼ੇਅਰ ਹੁੰਦੀ ਆ ਨਾ ਚੀਜ਼ ਇੱਕ ਨਾਲ ਨਹੀਂ ਹੁੰਦੀ ਹੁਣ ਹੋ ਗਈ ਸ਼ੇਅਰ ਹੁਣ ਸ਼ੇਅਰ ਹੋ ਗਈ ਪਰ ਆਵਾਜ਼ ਦਾ ਨਹੀਂ ਪਤਾ ਓਕੇ ਓਕੇ ਸੋ ਆਪਾਂ ਸਕਰੀਨ ਸ਼ੇਅਰ ਤੇ ਦੱਬਿਆ ਸ਼ੇਅਰ ਸਾਊਂਡ ਲੱਗ ਗਿਆ ਲਓ ਓਕੇ ਹੋ ਗਿਆ ਹੋ ਗਿਆ ਹੁਣ ਸ਼ੇਅਰ ਕਰਨਾ ਓਕੇ ਜੀ ਅਹ ਹੁਣ ਪਾਵਰਪੁਆਇੰਟ ਤੇ ਜਾਣਾ ਆ ਲੋ ਜੀ ਸੁਣਦੀ ਸੀ ਸੋਨਦੀ ਸੋਨਦੀ ਹੁਣ ਵਧੀਆ ਸਮਝ। ਓਕੇ ਮੈਂ ਇੱਕ ਦੋ ਹੋਰ ਸੁਣਾਉਣੀਆ ਤੁਹਾਨੂੰ ਫਿਰ ਮੇਰੇ ਪਰ ਗੱਲ ਕਰੂੰਗਾ ਕੀ ਹੈ। थोड़ी ज़्यादा हो रही आहा ओके ओके पहली की है जड़ी trumpet up area ਨਾਲ ਨਗਾਰਾ বাজ ਰਿਹਾ ਮੇਰੀ ਆਵਾਜ਼ ਆ ਰਹੀ ਹੈ ਨਾ ਹਾਂਜੀ ਭੇਰੀ ਤੇ ਨਗਾਰਾ ਮੋਸਟਲੀ ਇਕੱਠੇ ਵੱਜਦੇ ਸੀ ਭੇਰੀ ਤੇ ਨਗਾਰਾ ਜਿਹੜੇ ਆ ਉਹ ਰਾਜਿਆਂ ਦੇ ਮਹਿਲਾਂ ਦੇ ਬਾਹਰ ਜਦੋਂ ਉਹਨਾਂ ਦੇ ਕੋਈ ਖਾਸ ਪ੍ਰੋਗਰਾਮ ਹੁੰਦੇ ਸੀ ਉਦੋਂ ਲੋਕਾਂ ਦੇ ਸਵਾਗਤ ਲਈ ਭੇਰੀਆਂ ਵੱਜਦੀਆਂ ਸੀ ਪੇਰੀਤਨ ਕਾਰਾ ਇਕੱਠਾ ਵੱਜਦਾ ਸੀ ਹੁਣ ਕਵਤਾ ਦੀ ਲਾਈਨਾਂ ਜਿਹੜੀ ਚੂੜਾ ਛਣਕਿਆ ਰੰਗੜੀ ਸੇਜ ਤੇ ਖੰਡਰ ਸਖਣੇ ਵੱਜਦੀਆਂ ਪੇਰੀ ਖੰਡਰ ਕੀ ਹੈ ਰੁਇਨਸ ਰਿਮੇਨਸ ਸਖਣੇ ਕੀ ਹੈ ਐਮਪਟੀ ਉਹ ਹੈਨਿੰਗ ਆਉਥੇ ਤੇ ਇੱਕ ਪਾਸੇ ਪੇਰੀਆਂ ਵੱਜ ਰਹੀਆਂ ਜਿਹੜੀ ਰਾਜ ਦੀ ਸੋਵਰਨਿਟੀ ਦੀ ਗਲੋਰੀ ਹੈ ਉਹ ਬਰਬਾਦੀ ਦੇ ਵਿੱਚੋਂ ਐਕਸਪੀਰੀਅੰਸ ਹੋ ਰਹੀ ਹੈ ਖੰਡਰ ਜਦੋਂ ਖੰਡਰ ਬਣਦੀ ਹੈ ਲਾਈ ਘਰ ਖੰਡਰ ਬਣਦੇ ਆ ਉਹ ਤਾਂ ਬਣਦੇ ਜਦੋਂ ਉਹ ਟਾਊਨ ਜਿਹੜਾ ਉਹ ਅਬੈਂਡਨ ਕਰਤਾ ਲੋਕਾਂ ਨੇ ਲੰਮਾ ਸਮਾਂ ਪਹਿਲਾਂ ਘਰ ਟਹਿ ਗਏ ਛੱਤਾਂ ਟਹਿ ਗਈਆਂ ਉਹਨਾਂ ਦੇ ਪਰਮੇਨਜ਼ ਰਹਿ ਗਏ ਖੰਡਰ ਸਖਣੇ ਬਾਝ ਦੀਆਂ ਪੇਰੀਆਂ ਇਹਦੇ ਬਾਰੇ ਥੋੜੀ ਜੀ ਗੱਲ ਹੋਰ ਕਰਨੀ ਆ ਇਹਦਾ ਕੀ ਮਤਲਬ ਹੈ ਮੈਂ ਇੱਕ ਦੋ ਲਾਈਨਾਂ ਹੋਰ ਪੜ੍ਹਣੀਆਂ ਫਿਰ ਆਪਾਂ ਕੰਟੈਕਸਟ ਵੱਲ ਆਉਨੇ ਆ ਇਹਦਾ ਸ਼ੇਅਰ ਕਰਨ ਦਾ ਕੰਟੈਕਸਟ ਕੀ ਆ ਐ ਕਾਲੇ ਖੂ ਤੇ ਵਰਸਣ ਭੂਰਾ ਦਿੱਤਾ ਸਾਨੂੰ ਫਜਰ ਦੇ ਵੇਲੇ ਸੋਹਣੇ ਚੰਦ ਦੇ ਨੂਰਾ ਦੂਰ ਦੁਰਾਡੇ ਪੇਰ ਸੁਣੀ ਦੀ ਕਦੇ ਥਲਾਂ ਵਿੱਚ ਧੂਣਾ ਹੁਣ ਮੈਂ ਪੂਰਨਨਾਥ ਜੋਗੀ ਆਪਣੀ ਮਾਂ ਨੂੰ ਐਡਰੈਸ ਕਰਕੇ ਕਹਿ ਰਿਹਾ ਪੂਰਨਨਾਥ ਜੋਗੀ ਦੀ ਸਟੋਰੀ ਥੋੜੀ ਜੀ ਦੱਸਦਾ ਉਹ ਰਾਜੇ ਸਲਵਾਨ ਦਾ ਪੁੱਤ ਸੀ ਇਛਰਾਉਂ ਦੀ ਮਾਂ ਸੀ ਰਾਜੇ ਸਲਵਾਨ ਨੇ ਇੱਕ ਯੰਗ ਔਮਨ ਲੂਣਾ ਨਾਲ ਸੈਕੰਡ ਮੈਰਿਜ ਕਰਾਈ ਤੇ ਪੂਰਨ ਬਹੁਤ ਹੈਂਡਸਮ ਮੁੰਡਾ ਸੀ ਲੂਣਾ ਉਹਨੂੰ ਕਹਿੰਦੇ ਵੀ ਅਸੀਂ ਮਾਂ ਪੁੱਤ ਕਿਵੇਂ ਹੋ ਸਕਦੇ ਆ ਮੇਰੀ ਉਮਰ ਤੇਰੇ ਬਰਾਬਰ ਦੀ ਹੈ ਪੂਰਨ ਨੂੰ ਕਹਿੰਦਾ ਨਹੀਂ ਤੂੰ ਮੇਰੀ ਮਾਂ ਹੈ ਉਹ ਅਫੈਂਡ ਹੋ ਗਈ ਉਹਨੇ ਰਾਜੇ ਨੂੰ ਕਿਹਾ ਪੂਰਨ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਇਹਨੂੰ ਵੱਢ ਕੇ ਖੂਤ ਸੜ ਦਿਓ ਸਪਾਹੀਆਂ ਨੂੰ ਗੱਲ ਦਾ ਪਤਾ ਸੀ ਪਰ ਉਹ ਰਾਜੇ ਦਾ ਹੁਕਮ ਵੀ ਮੰਨਣਾ ਸੀ ਸੋ ਉਹਨਾਂ ਨੇ ਮਾਰਿਆ ਨਾ ਪਰ ਥੋੜਾ ਬਹੁਤਾ ਉਹਦੇ ਸੱਟਾਂ ਮਾਰ ਕੇ ਵੱਡ-ਵੱਡ ਕੇ ਤੁਨ ਜਿਉਂਦੇ ਨੂੰ ਕੂਟ ਸੜਦਾ ਕੂਜੋ ਦੀ ਜਾਨ ਬਚ ਗਈ ਤੇ ਉਹਨੂੰ ਮਤਲਬ ਜੋਗੀਆਂ ਨੇ ਕੱਢ ਲਿਆ ਗੋਖਨਾਥ ਯੋਗੀ ਦੇ ਗਰੁੱਪ ਨੇ ਤੇ ਉਹ ਯੋਗੀ ਕੋਲੇ ਲੈ ਗਏ ਉਹਨੇ ਯੋਗ ਧਾਰ ਲਿਆ ਯੋਗ ਤੋਂ ਬਾਅਦ ਉਹ ਆ ਰਿਹਾ ਹੁਣ ਇਹ ਗੱਲ ਦਾ ਮਤਲਬ ਇਹ ਕਹਾਣੀ ਤਾਂ ਮੈਂ ਸਾਰੀ ਪੜ੍ਹਨੀ ਚਾਹੁੰਦਾ ਸੀ ਪਰ ਆਪਣੀ ਟਾਕ ਪਹਿਲੇ ਬਹੁਤ ਜ਼ਿਆਦਾ ਲੰਮੀ ਹੋ ਗਈ ਇਹ ਕਹਾਣੀ ਇੰਨੀ ਇੰਪੋਰਟੈਂਟ ਆ ਕਿ ਮੈਨੂੰ ਲੱਗਦਾ ਵੀ ਸਾਰੀ ਟਾਕ ਜਿਹੜੀ ਹੈ ਉਹ ਸਿਰਫ ਇੱਕ ਇਸ ਇੱਕ ਹਫਤਾ ਤੇ ਹੋਣੀ ਚਾਹੀਦੀ ਸੀ ਇਹ ਜਿਵੇਂ ਹੁਣ ਕਾਲਾ ਖੂ ਕੀ ਹੈ ਕਾਲਾ ਖੂ ਨਾਇਲਿਜ਼ਮ ਹੈ ਕਾਲੇ ਖੂ ਚੋਂ ਨਿਕਲ ਕੇ ਉਹ ਨੂੰ ਨਾਥ ਜੋਗ ਦੇ ਵਿੱਚ ਜਾਂਦਾ ਹੁਣ ਜੋਗ ਵੀ ਨਾਇਲਿਜ਼ਮ ਹੈ ਜੋਗ ਨਾਇਲਿਜ਼ਮ ਦਾ ਪੂਰੀ ਤਰ੍ਹਾਂ ਸ਼ਿਕਾਰ ਹੈ ਜੋ ਜੋਗ ਜੋਗ ਜਿਹੜੀ ਹਿਊਮਨ ਡਿਜ਼ਾਇਰ ਆ ਉਹਨੂੰ ਆਪਰੈਸ ਕਰਕੇ ਡਿਸਪਲਨ ਕਰਨ ਦੇ ਪ੍ਰੋਸੈਸ ਦਾ ਨਾਮ ਹੈ ਕਾਲਾ ਕਾਲਾ ਖੂ ਨਾਇਲਿਜ਼ਮ ਨਾਇਲਿਜ਼ਮ ਦੇ ਖੂ ਚੋਂ ਨਿਕਲ ਕੇ ਪੂਰਨ ਆਤਮ ਜੋਗੀਆਂ ਦੇ ਵਿੱਚ ਆ ਜਾਂਦਾ ਜੋਗੀ ਬਣ ਜਾਂਦਾ ਪਰ ਪੂਰਨ ਦਾ ਮਾਨ ਜਿਹੜਾ ਉਹ ਨਾਇਲਿਸਟਿਕ ਨਹੀਂ ਹੈ ਉਦੇ ਮਨ ਦੇ ਵਿੱਚ ਕੋਈ ਆਤਮਾ ਦਾ ਚੰਗਾ ਰੰਗ ਜਿਹੜਾ ਹੈ ਉਹ ਖੜ ਰਿਹਾ ਹੈ ਤੂੰ ਜੋਗੀਆਂ ਨੂੰ ਛੱਡਦਾ ਉਹ ਆਪਣੇ ਪੈੰਡ ਆਉਂਦਾ ਜਿਹੜੇ ਬਾਗ ਸੁੱਕ ਗਏ ਸੀ ਉਹ ਹਰੇ ਹੋ ਜਾਂਦੇ ਆ ਉਹਦੀ ਮਾਂ ਅਛਰਾ ਜਿਹੜੀ ਹੈ ਉਹ ਬੜੋਰੋ ਕੇ ਅੰਨੀ ਹੋ ਗਈ ਸੀ ਉਹਦੀਆਂ ਅੱਖਾਂ ਦੀ ਨਿਗਾਹ ਵਾਪਸ ਆ ਜਾਂਦੀ ਹੈ ਤੇ ਇਹ ਹੁਣ ਪੂਰਨ ਦੀਆਂ ਲਾਈਨਾਂ ਕਹਿੰਦਾ ਕਾਲੇ ਖੂ ਤੇ ਵਰਸਣ ਭੂਰਾ ਪੂਰ ਹੁੰਦੀ ਐ ਡ੍ਰਿਜ਼ਲਿੰਗ ਵੀ ਲਾਈਫ ਜਿਹੜੀ ਆ ਉਹ ਬਰਨਿੰਗ ਡੇਜ਼ਰਟ ਆ ਤਪਦਾ ਮਾਰੂਥਲ ਤੇ ਹੁਣ ਪੂਰਾ ਪੈ ਰਹੀਆਂ ਕਾਲੇ ਖੂ ਤੇ ਵਰਸਣ ਪੂਰਾ ਟਿੱਠਾ ਸਾਨੂੰ ਫਜ਼ਰ ਦੇ ਵੇਲੇ ਸੋਹਣੇ ਚੰਦੇ ਨੂੰ ਵੈਨ ਡਾਨ ਬ੍ਰੇਕਸ ਦ ਬਿਊਟੀਫੁਲ ਲਾਈਟ ਆਫ ਮੂਨ ਸੋਮੇ ਚੰਨ ਦੀ ਸੋਹਣੀ ਲਾਈਟ ਨੇ ਮੈਨੂੰ ਵੇਖਿਆ ਦੂਰ ਦੁਰਾਡੇ ਭੇਰ ਸੁਣੀਂਦੀ ਕਿਤੇ ਥਲਾਂ ਵਿੱਚ ਧੂੜਾ ਦੂਰ ਦੁਰਾਡੇ ਭੇਰ ਸੁਣੀਂਦੀ ਕਿਤੇ ਥਲਾਂ ਵਿੱਚ ਧੂੜਾ ਸੋ ਜਿਹੜਾ ਪੂਰਨ ਉਹ ਕਹਿੰਦਾ ਵੀ ਜਿਹੜੀ ਜ਼ਿੰਦਗੀ ਦੀ ਰੌਣਕ ਆ ਜਿਹੜੇ ਭੇਰ ਜਿਹੜੀ ਵੱਜਦੀ ਆ ਮਹਿਲਾਂ ਦੇ ਬਾਹਰ ਮੈਨੂੰ ਉਹਦੀ ਆਵਾਜ਼ ਵੀ ਸੁਣ ਰਹੀ ਆ ਇੱਕ ਪਾਸੇ ਜਿਹੜਾ ਡੈਜ਼ਰਟ ਆ ਉਰ ਚ ਸੈਂਡ ਉੱਡ ਰਹੀ ਐ ਜਿਹਦਾ ਮਤਲਬ ਐ ਕੁਛ ਨਹੀਂ ਕੋਈ ਵੇਜੀਟੇਸ਼ਨ ਨਹੀਂ ਕੋਈ ਲਾਈਫ ਨਹੀਂ ਉਜਾੜ ਸੋ ਇਹ ਮਹਿਬੂਬ ਸਾਹਿਬ ਜਿਹੜੇ ਪੰਜਾਬ ਦਾ 뮤직 ਜਿਹੜਾ ਫੋਕ 뮤직 ਫੋਕ ਇਨਸਟਰੂਮੈਂਟਸ ਉਹਨਾਂ ਦਾ ਪੰਜਾਬ ਦੀ ਕਲਚਰਲ ਗਲੋਰੀ ਨਾਲ ਪੰਜਾਬ ਦੀ ਕਲਚਰਲ ਹਿਸਟਰੀ ਨਾਲ ਪੰਜਾਬ ਦੇ ਲੋਕਾਂ ਦੇ ਅੰਦਰਲੇ ਮਨ ਆ ਉਹਨਾਂ ਦਾ ਇਸ ਸਬਜੈਕਟਿਵਿਟੀ ਨਾਲ ਕੀ ਰਿਸ਼ਤਾ ਸੀ ਇਹ ਮਤਲਬ ਉਹ ਉਹ ਸਾਊਂਡਸ ਮੈਂ ਤੁਹਾਡਾ ਤਾਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਵੀ ਜਿਹੜਾ ਅ ਉਹ ਸਾਊਂਡ ਦਾ ਪੰਜਾਬ ਦੇ ਜਿਹੜਾ ਜੀਓਗ੍ਰਾਫੀਕਲ ਲੈਂਡਸਕੇਪ ਆ ਪੰਜਾਬ ਦੀ ਜੀਓਗ੍ਰਾਫੀ ਨਾਲ ਕਨੈਕਸ਼ਨ ਆ ਹੁੰਦਾ ਉਹ ਸਾਊਂਡ ਜਿਹੜੀ ਹੈ ਉਹ ਲੋਕਾਂ ਨੂੰ ਕਨੈਕਟ ਕਰਦੀ ਹੈ ਜਿਹੜੇ ਮਤਲਬ ਭਾਵੇਂ ਰਾਜਿਆਂ ਨੇ ਆਪਦੇ ਮਹਿਲਾਂ ਦੇ ਬਾਹਰ ਇੱਕ ਰਾਇਲ ਗਲੋਰੀ ਐਕਸਪ੍ਰੈਸ ਕਰਨ ਲਈ ਜਾਂ ਮੈਨੀਫੈਸਟ ਕਰਨ ਲਈ ਉਹ ਖੜਾ ਕੀਤਾ ਪਰ ਸਾਜ਼ ਤਾਂ ਉਹਨਾਂ ਨੇ ਉਹੀ ਲੈਣੇ ਆ ਨਾ ਜਿਹੜੇ ਧਰਤੀ ਦੇ ਨਾਲ ਰੈਜ਼ੋਨੇਟ ਕਰਦੇ ਆ ਜਿਹੜੇ ਲੋਕਾਂ ਦੇ ਐਕਸਪੀਰੀਅੰਸ ਦੇ ਨਾਲ ਰੈਜ਼ੋਨੇਟ ਕਰਦੇ ਆ ਸੋ ਇਹ ਕੁਝ ਗੱਲਾਂ ਸੀ ਹੁਣ ਮੈਂ ਗੱਲ ਤਾਂ ਹੋ ਗਈ ਬਹੁਤ ਲੰਮੀ ਪਰ ਮੈਨੂੰ ਤੁਸੀਂ ਪੰਜਾਬ ਦੀ ਇੱਕ ਕੁੜੀ ਨੂੰ ਪੜਨ ਦੀ ਆਗਿਆ ਦੇ ਦਿਓ ਤੇ ਫੇਰ ਨਾਲ ਨਾਲ ਹੁਣ ਜੇ ਕਿਸੇਰੇ ਕੁਐਸਚਨ ਹੈ ਮੈਨੂੰ ਦੱਸੀ ਚੱਲੋ ਆਪਾਂ ਹੁਣ ਸਮੇਟ ਦਿੰਨਾ ਸ਼ੇਤੀ ਲਓ ਜੀ ਕਵਿਤਾ ਦਾ ਨਾਮ ਹੈ ਪੰਜਾਬ ਦੀ ਇੱਕ ਕੁੜੀ ਨੂੰ ਵੇਖ ਕੇ ਤੇ ਕੁੜੀਆਂ ਨੂੰ ਵੇਖ ਕੇ ਜਿਹੜੇ ਕਵੀ ਹੈ ਉਹ ਹਮੇਸ਼ਾ ਹੀ ਕਵਤਾਵਾਂ ਲਿਖਦੇ ਆ ਹਾਊ ਡੂ ਵੀ ਗੈਟ ਦਾ ਡੀਪੈਸਟ ਐਸੈਂਸ ਆਫ ਐਨੀ ਪੋਇਮ ਆਫ ਪ੍ਰੋਫੈਸਰ ਮੋਹਨ ਮਹਿਬੂਬ दैट ਵੀ ਰੀਡ ਪਹਿਲੀ ਗੱਲ ਲੈਂਗੁਏਜ ਤੇ ਕਮਾਂਡ ਦੂਜੀ ਗੱਲ ਪੋਇਟਰੀ ਜਿਹੜੀ ਆ ਉਹ ਹੌਲੀ ਹੌਲੀ ਪੜੀਦੀ ਆ। ਇੱਕ ਇੱਕ ਲਾਈਨ, ਇੱਕ ਇੱਕ ਲਾਈਨ ਨੂੰ ਇੰਜੋਏ ਕਰੋ। ਫਿਰ ਨਾਲ ਤੋਰ ਲੈਂਦੀ ਆ ਆਪੇ ਤੁਹਾਨੂੰ। ਓਕੇ ਜੀ। ਆਪਾਂ ਇੱਕ ਹਫਤਾ ਪੜੀਏ। ਦੁਨੀਆ ਭਰ ਦੇ ਕਵੀ ਕੁੜੀਆਂ ਬਾਰੇ ਕਵਤਾਵਾਂ ਲਿਖਦੇ। ਕੁੜੀਆਂ ਉਹਨਾਂ ਦੇ ਅੰਦਰ ਐਕਸਪੀਰੀਐਂਸਸ ਇਨਸਪਾਇਰ ਕਰਦੀਆਂ ਜਿਨ੍ਹਾਂ ਨੂੰ ਉਹ ਪੋਇਮ ਪੋਇਟਰੀ ਦੇ ਵਿੱਚ ਰਿਪਰੈਜ਼ੈਂਟ ਕਰਦੇ ਆ। ਪਰ ਇਸ ਤਰ੍ਹਾਂ ਦੀ ਕਵਤਾ ਮੈਂ ਉਹ ਹੋਰ ਨਹੀਂ ਪੜੀ ਇਹ 20 ਸਫੇ ਦੀ ਕਵਤਾ 20 ਪੇजेस ਦੀ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਬਹੁਤ ਕਮਾਲ ਦੇ ਇੰਟੈਂਸ ਫਲੋ ਦੇ ਵਿੱਚ ਚੱਲਦੀ ਹੈ ਬਲੈਂਕ ਵਰਸ ਹੈ ਪਰ ਮੈਂ ਪੜਦਾ ਪੰਜਾਬ ਦੀ ਇੱਕ ਕੁੜੀ ਨੂੰ ਵੇਖ ਕੇ ਫੇਰ ਮੈਂ ਕਿਸੇ ਦਰਿਆ ਨੂੰ ਮਾਰਦਾ ਵਾਜਾਂ ਭਰੇ ਹੋਏ ਦੇਸ਼ ਪੰਜਾਬ ਦੇ ਰੰਗ ਵਿੱਚ ਜੀਵਣਾ ਨਜ਼ਾਰਿਆਂ ਦੇ ਨਾਲ ਪਰੇ ਪਰੇ ਵਗਦੀ ਰਾਵੀ ਡੂੰਘੇ ਬਹੁਤ ਡੂੰਘੇ ਜਨਾਬ ਦੇ ਪਾਣੀ ਜੇਲਮ ਦੀ ਹੇਕ ਪਈ ਚੜਦੀ 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 ਉਲਰਦੀ ਛੱਪਦੇ ਸੂਰਜਾਂ ਬੰਨੇ ਸੋਹਣੀ ਦੇ ਵਾਂਗ ਕੂਕਦੀ ਜਾਂਦੀ ਦਰਿਆ ਦੀ ਤਮਾਲ ਨੂੰ ਤੋੜਦੀ ਛੱਲਾਂ ਦੇ ਝਖਣਾ ਹੈ ਇੱਕ ਮੌਤ ਦੀ ਮਹਿੰਦੀ ਜੋ ਫਜ਼ਰ ਦੀਆਂ ਜ਼ੰਜੀਰਾਂ 'ਚ ਕਦੇ ਨਾ ਆਵੇ ਸਿਖਰ ਦੀ ਲਾਲੀ ਅਨਲ ਹੱਕ ਗਾਵੇ ਇਲਮ ਦੀਆਂ ਤਦਬੀਰਾਂ ਨੂੰ ਤੋੜਦੀ ਉੱਡਦੀ ਲਹੂ ਰੁਹਾਨ ਹੋ ਖੜਦੀ ਇੱਕੋ ਰੰਗ ਲੈ ਚੜਦੀ ਮੌਤ ਦੇ ਸੀਨੇ ਤੇ ਪੰਜਾਬ ਦੇ ਖੰਡਰਾਂ ਚ ਬੇਲਿਆਂ ਦਾ ਪੰਛੀ ਕੂਕਦਾ ਸੱਜਰੇ ਇਕਰਾਰ ਆਵਾਜ਼ ਕਰਦਾ ਸਤਲੁਜ ਵਿਆਸ ਦੇ ਕੰਢੇ ਦੂਤੀਆਂ ਕੰਧਾਂ ਉਸਾਰੀਆਂ ਇੱਕੋ ਧਰੇ ਖੜੀ ਪੰਜਾਬ ਦੇ ਸਿਰ ਤੇ ਬੇਸ਼ੁਮਾਰ ਫਜਰਾਂ ਦੇ ਕਾਫਲੇ ਖੁਬੇ ਨੇ ਖੰਜਰ ਦੇ ਵਾਂਗੂ ਵਗ ਰਹੇ ਕਤਰਿਆਂ ਸੀਨੇ ਭਰੀ ਭਰੀ ਤੂੰ ਵਣਾ ਦੇ ਹੁਲਾਰੇ ਦੇ ਨਾਲ ਇੱਕੋ ਹੁਲਾਰਾ ਤਸਕੀਆਂ ਪੀਲਾਂ ਦਾ ਇੱਕੋ ਹੁਲਾਰਾ ਕੋਈ ਬਾਜ਼ ਖੂਨੀ ਅਸਮਾਨ ਦੇ ਜਬਰ ਜੱਡਾ ਨੀ ਸਬਰਵਾਨ ਅੰਗਾਂ ਵਾਲੀਏ ਨੀ ਜਿੰਦੀਏ ਬਿਜਲੀਗੇ ਮੋਗੇ ਨਾ ਮੋਗੇ ਖੋਸੰਦੀ ਆਈਟਸ ਸੇ ਕਰਤੇ ਨਾ ਜੀਵੀਏ ਜੀਵੀਏ ਐਨੇ ਗਮਾਨ ਦੀ ਲਾਟ ਤੇ ਥੱਲਗੇ ਨਾ ਥੱਲਗੇ ਨੰਮੇ ਵੈਣ ਨੂੰ ਵੇਖ ਕੇ ਥਿਲਣਾ ਤੇ ਰਚਣਾ ਦੇ ਨਾਸਤੇ ਵਗ ਰਹੇ ਕਤਰਿਆਂ ਚੋਂ ਨਿਕਲ ਕੇ ਮਹੀਵਾਲ ਦੀ ਸਤ ਨੇ ਕੂਕਣਾ ਰਾਤ ਦੀਆਂ ਅਖੜ ਆਵਾਜ਼ਾਂ ਅਥਰੇ ਝਖੜ ਤੇਰੀਆਂ ਬਾਹਾਂ ਤੇ ਉਲੜਨੇ ਕੋਇਲ ਦੇ ਵਾਂਗੂ ਬਿਜਲੀਆਂ ਨੇ ਕੂਕਣਾ ਪੈਗੰਬਰਾਂ ਦਾ ਸਬਕ ਭੁੱਲਣਾ ਅਸਮਾਨ ਨੂੰ ਗਉਂਦਿਆਂ ਸੌ ਜਣਾ ਜਲਾਦਾਂ ਨੇ ਆਲਮਾ ਨੇ ਫਜਰਾ ਨੂੰ ਦੁਖੜੇ ਦੱਸਣੇ ਹੋਂਦੇ ਰਣਾ ਵਿੱਚ ਰਾਜ ਤੇ ਹੁਕਮ ਦਾ ਜੀਆ ਪਰਦੇਸੀ ਹੋਵਣਾ ਰੰਗਣਾ ਰੰਗਣਾ ਗੁਨਾ ਨੇ ਚੋਲਾ ਰੰਗਣਾ ਧਮਕ ਪਾਵੇ ਕੁੰਜਾਂ ਦੀ ਬਾਜ ਸਭ ਪਰਬਤਾਂ ਅੰਦਰ ਮੁਰਸ਼ਿਦ ਦੀ ਹੇਕ ਲਾ ਗੁਨਾ ਦੇ ਸੂਹੇ ਬੇਸ ਨੇ ਰੋੜ ਮੈਂ ਤੁਹਾਨੂੰ ਇੱਕ ਸਫਾ ਕਿਹਾ ਸੀ ਲੋ ਇੰਨਾ ਕਮਾਲ ਸੀ ਮੈਂ ਦੋ ਸਫੇ ਪੜ ਗਿਆ ਹੁਣ ਮੈਂ ਸਾਰੀ ਟਰਾਂਸਲੇਟ ਕਰਨੀ ਚਾਹਣਾ ਪਰ ਟਾਈਮ ਘੱਟ ਹੈ ਕੀਤੀ ਨਹੀਂ ਜਾਣੀ ਜਦੋਂ ਕੋਰਸ ਪੜਾਵਾਂਗੇ ਕੋਰਸ ਦੇ ਵਿੱਚ ਕਰਾਂਗੇ ਇਹ ਸਾਰੀ ਇਹ ਇੱਕ ਹਫ਼ਤਾ ਤੇ ਲੈਕਚਰ ਲਾਵਾਂਗੇ ਪੂਰਾ ਪਰ ਮੈਂ ਕੋਸ਼ਿਸ਼ ਜਿਹੜੇ ਉਹ ਕਰ ਦ ਜਿਹੜੇ ਬਹੁਤ ਹੀ ਕਮਾਲ ਆ ਦੇਖੋ ਅਹ ਪਹਿਲੇ ਸਭ ਤੇ ਕੇਲਮ ਦੀ ਹੈ ਕੋਈ ਚੜਦੀ 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 ਉਲੜਦੀ ਛੱਬਦੇ ਸੂਰਜਾਂ ਮੰਨੇ ਸੋਹਣੀ ਦੇ ਵੰਕ ਕੂਪ ਦੀ ਜਾਂਦੀ ਦਰਿਆ ਰਿਤਮਾਰ ਨੂੰ ਤੋੜਦੀ ਛੱਲਾਂ ਦੇ ਚਖਣਾ ਹੇਠ ਮੌਤ ਦੀ ਮਹਿੰਦੀ ਪਹਿਲੀ ਤਾਂ ਇਲਸਟ੍ਰੇਸ਼ਨ ਦਰਿਆ ਵਗ ਰਹੇ ਆ ਕੇਲਮ ਦੀਆਂ ਲਹਿਰਾਂ ਚੜ ਰਹੀਆਂ ਸੋਹਣੀ ਦੇ ਵਾਂਗ ਕੂਕ ਦੀ ਜਾਂਦੀ ਦਰਿਆ ਦੀ ਤਮਾਲ ਨੂੰ ਤੋੜਦੀ ਛੱਲਾਂ ਦੇ ਝਖੜਾਂ ਹੇਠ ਮੌਤ ਦੀ ਮਹਿੰਦੀ ਮਹਿੰਦੀ ਜਿਹੜੀ ਔਰਤਾਂ ਜਸ਼ਨ ਦੇ ਮੌਕੇ ਤੇ ਹੱਥਾਂ ਤੇ ਲਾਉਂਦੀਆਂ ਹਨ ਉਹਨੂੰ ਮੌਤ ਦੀ ਮਹਿੰਦੀ ਕਿਹਾ ਜਿਹੜੀ ਮੌਤ ਹੈ ਕਵੀ ਦੇ ਐਕਸਪੀਰੀਅੰਸ ਦੇ ਵਿੱਚ ਇੱਕ ਜਸ਼ਨ ਦਾ ਸਬਾਬ ਹੈ ਮੌਤ ਨੂੰ ਸੈਲੀਬ੍ਰੇਸ਼ਨ ਦੇ ਵਿੱਚ ਵੇਖ ਰਿਹਾ ਜਿਹੜੀ ਲਾਈਫ ਦੀ ਡਿਸਟਰਕਸ਼ਨ ਆ ਜਾਂ ਕਵੀ ਦੀ ਜਿਹੜੀ ਭਾਵਨਾ ਹੈ ਬਈ ਆ ਜਿਹੜਾ ਜ਼ਿੰਦਗੀ ਦਾ ਵੇਗ ਦਰਿਆਵਾਂ ਦਾ ਪੰਜਾਬ ਦਾ ਮੈਂ ਆਪਣੀ ਜਾਨ ਇਹਦੇ ਉੱਤੋਂ ਵਾਰ ਸਕਦਾ ਤੇ ਇਹ ਇੰਟੈਂਸ ਅਹਿਸਾਸ ਹੈ ਜਿਹੜਾ ਆਪਣੇ ਆਪ ਨੂੰ ਫਨਾਹ ਕਰਨ ਦੇਣ ਦਾ ਆਪਣੇ ਆਪ ਨੂੰ ਖਤਮ ਕਰ ਦੇਣ ਦਾ ਉਹਦੇ ਚ ਕਹਿ ਰਿਹਾ ਹੈ

ਰਿਵਰ ਦੀਆਂ ਵੇਵਸ ਦੇ ਹੇਠਾਂ ਰਿਵਰ ਦੀਆਂ ਵੇਵਸ ਦੇ ਹੇਠੇ ਸਟਾਰਮ ਦੇ ਵਿੱਚ ਜਿਹੜੀ ਮੌਤ ਦੀ ਮਹਿੰਦੀ ਹੈ ਜੋ ਫਜਰ ਦੀਆਂ ਜ਼ੰਜੀਰਾਂ ਚ ਕਦੇ ਨਾ ਆਵੇ ਇੱਕ ਮਾਲ ਫਜਰ ਹੁੰਦੀ ਹੈ ਡੌਨ ਸਮਥਿੰਗ ਦੈਟ ਨੇਵਰ ਗੈਟਸ ਇਨਟੂ ਦ ਚੇਨਸ ਆਫ ਡੌਨ something that's never chained by the dawn ਜਿਹਨੂੰ ਸਵੇਰ ਜਿਹੜੀ ਐ ਫਜਰ ਐ ਪੌ ਫੁੱਟਣਾ ਉਹ ਜ਼ੰਜੀਰ ਕਿਵੇਂ ਆ ਜੋ ਫਜਰ ਦੀਆਂ ਜ਼ੰਜੀਰਾਂ ਚ ਕਦੇ ਨਾ ਆਵੇ ਫਜਰ ਦੇ ਵਿੱਚ ਟਿਕਾਹ ਹੈ ਸ਼ਾਂਤੀ ਹੈ ਖੂਬਸੂਰਤੀ ਹੈ ਕਵੀ ਟਿਕਾਹ ਸ਼ਾਂਤੀ ਖੂਬਸੂਰਤੀ ਚ ਫਸਣਾ ਨਹੀਂ ਚਾਹਦਾ ਉਹ ਜਿਹੜੀ ਤਪਦੀ ਦੁਪਹਿਰ ਦੀ ਵਾਇਲੈਂਸ ਵਾਲਾ ਲਾਈਫ ਦੀ ਉਹਦੇ ਵਿੱਚ ਆ ਕੇ ਉਹਨੂੰ ਕਨਫਰੋਂਟ ਕਰਨਾ ਚਾਹੁੰਦਾ ਉਹ ਕੰਫਰਟੇਬਲ ਉਹ ਜਿਹੜੀ ਕੰਫਰਟੇਬਲ ਸੂਦੀਂਗ ਲਾਈਫ ਆ ਉਹਦੇ ਵਿੱਚ ਇੰਪ੍ਰਿਜ਼ਨਮੈਂਟ ਨਹੀਂ ਚਾਹੁੰਦਾ ਉਹ ਲਾਈਫ ਦੀ ਹੀਟ ਤੇ ਲਾਈਫ ਦੇ ਜਿਹੜੇ ਮਤਲਬ ਆਪਰੇਸ਼ਨ ਆ ਉਹਦੇ ਨਾਲ ਸਿੱਧਾ ਮੱਥਾ ਲਾਉਣਾ ਚਾਹੁੰਦਾ ਸਖਰ ਦੀ ਲਾਲੀ ਅਨਲਹਕ ਗਾਵੇ ਦ ਹਾਈਟ ਰੈਡਨੈਸ ਆਫ ਦ ਹਾਈਟ ਐਕਸਟ੍ਰੀਮ ਰੈਡਨੈਸ ਸਖਰ ਦੀ ਲਾਲੀ ਸਿੰਗਿੰਗ ਅਨਲਹਕ ਅਨਲਹਕ ਕੀ ਐ ਆਈ ਐਮ ਗੋਡ ਮਨਸੂਰ ਨੇ ਕਿਹਾ ਮੈਂ ਰੱਬ ਆ ਮੌਲਵੀਆਂ ਨੇ ਉਹਨੂੰ ਪੱਥਰ ਮਾਰ ਮਾਰ ਕੇ ਮੌਤ ਦੇ ਘਾਟ ਉਤਾਰਤਾ ਤੂੰ ਕਿਵੇਂ ਕਹਿ ਸਕਦਾ ਮੈਂ ਰੱਬ ਆ ਸਖਰ ਦੀ ਲਾਲੀ ਅਨਲਹਕ ਗਾਵੇ ਸੋ ਲਾਲੀ ਦੇ ਅਨਲਹਕ ਗਾਉਣ ਦਾ ਕੀ ਮਤਲਬ ਹੈ ਰਿਵੋਲਟ ਜਿਹੜੀ ਸਟੈਬਲਿਸ਼ਮੈਂਟ ਹੈ ਉਹਦੇ ਅਗੇਂਸਟ ਰਿਵੋਲਟ ਜਲਾਲ ਅੰਦਰਲਾ ਪੈਸ਼ਨ ਕਿ ਮੈਂ ਅਨਲਹਕ ਗਾ ਰਿਆਂ ਤੇ ਜਿਹਨੇ ਮਾਰਨਾ ਮੈਨੂੰ ਮਾਰ ਦਿਓ ਮੈਨੂੰ ਖਤਮ ਕਰ ਦਿਓ ਸ਼ਿਖਰ ਦੀ ਲਾਲੀ ਅਨਲਹਕ ਗਾਵੇ ਇਲਮ ਦੀਆਂ ਤਦਬੀਰਾਂ ਨੂੰ ਤੋੜਦੀ ਉੱਡਦੀ ਲਹੂ ਲੋਹਾਨ ਹੋ ਖੜਦੀ ਇੱਕੋ ਰੰਗ ਲੈ ਚੜਦੀ ਮੌਤ ਦੇ ਸੀਨੇ ਤੇ ਤਦਬੀਰ ਹੁੰਦੀਆਂ ਮੈਕਿਨੇਸ਼ਨਜ਼ ਇਲਮ ਨੋਲੇਜ ਸੋ ਸ਼ੀ ਇਸ ਬ੍ਰੇਕਿੰਗ ਮੈਕਿਨੇਸ਼ਨਜ਼ ਆਫ ਨੋਲੇਜ ਐਂਡ ਦੈਨ ਫਲਾਈਂਗ ਐਂਡ ਦੈਨ ਹੈਵਿੰਗ ਵਨ ਕਲਰ and getting on the chest of punjab punjab de khandran ch beliyan da panchhi kookda hun dassaya si na bela river de naal jehde sanghne woods te meadows punjab de khandran ch beliyan da panchhi kookda the bird from the riverside woods ਇਸ ਸਕਰੀਮਿੰਗ ਇਨ ਦਾ ਰੂਇਨਸ ਆਫ ਪੰਜਾਬ ਬੇਲੇ ਜਿੱਥੇ ਲਾਈਫ ਧੜਕ ਰਹੀ ਹੈ ਬੇਲੇ ਜਿਹੜੇ ਨਰਚਰ ਕਰ ਰਹੇ ਆ ਪਸ਼ੂਆਂ ਨੂੰ ਜਿਹੜੇ ਦੁੱਧ ਦਿੰਦੇ ਆ ਜਿੰਨਾ ਕਰਕੇ ਲੋਕ ਜਿਉਂਦੇ ਆ ਪੰਜਾਬ ਦੇ ਖੰਡਰਾਂ ਚ ਬੇਲਿਆਂ ਦਾ ਪੰਛੀ ਕੂਕਦਾ ਸੱਜਰੇ ਇਕਰਾਰ ਆਬਾਦ ਕਰਦਾ ਫਰੈਸ਼ ਪ੍ਰੋਮਿਸਸ ਅਸਟੈਬਲਿਸ਼ ਹੁੰਦੇ ਆ ਉੱਥੇ ਸੱਜਰੇ ਇਕਰਾਰ ਆਬਾਦ ਕਰਦਾ ਸਤਲੋਜ ਬਿਆਸ ਦੇ ਕੰਢੇ ਔਨ ਦਾ ਸ਼ੋਰਸ ਆਫ ਸਤਲੋਜ ਐਂਡ ਬਿਆਸ ਰਿਵਰਸ ਤੂਤੀਆਂ ਕੰਧਾਂ ਉਸਾਰੀਆਂ evil ones have constructed walls of partition ਇੱਕੋ ਤਰੇ ਖੜੀ ਪੰਜਾਬ ਦੇ ਸਰ ਤੇ ਬਟ ਇੰਟਾਇਰ ਪੰਜਾਬ ਇਜ਼ ਅੰਡਰ ਸ਼ੇਡ ਆਫ ਵਨ ਟਰੀ ਟ੍ਰੀ ਇਟਸ ਅ ਸਮਾਲ ਟਰੀ ਵਿਦ 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 ਥਿਕ ਸ਼ੇਡ ਫਿਊ ਮੋਰ ਲਾਈਨਸ ਐਂਡ ਦੈਨ ਵੀ ਆਰ ਮੂਵਿੰਗ ਔਨ ਐਂਡ ਦੈਨ ਆਲ ਕੰਕਲੂਡ This is important ਪੇਸ਼ਮਾਰ ਫਜਰਾਂ ਦੇ ਕਾਫਲੇ ਖੂਬੇ ਨੇ ਖੰਜਰ ਦੇ ਵਾਂਗੂ ਵਗ ਰਹੇ ਕਤਰਿਆਂ ਸੀਨੇ ਬੇਸ਼ੁਮਾਰ ਇਨਨਿਊਮਰੇਬਲ ਕਾਰਮਸ ਆਫ ਡੋਨਸ ਕੋ ਬੇਨੇ ਖੰਜਰ ਦੇ ਵਾਂਗ ਖੰਜਰ ਇਸ ਅ ਟੈਕਰ ਦੇ ਆਰ ਇਨਟੂ ਦਾ ਚੈਸਟ ਆਫ ਦਾ ਫਲੋਇੰਗ ਡ੍ਰੋਪਸ ਦਾ ਕਾਰਮਸ ਆਫ ਡੋਨ ਆਰ ਲਾਈਕ ਡੈਗਰ which have pierced the chest of the flowing drops قطਰਾ کاس ਨੂੰ ਕਹਿੰਦੇ ਆ قطਰੇ ਦਾ ਲਿਟਰਲ मीनिंग ਆ ਡ੍ਰੌਪ ਪਰ قطਰਾ ਅਥਰੂ ਨੂੰ ਵੀ ਕਿਹਾ ਜਾਂਦਾ ਬੇਸ਼ੁਮਾਰ ਫਜਰਾਂ ਦੇ ਕਾਫਲੇ ਇਨ ਨਿਊਮਰੇਬਲ ਕਾਰਮਸ ਆਫ ਡਾਨ ਕੋਵੇਂ ਨੇ ਖੰਜਰ ਦੇ ਵਾਂਗੂ ਬਗ ਰਹੇ ਕਤਰਿਆਂ ਸੀਨੇ ਫਜਰ ਕੀ ਆ ਫਜਰ ਸ਼ਾਂਤੀ ਆ ਟਿਕਾ ਆ ਸ਼ਾਂਤੀ ਤੇ ਟਿਕਾ ਜਿਹੜੀ ਟੀਅਰ ਦੀ ਇੰਟੈਂਸਿਟੀ ਆ ਔਰ ਤੇ ਵਾਇਲੈਂਸ ਕਰ ਰਹੇ ਆ ਸ਼ਾਂਤੀ ਤੇ ਟਿਕਾ ਟੀਅਰ ਦੀ ਇੰਟੈਂਸਿਟੀ ਨੂੰ ਐਕਨੋਲਜ ਨਹੀਂ ਕਰ ਰਹੇ ਉਦੋਂ ਨਾ ਇੰਗੇਜ ਨਹੀਂ ਕਰ ਰਹੇ ਉਹ 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 ਇਹ ਦੇ ਚੰਤੇ ਚੁਪਿਆ ਜਿਹੜੀ ਲਾਈਫ ਦੇ ਗਰੀਫ ਦੇ ਨਾਲ ਕਵੀ ਦੀ ਇੰਟੈਂਸਿਟੀ ਹੈ ਉਹ ਸੱਚੀ ਹੈ টিਅਰਸ ਆਰ ਫਲੋਇੰਗ ਸੋ ਗਰੀਫ ਇਜ਼ ਆਨ ਗoing ਤੇ ਡਾਉਣ ਦੇ ਕਰਮਾਂ ਜਿਹੜੀ ਡਾਉਣ ਆ ਸ਼ਾਂਤੀ ਹੈ ਟਿਕਾ ਹੈ ਉਹ ਵਗ ਰਹੀ ਕਤਰਿਆਂ ਦੇ ਵਿੱਚ ਛੁਰੇ ਵਾਂਗੂ ਖਬਰਿਆ ਖੰਜਰ ਵਾਂਗੂ ਪਰ ਕੁੜੀ ਜਿਹੜੀ ਪੰਜਾਬ ਦੀ ਉਹ ਇਸ ਸਟੇਟ ਦੇ ਵਿੱਚ ਉਹ ਹੋਪ ਲੈ ਕੇ ਆ ਰਹੀ ਹੈ ਉਹ ਕੀ ਹੈ ਭਰੇ ਭਰੇ ਤੂੰ ਬਣਾ ਦੇ ਹਲਾਰੇ ਦੇ ਨਾਲ ਬ੍ਰੇਮਫੁਲ ਯੂ ਆਰ ਬ੍ਰੇਮਫੁਲ with the swing of the woods bana da hulara your bramful with the swing of the woods ikko hulara tuskiyan peela da ikko hulara peela fruit one swing one swing of the ripened fruit ਕੋਈ ਬਾਜ਼ ਖੂਨੀ ਅਸਮਾਨ ਦੇ ਜਬਰ ਜੇਟਾ ਸਮ ਬਲੱਡੀ ਫਾਲਕਨ ਆਫ ਦਾ ਸਾਈਜ਼ ਆਫ ਦਾ ਅਪਰੈਸ਼ਨ ਆਫ ਦਾ ਸਕਾਈ ਨੀ ਸਬਰਵਾਨ ਅੰਗਾਂ ਵਾਲੀਏ ਓ ਵਨ ਵਿਦ ਦਾ ਕੰਟੈਂਟ ਲੈਂਬਸ ਨੀ ਜਿੰਦਗੀ ਦੇ ਬਿਜਲੀਏ ਉਹ ਅਲਾਈਵ ਲਾਈਟਨਿੰਗ ਮੋਗੇ ਨਾ ਮੋਗੇ ਹੁਸੰਦੀ ਆਈਟੀ ਸਿਖਰ ਤੇ ਡੂ ਨਾਟ ਡਾਈ ਐਟ ਸੱਚ ਐ ਹਾਈਟ ਆਫ ਦਾ ਬਿਊਟੀ ਨਾ ਜੀ ਵੀ ਆ ਜੀ ਵੀ ਐਨੇ ਗਮਾਨ ਦੀ ਲਾਟ ਤੇ ਨੀਦਰ ਸ਼ੁੱਡ ਯੂ ਨੈਵਰ ਐਟ ਦਾ ਫਲੇਮ ਆਫ ਸੱਚ ਐ ਪ੍ਰਾਈਡ ਥੱਲੀ ਨਾ ਥੱਲਿਗੇ ਲੰਮੇ ਵਾਂ ਨੰਬੇ ਕੇ ਥਲਣਾ ਐਸ ਟੂ ਥਰੋ ਵਨ ਸੈਲਫ ਇਨ ਦਾ ਰਿਵਰ ਡੂ ਨਾਟ ਥਰੋ ਯੂਅਰ ਸੈਲਫ ਇਨ ਦਾ ਰਿਵਰ ਜਸਟ ਵੈਨ ਯੂ ਸੀ ਦਾ ਲੌਂਗ ਸਟਰੀਮ ਏ ਏ ਜਿਹੜੀ ਓਪ ਆ ਓ ਵਾਇਲੈਂਟ એનર્ਜੀ ਵਾਲੀ ਜਿਹੜੀ ਇੱਕ ਗ੍ਰੇਸ ਆ ਪੰਜਾਬ ਦੀ ਕੁੜੀ ਦੀ ਉਹਦੀ ਲਾਈਫ ਦੇ ਵਿੱਚ ਜਿਹੜੀ ਇੰਟਰਵੈਨਸ਼ਨ ਉਹਦੀ ਪ੍ਰੈਜ਼ੈਂਸ ਕਰਕੇ ਉਹ ਆਪਣੇ ਹੋਣ ਕਰਕੇ ਜਿਹੜਾ ਲਾਈਫ ਦੇ ਵਿੱਚ ਇੰਟਰਵਿਨ ਕਰ ਰਹੀ ਹੈ ਉਹਦੇ ਬਾਰੇ ਕਦੀ ਗੱਲ ਕਰ ਰਹੀ ਹੈ ਭਈ ਫਦਰ ਜਿਹੜੀ ਆ ਉਹ ਤਾਂ ਸਾਨੂੰ ਮਾਰ ਰਹੀ ਸੀ ਡਾਉਨ ਦੀ sweetness ਸਾਨੂੰ ਮਾਰ ਰਹੀ ਸੀ ਅਸੀਂ ਡਾਉਨ ਦੀ ਸ਼ਾਂਤੀ ਜਿਹੜੀ ਆ ਉਹ ਇੰਜੋਏ ਨਹੀਂ ਕਰਨਾ ਚਾਹੁੰਦੇ ਇੰਟਰਵੈਨਸ਼ਨ ਚਾਹੀਦੀ ਆ ਜਿਹੜੀ ਸਭ ਕੁਝ ਤੋੜ ਦੇਵੇ ਹੋਰ ਲਾਈਨ ਹੈ ਮਹੂਬ ਸਾਹਿਬ ਦੀ ਇਸ ਚਰਖ ਜ਼ਮੀਨ ਨੂੰ ਤੋੜ ਦਿਓ ਮੈਨੂੰ ਖੇਡਣ ਲਈ ਕੁਝ ਹੋਰ ਦਿਓ ਚਰਖ ਸਕਾਈ ਜ਼ਮੀ ਇਸ ਅਰਥ ਬ੍ਰੇਕ ਅਪਾਰਟ the sky and earth. Give me something else to play. ਇਸ ਚਰਕ ਜ਼ਮੀਨ ਨੂੰ ਤੋੜ ਦਿਓ ਮੈਨੂੰ ਖੇਡਣ ਲਈ ਕੁਝ ਹੋਰ ਦਿਓ ਮੇਰੇ ਖਿਆਲ ਬਸ ਕਰ ਗਏ ਆਪਾਂ ਇੱਕ ਇੱਕ ਕੱਲੀ ਕਵਤਾ ਤੇ ਅੱਜ ਦਾ ਸਾਰਾ ਲੈਕਚਰ ਹੋ ਸਕਦਾ ਸੀ ਪੂਰਨਾਥ ਵਾਲੀ ਕੱਲੀ ਕਵਤਾ ਤੇ ਸਾਰਾ ਲੈਕਚਰ ਹੋ ਸਕਦਾ ਸੀ ਪਤਾ ਨਹੀਂ ਕਾਰੇ ਕਾਰੇ ਤੇ ਸਾਰਾ ਲੈਕਚਰ ਉਹ ਸਾਦਾ ਸੀ ਆਖ ਤੇ ਇੱਕ ਇੱਕ ਹਫਤਾ ਤੇ ਇੱਕ ਇੱਕ ਲੈਕਚਰ ਹੋ ਜਾਦਾ ਕੋਰਸ ਚ ਆਪਣੇ ਕੋਲ 13 ਲੈਕਚਰ ਹੋਣੇ ਆ ਤੇ ਆਪਾਂ ਉਹਦੇ ਚ ਇੰਟਰੋਡਕਸ਼ਨ ਤੋਂ ਸ਼ੁਰੂ ਕਰਕੇ ਜਿਹੜਾ ਥਿਓਰੈਟਿਕਲ ਕੰਟੈਕਸਟ ਬਿਲਡ ਕੀਤਾ ਮੈਂ ਹੂਗ ਸਾਹਿਬ ਨੇ ਮੈਂ ਤੁਹਾਨੂੰ ਦੱਸਿਆ ਸੀ ਪ੍ਰੋਗਰੈਸਿਵ ਮੂਵਮੈਂਟ ਚੱਲੀ ਪੰਜਾਬ ਦੇ ਵਿੱਚ ਤੇ ਉਹਦੇ ਸਿਖਰ ਤੇ ਮਹਬੂਬ ਸਾਹਿਬ ਨੇ ਲਿਖਣਾ ਸ਼ੁਰੂ ਕੀਤਾ ਪਰਛਪਾਇਆ ਨਹੀਂ 1990 ਤੱਕ ਪ੍ਰੋਗਰੈਸਿਵ ਮੂਵਮੈਂਟ ਜਿਹੜੀ ਹੈ ਉਹ ਆਫ ਦਾ ਟਾਈਮ ਗਵਾ ਚੁੱਕੀ ਸੀ ਪੰਜਾਬ ਟਰਾਂਸਫਾਰਮ ਹੋ ਚੁੱਕਾ ਸੀ 1978 ਤੋਂ ਨਵੀਂ ਬਿਗਨਿੰਗ ਹੋ ਗਈ ਸੀ ਸਿੱਖੀ ਦੀ ਰਿਵਾਈਵਲ ਸ਼ੁਰੂ ਹੋ ਗਈ ਪੰਥ ਖੜਾ ਹੋ ਗਿਆ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਮੂਵਮੈਂਟ ਸ਼ੁਰੂ ਹੋ ਗਈ ਬਹੁਤ ਵੱਡੀ ਮੂਵਮੈਂਟ ਸ਼ੁਰੂ ਹੋ ਗਈ ਉਦੋਂ ਇੱਕਤਾਬ ਛੱਪਦੀ ਆ ਸੋ ਨਾ ਤਾਂ ਮੈਂ ਤੁਹਾਡੇ ਨਾਲ ਪਰਲਾਉਂਦੇ ਕਾਫਲੇ ਦੀ ਗੱਲ ਕੀਤੀ ਨਾ ਮੈਂ ਤੁਹਾਡੇ ਨਾਲ ਸ਼ਹੀਦ ਦੀ ਅਰਦਾਸ ਦੀ ਗੱਲ ਕੀਤੀ ਪਰ ਆਪਾਂ ਮਹਿਬੂਬ ਸਾਹਿਬ ਤੁਰੇ ਕਿੱਥੋਂ ਤੇ ਉਹ ਨਾਇਲਿਜ਼ਮ ਦੀ ਕਿਹੜੀ ਵਾਇਲੈਂਸ ਨੂੰ ਐਡਰੈਸ ਕਰ ਰਹੇ ਸੀ ਉਹ ਨਾਇਲਿਜ਼ਮ ਨਾਲ ਫੁਲੀ ਇੰਗੇਜ ਕਰਕੇ ਉਨੀ 올 ਪਾਵਰਫੁਲ ਕਿਵੇਂ ਨਹੀਂ ਸੀ ਮੰਨਦੇ ਉਹ ਪੰਜਾਬ ਦੀਆਂ ਕੁੜੀਆਂ ਨੂੰ ਕੀ ਸਮਝਦੇ ਸੀ ਉਹ ਪੰਜਾਬ ਦੀਆਂ ਕੁੜੀਆਂ ਨੂੰ ਸਮਝਦੇ ਸੀ ਜਿਹੜੀ ਸਿਵਲਾਈਜੇਸ਼ਨ ਦੀ ਸਾਰੀ ਵਰਤ ਹੈ ਉਹ ਕੁੜੀਆਂ ਨੇ ਸੰਭਾਲੀ ਉਹ ਜਿਉਂਦੀਆਂ ਤੇ ਉਹਦੇ ਵਿੱਚ ਹੈਗੀ ਆ ਉਹ ਜਿਉਂਦੀਆਂ ਤੇ ਉਹ ਮੁੜ ਕੇ ਆ ਜਾਂਦੀ ਕੁਸ਼ ਉਜਾੜਾ ਹੋ ਗਿਆ ਬਹੁਤ ਜ਼ਿਆਦਾ ਪਰ ਕੁਸ਼ ਕਿਤੇ ਗਿਆ ਨਹੀਂ ਸਲਾਮਤ ਹੈ ਰਿਵਾਈਵਲ ਦਾ ਸੋਰਸ ਵੂਮਨ ਨੇ ਬਣਿਆ ਔਰ ਲੌਂਦੇ ਕਾਫਲੇ ਚ ਜਿਹੜੀ ਵੂਮਨ ਪਰਸੋਨਿਫਾਈ ਕੀਤੀ ਹੈ ਰਿਵਰ ਰਾਵੀ ਐਜ਼ ਅ ਵੂਮਨ ਉਹਦਾਂ ਡਾਇਲੌਗ ਹੈ ਬੜੇ ਕਮਾਲ ਦਾ ਡਾਇਲੌਗ ਹੈ ਤੇ ਹੀਰ ਦਾਸ ਦੇ ਵਿੱਚ ਮਿਥਿਕਲ ਵੂਮਨ ਲਿਵਲੀਨ ਉਹ ਕਨਸਟਰਕਟ ਕੀਤੀ ਹੈ ਮਹਿਬੂਬ ਸਾਹਿਬ ਨੇ ਆਪ ਉਹ ਲਵਲੀਨ ਦਾ ਸੰਤ ਜਰਨੈਲ ਸਿੰਘ ਨਾਲ ਡਾਇਲੌਗ ਹੈ ਲਵਲੀਨ ਦਾ ਕਵੀ ਨਾਲ ਡਾਇਲੌਗ ਹੈ ਤੇ ਉਹ ਸਾਰਾ ਮਤਲਬ ਉਹ ਔਮਨ ਕੀ ਦੇ ਰਹੀ ਹੈ ਜਿਵੇਂ ਇੱਕ ਲਾਈਨ ਹੈ ਸੀ ਇੰਡੀਆ ਦਾਸ ਸੋਰਤਾ ਸਤਗੁਰ ਜੇਡੀਆਂ ਮਾਵਾ ਜੇੜ ਦਰੇਗ ਪੰਥ ਨੇ ਛੱਡੇ ਚਿਰਾਂ ਤੋਂ ਭੁਰਪੁਰ ਜਾਵੇ ਤੇ ਤੇਗਾਂ ਜਿਹੜੀਆਂ ਉਹ ਭੁਰਪੁਰ ਕੇ ਨਿਕਨੇ ਨਿਕੇ ਟੁੱਟੇ ਹੋ ਕੇ ਡਿੱਗ ਪੈਂਦੀਆਂ ਜਦੋਂ ਸਤਗੁਰ ਜਿਹੜੀਆਂ ਸੁਰਤਾਂ ਤੇ ਮਾਵਾ ਜੇੜ ਦਰੇਗ ਕੌਮ ਛੱਡ ਦਿੰਦੀ ਸੋ ਕੌਮ ਦੀ ਜਿਹੜੀ ਖੜੇ ਹੋਣ ਦੀ ਸਮਰੱਥਾ ਉਹ ਬੀਬੀਆਂ ਚੋਂ ਆਉਣੀ ਹੈ ਜਿਹਦੇ ਚੀਂਗ ਕੁੜੀਆਂ ਵੀ ਆ ਮਾ ਮਾਵਾਂ ਕਿੱਲਾ ਮਾਵਾਂ ਨੇ ਨੌਜਵਾਨ ਕੁੜੀਆਂ ਜਿਹੜੀਆਂ ਉਹਨਾਂ ਤੇ ਬਹੁਤ ਜ਼ਿਆਦਾ ਕਵਤਾਵਾਂ ਬਹੁਤ ਵੱਡੀ ਗਿਣਤੀ ਚ ਚਨਾਤੀਆਂ ਦੇ ਵਿੱਚ ਤੇ ਉਹ ਮਤਲਬ ਮੇਰੇ ਪਲਾਨ ਬਹੁਤ ਜ਼ਿਆਦਾ ਕੁਝ ਪੜਨ ਦੀ ਸੀ ਮੈਂ ਕਾਫੀ ਕੁਝ ਖੋਲ ਕੇ ਰੱਖਿਆ ਸੀ ਪਰ ਮੈਨੂੰ ਮੈਂ ਕੁਝ ਵੀ ਅਨਐਕਸਪਲੇਨਡ ਇਸ ਚਰਨਾ ਚਾਹੁੰਦਾ ਸੋ ਉਹਦੇ ਕਰਕੇ ਹਿਸਟੋਰੀਕਲ ਕੰਟੈਕਸਟ ਵੀ ਵਿੱਚ ਆ ਗਿਆ ਨਾਇਲਿਜ਼ਮ ਦੀ ਫਿਲਾਸੋਫੀਕਲ ਹਿਸਟਰੀ ਵਿੱਚ ਆ ਗਈ ਮੈਨੂੰ ਲੱਗਦਾ ਉਹ ਚੰਗਾ ਆਈਡੀਆ ਸੀ ਗੱਲਾਂ ਕਲੀਅਰ ਕਰਨੀਆਂ ਜ਼ਿਆਦਾ ਚੰਗੀ ਗੱਲ ਆ ਪਰ ਜਿੰਨਾ ਆਪਾਂ ਕਵਰ ਕੀਤਾ ਔਰ ਮੁੱਖ ਗੱਲ ਕਵਰ ਹੋ ਗਈ ਬਾਕੀ ਹੁਣ ਤੁਹਾਡੇ ਚੋਂ ਜਿੰਨੇ ਜਾਣੇ ਕੋਰਸ ਤੁਸੀਂ ਰਿਟੈਂਡ ਕਰੋਗੇ ਉਹਦੇ ਚ ਆਪਾਂ ਜਿਹੜੀ ਕਵਤਾਵਾਂ ਦੀ ਬਹੁਤ ਜ਼ਿਆਦਾ ক্লোਜ਼ ਰੀਡਿੰਗ ਤੇ ਨਾਲ ਨਾਲ ਜਿਹੜਾ ਉਹਦਾ ਬਾਕੀ ਜਿਹੜਾ ਐਕਸਪੀਰੀਐਂਸ਼ੀਅਲ ਜਿਹੜਾ ਕੰਟੈਕਸਟ ਜਿਹੜਾ ਪਹੁੰਚ ਵਿਸ਼ਾ ਕੁਝ ਬਹੁਤ ਕੁਝ ਹੈ ਉਸ ਪੁਸ਼ਤਾਂ ਦੇ ਐਕਸਪੀਰੀਐਂਸਸ ਹੈ ਸਿਵਿਲਿਜੇਸ਼ਨਸ ਦੀ ਹਾਈਟ ਹੈ ਫਿਲਾਸੋਫੀਕਲ ਡੈਪਥ ਹੈ ਸਾਂਝਾ ਐਕਸਪੀਰੀਐਂਸ ਹੈ ਮਹਿਬੂਬ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹਦਾ ਸਾਹਿਤ ਤਾਂ ਸਾਂਝੀ ਕੋਸ਼ਿਸ਼ ਹੈ ਇੱਕ ਬੰਦੇ ਦੀ ਲਿਖਤ ਨਹੀਂ ਉਗਰ ਜੀ ਇੱਕ ਬੰਦੇ ਦੇ ਰਾਈਟ ਲਖਤ ਬਾਹਰ ਆ ਰਹੀ ਹੈ ਇਹ ਤਾਂ ਆਲਾ ਦੋਲਾ ਜਿਹੜਾ ਬੰਦੇ ਦਾ ਉਹ ਸਾਰਾ ਹੀ ਰਾਈਟਿੰਗ ਦੇ ਵਿੱਚ ਕੰਟਰੀਬਿਊਟ ਕਰ ਰਿਹਾ ਸੋ ਆਲੇ ਦੁਆਲੇ ਨਾਲੇ ਕਨਸਰਨਡ ਸੀਗੇ ਉਹ ਇਹ ਆਲਾ ਦੁਆਲਾ ਪੰਜਾਬ ਦੀਆਂ ਕੁੜੀਆਂ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਰੁੱਖ ਪੰਜਾਬ ਦੇ ਸੂਰਮੇ ਪੰਜਾਬ ਦੇ ਯੋਧੇ ਇਹ ਸਾਰਾ ਆਲਾ ਦੁਆਲਾ ਸਾਰਾ ਲੈਂਡਸਕੇਪ ਰੁਹੀਆਂ ਜੋ ਆਪਾਂ ਜਿਵੇਂ ਜਦੋਂ ਮੈਂ ਸ਼ਬਦ ਬੋਲਦਾ ਤੇ ਮੈਨੂੰ ਲੱਗਦਾ ਵੀ ਮੈਂ ਬਹੁਤ ਕੁਝ ਛੱਡਦਾ ਤੇ ਇਹ ਕਿਤਾਬ ਬਾਰੇ ਗੱਲ ਨਹੀਂ ਹੋ ਸਕਦੀ ਇੱਕ ਕੋਰਸ ਦੇ ਵਿੱਚ ਨਹੀਂ ਹੋ ਸਕਦੀ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਮੈਨੂੰ ਦੁਨੀਆਂ ਦੀ ਸਾਰੀ ਕਵਤਾ ਬਾਰੇ ਪਤਾ ਪਰ ਮੈਂ ਦੁਨੀਆਂ ਦੀ ਬਹੁਤ ਸਾਰੀ ਕਵਤਾ ਪੜ੍ਹੀ ਹੈ ਜਿਹੜੇ ਨਮਾਇੰਦਾ ਕਵੀ ਹੈ ਡਿਫਰੈਂਟ ਲੈਂਗੁਏਜਸ ਨਾਲ ਸੰਬੰਧ ਰੱਖਣ ਵਾਲੇ ਮੈਂ ਸਾਰੇ ਪੜ੍ਹੇ ਆ ਤੇ ਬਹੁਤ ਸ਼ੌਕ ਨਾਲ ਪੜ੍ਹੇ ਆ ਮੈਂ ਇਹਦੇ ਨਾਲ ਇਕਤਾਉਂਦੇ ਮੈਂ ਐਸ ਪੱਦਰ ਦੀ ਕਵਤਾ ਨਹੀਂ ਵੇਖੀ ਆਪਣੀ ਜ਼ਿੰਦਗੀ ਚ ਮੈਨੂੰ ਮੈਨੂੰ ਲੱਗਦਾ ਵੀ ਜਿਹੜੀ ਇਹ ਕਵਤਾ ਸਾਡੀ ਧਰਤੀ ਤੇ ਪੈਦਾ ਹੋਈ ਹੋਣੀ ਮਹਿਬੂਬ ਸਾਹੂ ਦਾ ਸਿੱਖ ਹੋਣਾ ਇਹ ਬਹੁਤ ਖਾਸ ਗੱਲ ਹੈ ਇਹ ਗੱਲ ਹਾਈਲਾਈਟ ਨਹੀਂ ਹੋਈ ਪਰ ਇਹ ਗੱਲ ਸੱਚੀ ਹੈ ਪੂਰੀ ਹਿਊਮਨ ਹਿਸਟਰੀ 'ਚ ਸਿੱਖਾਂ ਦੇ ਨਾਲ ਦੀ ਕਵਤਾ ਨੇ ਕਿਸੇ ਨੇ ਪਹਿਲਾਂ ਨਹੀਂ ਆਪਾਂ ਗੁਰਬਾਣੀ ਨੂੰ ਕਵਤਾ ਨਹੀਂ ਕਹਿੰਦੇ ਗੁਰਬਾਣੀ ਕਵਤਾ ਤੋਂ ਉੱਤੇ ਹੈ ਫਾਰ ਭਾਈ ਗੁਰਦਾਸ 12 ਤੇ ਕਵਤ ਸਵਿਗਏ ਦੋਵੇਂ ਭਾਈ ਨੰਦ ਲਾਲ ਦੀਆਂ ਪੰਜਾਬੀ ਫਾਰਸੀ ਲਿਖਤਾਂ ਸਾਰੀਆਂ ਪਾਈ ਸੰਤੋਖ ਸਿੰਘ ਦਾ ਤਾਂ ਅੰਤਿਕੋ ਹੀ ਨਹੀਂ ਐਡਾ ਕਵੀ ਪਾਈ ਸੰਤੋਖ ਸਿੰਘ ਜਿਹੜਾ ਕਵੀ ਤੇ ਸ਼ਾਇਰ ਹੀ ਪੈਦਾ ਹੋਵੇ ਪਾਈ ਸੰਤੋਖ ਸਿੰਘ ਤਾਂ ਜਿਵੇਂ ਮਹਿਬੂਬ ਸਾਹਿਬ ਵਰਤ ਤਾਂ ਆਪੇ ਇਹ ਕਹਿੰਦੇ ਆ ਵੀ ਇਹਨਾਂ ਦੀ ਲੈਂਗੁਏਜ ਤੇ ਕਮਾਂਡ ਬਹੁਤ ਚੰਗੀ ਸੀ ਪਾਈ ਸੰਤੋਖ ਸਿੰਘ ਬਾਰੇ ਆਪੇ ਇਹ ਕਹਿੰਦੇ ਆ ਵੀ ਲੈਂਗੁਏਜ ਤੇ ਇੰਨੀ ਕਮਾਂਡ ਵੀ ਹੋ ਸਕਦੀ ਹੈ ਕਿਸੇ ਦੀ ਐਡੀ ਤਕੜੀ ਲੈਂਗੁਏਜ ਮਤਲਬ ਉਹ ਬਰੇਜ਼ ਲੈਂਗੁਏਜ ਦੇ ਘਰੇਜ ਤਾਂ ਆਉਂਦੀ ਨਹੀਂ ਉਹ ਉਦੋਂ ਗੁਰਬਾਣੀ ਤੇ ਦਸਮ ਗ੍ਰੰਥ ਹੋਰ ਟ੍ਰੈਡੀਸ਼ਨਸ ਉਹ ਤਾਂ ਟੋਟਲੀ ਨਵਾਂ ਪੋਇਟਿਕਲ ਈਡੀਅਮ ਜਿਹੜਾ ਉਹਨੇ ਤਿਆਰ ਕੀਤਾ ਭਾਈ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤ AP ਸੂਰਜ ਗ੍ਰੰਥ ਫਿਰ ਭਾਈ ਵੀਰ ਸਿੰਘ ਪੂਰਨ ਸਿੰਘ ਹੋਰ ਪੋਏਟਸ ਜਿਹੜੀ ਇਹ ਕਵਿਤਾ ਜਿਹੜੀ ਮਤਲਬ ਜਿਹੜੀ ਸਿੱਖਾਂ ਨੇ ਪ੍ਰੋਡਿਊਸ ਕੀਤੀ ਆ ਸਿੱਖਾਂ ਕੋਲ ਸਕਾਲਰਸ਼ਿਪ ਨਾ ਹੋਣ ਕਰਕੇ ਇੰਟਰਨੈਸ਼ਨਲ ਪਲੇਟਫਾਰਮ ਤੇ ਐਕੈਡੈਮਿਕ ਸਰਕਲਸ ਦੇ ਵਿੱਚ ਸਿੱਖ ਕਵਿਤਾ ਉਵੇਂ ਇੰਟਰੋਡਿਊਸ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਸੀ ਹੁਣ ਹੌਲਡਰਲੈਂਡ ਵਰਗੇ ਪੋएट ਆ ਰਿਲਕੇ ਵਰਗੇ ਪੋਏਟ ਆ ਜਰਮਨ ਉਹਨਾਂ ਤੇ ਹਾਈਡਗਰ ਵਰਗਾ ਫਿਲਾਸਫਰ ਕਮੈਂਟਰੀ ਕਰ ਰਿਹਾ ਪਾਲ ਸਲਾਮ ਵਰਗੇ ਜਿਊਿਸ਼ ਪੋਏਟ ਆ ਜਿਹੜੇ ਹੋਲੋਕਾਸਟ ਬਾਰੇ ਬਹੁਤ ਜ਼ਿਆਦਾ ਇੰਟੈਂਸ ਤੇ ਬਹੁਤ ਜ਼ਿਆਦਾ ਕਮਾਲ ਦਾ ਲਿਖਦੇ ਸੀ ਉਹਨੋਂ ਤੇ ਤ੍ਰੀਦਾ ਵਰਗੇ ਫਿਲਾਸਫਰਾਂ ਨੇ ਕਿਤਾਬਾਂ ਲਿਖੀਆਂ ਤੇ ਹਾਈਡਗਰ ਤ੍ਰੀਦਾ ਤਾਂ ਪੂਰੀ ਜਿਹੜੀ ਹਿਸਟਰੀ ਆਫ ਫਿਲਾਸਫੀ ਦੇ ਵਨ ਆਫ ਦਾ ਗ੍ਰੇਟੈਸਟ ਜਿਹੜੇ ਫਿਲਾਸਫਰ ਦਾ ਉਹਨਾਂ ਚ ਹੈ ਤੇ ਇਹ ਜਿਹੜੇ ਪੋਏਟਸ ਆ ਵਨ ਆਫ ਦਾ ਗ੍ਰੇਟੈਸਟ ਪੋਏਟਸ ਆ ਸਿੱਖਾਂ ਨੇ ਕਵੀ ਪੈਦਾ ਕਰ ਲਏ ਪਰ ਸਿੱਖਾਂ ਕੋਲੇ ਪੋਇਟਰੀ ਤੇ ਕਮੈਂਟਰੀ ਕਰਨ ਵਾਲੇ ਉਹ ਫਿਲਾਸਫਰ ਨਹੀਂ ਪ੍ਰੋਡਿਊਸ ਹੋਏ ਉਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਜਿਹੜੇ authentic poet ਉਹ ਮਤਲਬ ਉਹ ਸਿਕਾਂਜ ਪੈਦਾ ਹੋਇਆ ਪ੍ਰੋਫੈਸਰ ਪੂਰਨ ਸਿੰਘ ਦੀ ਪੋਇਟਰੀ ਦਾ ਤਾਂ ਅੰਤ ਹੀ ਕੋਈ ਨਹੀਂ ਕਿੱਥੇ ਮਤਲਬ ਉਹ ਬਿਲਕੁਲ ਵੱਖਰੀ ਦੁਨੀਆ ਇਹਦੇ ਨਾਲ ਜੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਅੱਢੀ ਦੁਨੀਆ 'ਚ ਹੋਵਾਂਗੇ ਪਰ ਕਮਾਲ ਆ ਕੁਐਸਚਨ ਜਿਹੜੇ ਕੁਸ਼ ਪ੍ਰੋਫੈਸਰ ਬੀਰ ਸਿੰਘ ਕੋਲੇ ਆ ਤੇ ਇੱਕ ਉਹਨਾਂ ਤੋਂ ਪਹਿਲਾਂ टीट लोने किया इफ टाइम परमिट्स कुड यू प्लीज क्विकली कवर सम पॉइंट्स इन द पोएम एक गीत जागो नि कुंभलो सूरज देखो एंड थैंक यू सो मच फॉर दिस लेक्चर मैं प्रॉमिस नहीं करता मैं ट्राई कर लेना ते जागो नि कुंभलो सूरज देखो मैं लब लेना पर पहला आपा क्वेश्चन ਲੈ ਲਗੇ अ ਤੁਹਾਡੀ ਬਹੁਤ ਮਿਹਰਬਾਨੀ ਅ ਔਰ ਕਿਸੇ ਦੇ ਕੁਐਸਚਨ ਕੋਈ ਹੈਗੇ ਆ ਪ੍ਰੋਫੈਸਰ ਵੀਰ ਸਿੰਘ ਨੇ ਤਾਂ ਰეკਮੈਂਡ ਕੀਤਾ ਕਿ ਕੁਐਸਚਨ ਲੈ ਜਾਣ ਮੈਂ ਸਮਝ ਗਿਆ ਵੀ ਉਹ ਕੁਐਸਚਨ ਪੁੱਛਣਾ ਚਾਹੁੰਦੇ ਆ ਤੇ ਤੁਸੀਂ ਜੇ ਕੋਈ ਹੋਰ ਕਿਸੇ ਕੁਐਸਚਨ ਹੈਗੇ ਦੱਸੋ ਮੈਂ ਜਾਗੋ ਨਹੀਂ ਕੁੰਬਲੋ ਵਾਲੀ ਕਰ ਤੱਕ ਖੋਲਦਾ ਇੰ ਦਾ ਮੀਨ ਟਾਈਮ ਜੇ ਕਿਸੇ ਦੇ ਕੁਐਸਚਨ ਹੋ ਉਹ ਤੁਸੀਂ ਸਾਂਝੇ ਕਰੋ ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਹਾਂ ਜੀ ਮੇਰਾ ਕਾਸਟਮ ਸੀ ਭਾਜੀ ਹਾਂ ਜੀ ਕਾਸਟਮ ਲੀਗਾ ਹਾਂ ਜੀ ਪਰਮਿੰਦਰ ਸਿੰਘ ਹਾਂ ਜੀ ਹਾਂ ਜੀ ਆਪਾਂ ਜਦੋਂ ਭਾਜੀ ਜਦੋਂ ਆਪਾਂ ਹੁਣ ਕਿਤਾਬ ਪੜੀਦੀ ਆ ਉਦੋਂ ਤਾਂ ਆਪਾਂ ਸੋਚੀਦਾ ਵੀ ਉਹਦੇ ਵਿੱਚ ਕੋਈ ਗੱਲ ਕੀਤੀ ਹੁੰਦੀ ਆ ਹਨਾ ਆਪਾਂ ਕਿਤਾਬ ਨੂੰ ਕੋਈ ਇੱਕ ਐਟੀਟਿਊਡ ਲੈ ਕੇ ਜਾਣੇ ਆ ਉਹਦੇ ਕੋਲੇ ਕਿਤਾਬ ਪੜਨ ਲਈ ਵੀ ਆਰਗੂਮੈਂਟ ਦੇਊਗਾ ਜਾਂ ਕੋਈ ਗੱਲ ਕਰੂਗਾ ਜਾਂ ਨੋਵਲ ਪੜਦੇ ਆ ਉਹਦੀ ਸਟੋਰੀ ਹੋਊਗੀ ਜਦੋਂ ਆਪਾਂ ਪੋਇਟਰੀ ਪੜੀਦੀ ਆ ਉਹਦੇ ਲਈ ਕੀ ਐਟੀਟਿਊਡ ਚਾਹੀਦਾ ਹੁੰਦਾ ਵਾ ਮਤਲਬ ਪਤਾ ਨਹੀਂ ਮੇਰਾ ਕੁਸਚਨ ਵੈਲਿਡ ਵੀ ਹੈਗਾ ਕਿ ਨਹੀਂ ਪਰ ਮੈਂ ਨਹੀਂ ਨਹੀਂ ਵੈਲਿਡ ਆ ਪੂਰਾ ਕਿੱਦਾਂ ਕਿਦਾਂ ਕਿਦਾਂ ਪੜੀ ਵੀ ਹੈ ਹਾਂਜੀ ਦੇਖੋ ਕੋਈ ਕੁਸਚਨ ਬੜਾ ਪੂਰਾ ਵੈਲਿਡ ਹੈ ਪਰ ਇੱਕ ਕਵਤਾ ਵੱਖਰੇ ਤੌਰ ਤੇ ਪੜੀ ਜਾ ਸਕਦਾ ਮਤਲਬ ਜੇ ਮੈਂ ਪਹਿਲੇ ਸਾਰੇ ਪੰਜਾਬੀ ਸੂਫੀ ਟ੍ਰੈਡੀਸ਼ਨਲ ਕਿਸਾ ਟ੍ਰੈਡੀਸ਼ਨ ਭਾਈ ਵੀਰ ਸਿੰਘ ਪੂਰਨ ਸਿੰਘ ਹੋਰ ਕਵੀ ਨਾ ਬੜੇ ਹੁੰਦੇ ਤੇ ਜੇ ਮਤਲਬ ਉਹਨਾਂ ਉਹ ਪੜਨ ਕਰਕੇ ਗੁਰਬਾਣੀ ਦੇ ਪਾਠ ਕਰਕੇ ਮੇਰੇ ਕੋਲ ਲੈਂਗੁਏਜ ਨਾ ਹੁੰਦੀ ਤੇ ਫੇਰ ਸ਼ਾਇਰ ਮੈਂ ਪੜਨ ਦੇ ਕਾਬਲ ਨਾ ਹੁੰਦਾ ਇੱਕ ਕਵਿਤਾ ਜਿਹੜੀ ਹੈ ਇੱਕ ਕਵਤਾਰੇ ਦੌਰ ਤਨੇ ਪੜੀ ਜਾਂਦਾ ਕਵਤਾ ਤਾਂ ਜਿਵੇਂ ਲੰਮਾ ਪ੍ਰੋਸੈਸ ਹੈ ਹੁਣ ਜਦੋਂ ਆਪਾਂ ਕਵਤਾਂਵਾਂ ਪੜ੍ਹੀਆਂ ਅਸੀਂ ਪੜ੍ਹੀਆਂ ਅਸੀਂ ਤਾਂ ਪੜ੍ਹਿਆ ਜਿਵੇਂ ਬਿਨਾ ਕਿਸੇ ਪਰਪਸ ਤੋਂ ਸ਼ੌਕ ਨਾਲ ਤੇ ਬਿਨਾ ਸਮਝਣ ਦੀ ਇੱਛਾ ਤੋਂ ਬਿਨਾ ਕਿਸੇ ਉਹ ਲੰਮੇ ਲੰਮੇ ਜਿਹੜੇ ਪ੍ਰੋਸੈਸ ਚੋਂ ਕੋਸ਼ ਚੀਜ਼ਾਂ ਨਹੀਂ ਵੀ ਸਮਝ ਆਉਂਦੀਆਂ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਬਨਵਾਸ ਕਵਿਤਾ ਦਾ ਉਹਦੇ 'ਚ ਮੈਂ ਮਹਿਬੂਬ ਸਾਹਿਬ ਨਾਲ ਗੱਲ ਕੀਤੀ ਅਹ ਉਹ ਪੜ ਤਾਂ ਨੂੰ ਪੜ ਕੇ ਸੁਣਾਵਾਂ ਦੋ ਗੱਲ ਇਹਸ ਰੋਹੀ 'ਚੋਂ ਆ ਰਹੀਆਂ ਨੇ ਮੌਤ ਮੇਰੀ ਦੀਆਂ ਬਾਚ ਦੂਰ ਨਗਾਰੇ ਸੂਰਮਿਆਂ ਦੇ ਗੂੰਜਣ ਸੁਣ ਫਰਿਆ ਤਾਂ ਕੱਚੇ ਘਰਾਂ ਦੇ ਬੂਹਿਆਂ ਅੱਗੇ ਰੋਂਦੀਆਂ ਮਾਵਾਂ ਆਈਆਂ ਕਣਕਾਂ ਪੱਕੀਆਂ ਦੀ ਰੁੱਤੇ ਕਿਉਂ ਦਦ ਉਮਰ ਦੇ ਲਿਆ ਦੇਖੋ 47 ਦੀ ਪਾਰਟੀਸ਼ਨ ਹੋ ਗਈ ਤੇ ਸਿੱਖਾਂ ਨੂੰ ਦੱਸ ਦਿੱਤਾ ਗਿਆ ਕਿ ਤੁਹਾਨੂੰ ਜਾਣਾ ਪਏਗਾ ਤੇ ਜਾਣਾ ਕਿਹੜਾ ਕੋਈ ਇਮੀਡੀਏਟਲੀ ਸਾਰਾ ਘਰ ਘਾਟ ਪ੍ਰਾਪਰਟੀ ਛੱਡ ਕੇ ਜਾਣਾ ਹੈ ਪਤਾ ਵੀ ਨਹੀਂ ਕਿੱਥੇ ਜਾਣਾ ਉਹ ਕੋਈ ਐਂ ਦਾ ਹੈ ਨਹੀਂ ਸੀ ਕਿ ਅੱਜ ਫੈਸਲਾ ਆਇਆ ਤੇ ਕੱਲੂ ਚਲੇ ਜਾਣਾ ਸੋ ਉਧਰੋਂ ਵਾਇਲੈਂਸ ਸ਼ੁਰੂ ਹੋ ਗਈ ਵਾਇਲੈਂਸ ਸ਼ੁਰੂ ਹੋ ਗਈ ਜੁਲਾਈ 1946 ਸੋ ਇਮੀਡੀਏਟ ਜਿਹੜਾ ਕਨਸਰਨ ਸੀ ਸਿੱਖਾਂ ਦਾ ਉਹ ਜਿਹੜੀ ਨਿਤ ਦਿਹਾੜੇ ਮੌਬਜ਼ ਆ ਰਹੀਆਂ ਤੇ ਪਿੰਡਾਂ ਤੇ ਅਟੈਕ ਕਰ ਰਹੀਆਂ ਉਹਨਾਂ ਨੂੰ ਹੈਂਡਲ ਕਰਨਾ ਸੀ ਤੋ ਹੈਂਡਲ ਕਰਨ ਲਈ ਮਹਿਬੂਬ ਸਾਹਿਬ ਕਿਤੇ ਵੀ ਨਗਾਰੇ ਜਿਹੜੇ ਸੀ ਨਾ ਉਹ ਪਿੰਡ ਪਿੰਡ ਦੇ ਬਾਹਰ-ਬਾਰ ਵਾਲੇ ਪਾਸੇ ਘਰਾਂ ਦੀਆਂ ਛੱਤਾਂ ਤੇ ਨਗਾਰੇ ਰੱਖ ਲਏ ਤੇ ਜਦੋਂ ਦੂਰੋਂ ਮੌਬ ਬੰਦਿਆਂ ਦੀ ਬਾਹਰ ਆਉਂਦੀ ਜਿਹੜੀ ਉਹ ਸੱਤੇ ਬੈਠਾ ਬੰਦਾ ਵੇਖਦਾ ਸੀ ਤੇ ਉਹ ਨਗਾਰਾ ਵਜਾ ਰਿਹਾ ਸੀ ਜਦੋਂ ਨਗਾਰਾ ਵਜਾਉਂਦਾ ਸੀ ਸਾਰਾ ਪਿੰਡ ਜਿਹੜਾ ਉਹ ਹਥਿਆਰ ਲੈ ਕੇ ਬਾਹਰ ਆ ਜਾਂਦਾ ਸੀ ਫੇਰ ਉਹ ਬਾਹਰੋਂ ਆਈ ਭੀੜ ਦਾ ਮੁਕਾਬਲਾ ਕਰਦੇ ਸੀ ਤੇ ਉਹਦੇ ਚ ਉਹ ਸਰਵਾਈਵ ਕਰਦੇ ਸੀ ਇਸ ਰੋਹੀ ਚੋਂ ਆ ਰਹੀਆਂ ਨੇ ਮਾਤ ਮੇਰੀ ਦੀਆਂ ਆਵਾਜ਼ਾਂ ਦੂਰ ਨਗਾਰੇ ਸੂਰਮਿਆਂ ਦੇ ਗੂੰਜਣ ਸਣ ਫਰਿਆਦਾਂ ਕੱਚੇ ਘਰਾਂ ਦੇ ਬੂਹੇ ਅੱਗੇ ਰੋਂਦੀਆਂ ਮਾਵਾਂ ਆਈਆਂ ਕਣਕਾਂ ਪੱਕੀਆਂ ਦੀ ਰੁੱਤੇ ਕਿਉਂ ਦਲਦ ਉਮਰ ਦੇ ਲਿਆਈਆਂ ਹੱਣੇ ਪਹਿਲੀ ਕਵਤਾ ਦਾ ਭਾਵ ਮੈਨੂੰ ਮਹਿਬੂਬ ਸਾਹਿਬ ਨੇ ਆਪ ਨਾ ਦੱਸਿਆ ਹੁੰਦਾ ਤੇ ਸ਼ਾਇਦ ਇੰਨਾ ਵਧੀਆ ਸਮਝ ਨਾ ਆਉਂਦਾ ਸੋ ਜ਼ਰੂਰੀ ਨਹੀਂ ਹਰ ਕਵਤਾ ਠੀਕ ਤਰੀਕੇ ਨਾਲ ਸਮਝੀ ਜਾ ਸਕੇ ਕੋਸ਼ਿਸ਼ ਤੇ ਰਹੇ ਵੀ ਜਾਂਦੇ ਆ ਇੱਕ ਕੁਐਸਚਨ ਹੈ ਵਟ ਮੇਕਸ ਅ ਪੋएट ਅ ਪੋएट ਇਹ ਬਹੁਤ ਕਮਾਲ ਦਾ ਕੁਐਸਚਨ ਹੈ ਮੈਂ ਕੋਸ਼ਿਸ਼ ਕਰਦਾ ਨੇ ਇਸ ਬਾਰੇ ਗੱਲ ਕਰਨ ਦੀ ਸਮਥਿੰਗ ਜਿਹੜੀ ਮਤਲਬ ਜਿਹੜੀ ਲਾਈਫ ਨਾਲ ਇੰਗੇਜਮੈਂਟ ਆ ਉਹਨਾਂ ਦਾ ਆਪਸ਼ਨਲ ਹੈ ਤੇ ਨਾ ਪਲਾਨਡ ਹੈ ਅਸੀਂ ਆਲਵੇਸ ਆਲਰੇਡੀ ਲਾਈਵ ਨੂੰ ਰਿਪੋਰਟ ਕਰ ਰਹੇ ਹਾਂ ਅਸੀਂ ਉੱਠਦੇ ਹਾਂ ਬਾਹਰ ਨਿਕਲਦੇ ਹਾਂ ਧੁੱਪ ਸਾਡੇ ਤੇ ਪੈਂਦੀ ਹੈ ਮੀਂਹ ਸਾਡੇ ਤੇ ਪੈਂਦਾ ਹਵਾ ਸਾਨੂੰ ਸ਼ੋਕ ਹੀ ਲੰਘਦੀ ਹੈ ਲੋਕ ਸਾਨੂੰ ਦੱਸਦੇ ਆ ਲੋਕ ਡਰਾਈਵਿੰਗ ਕਰਦੇ ਆ ਅਸੀਂ ਉਹਨਾਂ ਤੋਂ ਬਚ ਕੇ ਆਪਣਾ ਨੈਵੀਗੇਟ ਕਰਦੇ ਆ ਰਸਤਾ ਹਰ ਚੀਜ਼ ਜਿਹੜੀ ਐਗਜ਼ਿਸਟੈਂਸ ਹੈ ਉਦੇ ਵਿੱਚ ਹੋਣਾ ਉਹ ਨੂੰ ਰਿਸਪੌਂਡ ਕਰਨ ਦਾ ਦੂਜਾ ਨਾਮ ਹੈ ਜਿਹੜੇ ਸਾਡੇ ਹਿਊਮਨ ਰਿਸਪੌਂਸਸ ਆ ਉਹ ਵਿਦਆਊਟ ਇੰਟਰਵੈਨਸ਼ਨ ਨੇ ਜਿਹੜੀ ਇੰਟਰਵੈਨਸ਼ਨਸ ਆ ਉਹ ਸਾਡੇ ਮਾਈਂਡ ਚੋਂ ਆਉਂਦੀਆਂ ਸਾਡੇ ਮਾਈਂਡ ਨੂੰ ਸ਼ੇਪ ਦਿੰਦੀ ਆ ਡਿਸਕਰਸਿਵ ਫਿਲਾਸੋਫੀਕਲ ਪ੍ਰੋਸੈਸਸਸ ਨੇ ਜਿਨ੍ਹਾਂ ਲੋਕਾਂ ਕੋਲੇ ਪੋਲੀਟੀਕਲ ਪਾਵਰ ਆ ਔਰ ਡਿਪਾਰਟਮੈਂਟ ਆਫ ਐਜੂਕੇਸ਼ਨ ਬਣਾਉਂਦੇ ਆ। ਉਹ ਕੁਝ ਹਿਊਮਨ ਬੀਇੰਗਸ ਜਿਹੜੇ ਐਕਸਪਰਟ ਹੁੰਦੇ ਆ ਉਹ ਐਜੂਕੇਸ਼ਨ ਦਾ ਕਿਉਰੀਕੂਲਮ ਸਾਰਾ ਪੈਟਰਨ ਸੈੱਟ ਕਰਦੇ ਆ। ਐਜੂਕੇਸ਼ਨ ਜਾਂ ਅੰਗਰੇਜ਼ਾਂ ਨੇ ਬਣਾਈ। ਜਾਂ ਹਿੰਦੂ ਬਣਾ ਰਹੇ ਆ। ਸਾਡੇ ਕੋਲ ਤਾਂ ਪਾਵਰ ਨਹੀਂ। ਅਸੀਂ ਤਾਂ ਸਕੂਲ ਕਿਉਰੀਕੂਲਮ ਸੈੱਟ ਨਹੀਂ ਕਰਦੇ। ਸੋ ਐਜੂਕੇਸ਼ਨ ਡਿਸਕਰਸਿਵਲੀ ਡਿਫਾਈਨਡ ਕੋਈ ਨਾ ਕੋਈ ਡਿਸਕੋਰਸ ਨੂੰ ਡਿਫਾਈਨ ਕਰ ਰਿਹਾ ਫਿਲਾਸਫੀਕਲ ਡਿਸਕੋਰਸ ਉਹ ਡਿਸਕੋਰਸ ਸਾਡੇ ਮਾਈਂਡ ਨੂੰ ਸ਼ੇਪ ਕਰ ਰਿਹਾ ਉਹ ਮਾਈਂਡ ਸਾਡੇ ਰਿਸਪੋਂਸਸ ਨੂੰ ਸ਼ੇਪ ਕਰ ਰਿਹਾ ਇਹ ਅਸੀਂ ਲੋਕ ਜਿਹੜੇ ਪੋਇਟ ਨਹੀਂ ਗਏ ਜਿਹੜਾ ਪੋਇਟ ਆ ਉਹ ਟਾਈਮ ਦੀਆਂ ਡਿਸਕਰਸਿਵ ਇੰਟਰਵੈਂਸ਼ਨਸ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ ਪੋਇਟ ਆਪਣੇ ਪੱਧਰ ਤੇ ਲਾਈਫ ਨਾਲ authentic engagement ਕਰਦਾ ਇੱਕ ਚੀਜ਼ ਇਹ ਬਣਾਉਂਦੀ ਹੈ ਦੂਜੀ ਲਾਈਫ ਜਿਹੜੀ ਆ ਉਹ ਕੰਟਰੋਲਡ ਹੈ ਲਾਈਫ ਤੇ ਕਿੰਗਸ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਆਰਮੀਜ਼ ਪੁਲਿਸ ਫੋਰਸਸ ਲਾਈਫ ਨੂੰ ਕੰਟਰੋਲ ਕਰਦੀਆਂ ਉਹ ਆਪਰੈਸ ਕਰਦੇ ਆ ਜਿਹੜਾ ਪੋਇਟ ਆ ਉਹ ਆਪਰੇਸ਼ਨ ਨਹੀਂ ਮੰਨਦਾ ਜਿਹੜਾ ਬੰਦਾ ਆਪ੍ਰੇਸ਼ਨ ਦੇ ਅਗੇ ਖੜ ਕੇ ਆਪਣੀ ਆਵਾਜ਼ ਨਹੀਂ ਬਦਲ ਲੈਂਦਾ ਉਹ ਪੋਇਟਾ ਜਿਹੜਾ ਮਤਲਬ ਆਪ੍ਰੇਸ਼ਨ ਦੇ ਪ੍ਰੈਸ਼ਰ ਹੇਠ ਆ ਕੇ ਆਪਣੀ ਵੌਇਸ ਨੂੰ ਕੰਪਰੋਮਾਈਜ਼ ਕਰਦਾ ਉਹ ਵਰਸਿਫਿਕੇਸ਼ਨ ਕਰ ਸਕਦਾ ਪਰ ਪੋਇਟਰੀ ਨਹੀਂ ਹੋਊਗੀ ਪੋਇਟਰੀ ਆ authentic engagement ਲਾਈਫ ਦੀ ਕਿਸੇ ਵੀ ਡਾਈਮੈਂਸ਼ਨ ਨਾਲ ਲਾਈਫ ਦੇ ਕਿਸੇ ਵੀ ਅਸਪੈਕਟ ਨਾਲ ਤੇ ਉਹਦੇ ਵਿੱਚੋਂ ਕੁਝ ਕੱਢਣਾ ਜਿਵੇਂ ਇੱਕ ਮੁੰਡਾ ਇੱਕ ਕੁੜੀ ਉਹ ਦੋਨੇ ਇੱਕ ਦੂਜੇ ਵੱਲ ਖਿੱਚੇ ਗਏ ਤੋਂ ਮਿਲਪੇ ਉਸ ਦੌਰਾਨ ਕੁਝ ਵਾਪਰਿਆ ਜਿਹਦੇ ਬਾਰੇ ਹਜ਼ਾਰ ਬੰਦਿਆਂ ਦੀਆਂ ਹਜ਼ਾਰ ਰੀਡਿੰਗਸ ਹੋ ਸਕਦੀਆਂ ਉਹ ਜੋ ਕੁਝ ਵਾਪਰਿਆ ਉਹਦੇ ਚੋਂ ਜਿਹੜੇ ਨਿੱਕ-ਨਿੱਕੇ ਮੂਮੈਂਟਸ ਕਵੀ ਨੇ ਫੜਨੇ ਆ ਤੇ ਜਿੰਨੇ ਸੋਹਣੇ ਢੰਗ ਨਾਲ ਉਹਨੂੰ ਰਿਪਰੈਜ਼ੈਂਟ ਕਰਨਾ ਥੈਟ ਇਜ਼ ਵਟ ਮੇਕਸ ਅ ਪੋਏਟ ਅ ਪੋਏਟ ਇੱਕ ਡਰਗ ਤੇ ਮੰਚੀ ਬੈਠਾ ਟਾਣੀ ਤੇ ਪੰਛੀ ਉੱਡ ਗਿਆ ਟਾਣੀ ਪਿੱਛੇ ਝੂਮਦੀ ਰਹੀ ਜਦੋਂ ਪੋएट ਨੇ ਉਹ ਝੂਮਦੀ ਟਾਣੀ ਵੇਖਣੀ ਹੈ ਉਹਨੇ ਉਹਦੇ ਅੰਦਰਲੇ ਲੈਂਗੁਏਜ ਨੂੰ ਅੰਦਰਲੇ ਮਿਊਜ਼ਿਕ ਨੂੰ ਲੈਂਗੁਏਜ ਨਾਲ ਐਲੈਬੋਰੇਟ ਕਰਨਾ ਥੈਟ ਇਜ਼ ਵਟ ਮੇਕਸ ਅ ਪੋएट ਅ ਪੋएट ਓਕੇ ਹੋਰ ਕੋ ਕੁਸਚਨ ਹੈਗਾ ਤੁਸੀਂ ਬੋਲ ਕੇ ਜਾਂ ਲਿਖ ਕੇ ਮੈਨੂੰ ਦੱਸ ਦਿਓ ਤੇ ਮੈਂ ਉਹ ਕਵਿਤਾ ਪੜਦਾ ਜਾਗੋ ਦੇ ਗੁੰਮਲੋ ਇੱਕ ਗੀਤ ਬਾਰ ਦੀ ਯਾਦ ਵਿੱਚ ਸੋ ਪਹਿਲਾ ਤਾਂ ਇਹ ਆ ਵੀ ਜਿਹੜੀ ਸੰਦਲਬਾਰ ਮਹਿਬੂਬ ਸਾਹਿਬ ਛੱਡ ਕੇ ਇਹ ਜਿਹੜਾ ਇਲਾਕਾ ਆਪਣਾ ਉਹਦੇ ਬਾਰੇ ਗੀਤ ਲਿਖਿਆ ਗਿਆ ਕੂੰਬਲ ਜਿਹੜਾ ਇੱਕ ਲੋਕਲ ਐਕਸਪ੍ਰੈਸ਼ਨ ਹੈ ਜਿਹੜਾ 헲 ਪੰਜਾਬੀ ਦੇ ਵਿੱਚ ਕੂੰਬਲ ਵਾਸਤੇ ਕੂੰਬਲ ਹੁੰਦੀ ਹੈ ਜਦੋਂ ਨਵੀਆਂ ਸਪ੍ਰਿੰਗ ਸੀਜ਼ਨ ਦੇ ਵਿੱਚ ਨਵੀਆਂ ਬ੍ਰਾਂਚੇਸ ਫੁੱਟਦੀਆਂ ਜਿਹੜਾ ਉਹਨਾਂ ਦਾ ਐਂਡ ਹੈ ਲਸ਼ ਗ੍ਰੀਨ ਸੌਫਟ ਉਹ ਕੂਮਬਲਾ ਜਾਗੋਨੇ ਕੂਮਬਲੋ ਸੂਰਜ ਵੇਖੋ ਪਾਣਾ ਨਵੇਲੀਆਂ ਛੋ ਤੁਹਾਡੇ ਚ ਕੋਈ ਅੰਗਰੇਜ਼ੀ ਵਾਲੇ ਆ ਮੈਂ ਫਿਰ ਇਹਦੀ ਵਿਆਖਿਆ ਅੰਗਰੇਜ਼ੀ ਚ ਕਰ ਦਿੰਦਾ ਟਰਾਂਸਲੇਸ਼ਨ ਕਰਕੇ ਫਿਰ ਆਪਾਂ ਤੇ ਗੱਲ ਕਰਦੇ ਹਾਂ ਵੇਕ ਅਪ ਦਾ ਟਵਿਗਸ ਲੁੱਕ ਐਟ ਦਾ ਸਨ ਐਂਡ ਟੱਚ ਦਾ ਫਰੈਸ਼ ਏਅਰਸ ਪੰਖੀ ਦੇ ਪਰ ਨੂੰ ਬਾਵਾਂ ਲੱਗੀਆਂ ਕਿੰਨਿਆਂ ਹੀ ਦੇਸਾਂ ਚ ਹੋ ਹੁਣ ਆ ਚੀਜ਼ ਕਵੀ ਨੂੰ ਕਵੀ ਬਣਾਉਂਦੀ ਪੰਖੀ ਦੇ ਪਰ ਨੂੰ ਬਾਵਾਂ ਲੱਗੀਆਂ ਕਿੰਨਿਆਂ ਹੀ ਦੇਸਾਂ ਚ ਹੋ ਹੁਣ ਜਿਹੜੀ ਹਵਾ ਕਿੰਨਿਆ ਦੇਸ਼ਾਂ ਚੋਂ ਹੋ ਕੇ ਜਿਹੜੀ ਹਵਾ ਨੂੰ ਕਵੀ ਨੇ ਇਸ ਤਰੀਕੇ ਨਾਲ ਵੇਖਣਾ ਵੀ ਇਹ ਕਿੰਨਿਆ ਦੇਸ਼ਾਂ ਚੋਂ ਹੋ ਕੇ ਆਈ ਹੈ। ਇਹੀ ਪੁਆਇੰਟ ਹੈ ਕਿ ਆਪਾਂ ਕਹਿ ਸਕਦੇ ਹਾਂ ਵੀ ਹਵਾ ਦੇ ਨਾਲ ਜਿਹੜੀ ਹਿਊਮਨ ਐਕਸਪੀਰੀਅੰਸ ਦੀ ਡਾਈਵਰਸਿਟੀ ਜੁੜੀ ਹੋਈ ਆ ਜਿੱਥੋਂ-ਜਿੱਥੋਂ ਹਵਾ ਆਈ ਆ ਉਹਨਾ ਐਕਸਪੀਰੀਅੰਸes ਨਾਲ ਸਰਸਾਰ ਕਰ ਰਹੀ ਹੈ ਪਰ ਇਹ मीनिंग ਆ ਜਿਹੜਾ ਭਾਵ ਆ ਉਹਦਾ ਜਿਹੜਾ ਇਫੈਕਟਿਵ 엘ਮੈਂਟ ਆ ਉਹ ਤਾਂ ਜਿਵੇਂ ਜਿਹੜੀ ਹਵਾ ਦੀ ਕਾਵਿਕ ਹਸਤੀ ਹੈ ਜਿਹੜੀ ਉਹਦੀ ਪੋਇਟਿਕ ਐਗਜ਼ਿਸਟੈਂਸ ਆ ਉਹਨੂੰ ਲੈਂਗੁਏਜ ਨਾਲ ਐਲੈਬੋਰੇਟ ਕਰਨ ਦਾ ਤਰੀਕਾ ਪੰਖੀ ਦੇ ਪਰ ਨੂੰ ਵਾਵਾਂ ਲਗੀਆਂ ਕਿੰਨਿਆਂ ਹੀ ਦੇਸਾਂ ਚੋਂ ਫੋ ਮਤਲਬ ਜਿਹੜਾ ਪੰਖੀ ਜਿਹੜੀ ਜਿਹੜੀ ਥਾਂ ਤੇ ਹਵਾ ਪੰਖੀਆਂ ਦੇ ਪਰਾਂ ਨੂੰ ਛੋ ਕੇ ਲੰਘ ਰਹੀ ਹੈ ਉਹ ਕਵੀ ਦੇ ਅੰਦਰ ਜਿਹੜਾ ਵਿਸਮਾਦੀ ਅਨੁਭਵ ਕਰ ਰਹੀ ਹੈ ਪੈਦਾ ਉਹ ਜਗਾ ਉਹਦਾ ਮਤਲਬ ਹੈ ਕੌਣ ਨਹੀਂ ਉਹ ਦੇਸ਼ ਉਸ ਵਿੱਚ ਆਇਆ ਨਾਗਾ ਨੇ ਚੁੰਮਿਆ ਜੋ ਕੁ ਕੇਮ ਇਨ दैट ਕੰਟਰੀ ਥੈਟ ਦ ਸਨੇਕਸ ਹੈਵ ਕਿਸਟ ਹੁਣ ਨਾਗਾਂ ਦੀ ਜਿਹੜੀ ਵਾਇਲੈਂਸ ਆ ਣਾਗ ਨੂੰ ਪੌਇਜ਼ਨਸ ਤੇ ਵਾਇਲੈਂਟ ਇੱਕ ਜੀਵ ਦੇ ਤੌਰ ਤੇ ਵੇਖਦੇ ਆ ਅਸੀਂ ਪਰ ਜਿਹੜਾ ਬੋਇਸ ਨੇ ਸਤੇ ਵਾਇਲੈਂਟ ਨਾਗ ਹੈ ਫਨ ਖਲਾਰੀ ਬੈਠਾ ਡੰਗ ਮਾਰਨ ਲਈ ਤਿਆਰ ਹੈ ਜਿਉ ਕਿਸੇ ਨੂੰ ਚੁੰਮ ਰਿਹਾ ਤੇ ਕੌਣਾ ਬੰਦਾ ਕੋਈ ਇਨਸਪਾਇਰਿੰਗ ਹਸਤੀ ਵਾਲਾ ਬੰਦਾ ਆਇਆ ਕੌਣ ਕਲੀਆਂ ਨੇ ਦੇਸ ਬਗਾਨੇ ਕਰਿਓ ਫਜਰਾ ਨਾ ਇਨਾ ਮੋਹ ਕਲੀਆਂ ਬਾਟਸ ਯੂ ਸ਼ੁਡ ਡਿਵੈਲਪ ਦਿਸ ਕਾਈਂਡ ਆਫ ਅਫੈਕਸ਼ਨ ਇਨ ਦਾ ਫੋਰਨ ਕੰਟਰੀ ਜਿਸੇ ਤੁਸੀਂ ਜਾਣਾ ਬਗਾਨੇ ਦੇਸ਼ ਜਾਣਾ ਉੱਥੇ ਉੱਚੀਆਂ ਸਮਾਨਾਂ ਚੋਂ ਸਿਖਰ ਦੁਪਹਿਰੇ ਟੁੱਟਣਾ ਸਤਾਰੇ ਦਾ ਰੋ ਫਰਮ ਹਾਈ ਸਕਾਈਜ਼ ਐਟ ਦਾ ਪੀਕ ਆਫ ਦਾ ਨੂਨ ਆ the wrath of the star will break amrit vele baat jo bisri kheraan da surj ho ik mall di line utchiyan samana chon sikhar dopahre tutna sitare da ro amrit vele baat jo bisri kheraan da surj ho amrit vele baat jo bisri ਕਹਿਰਾਂ ਦਾ ਸੂਰਜ ਉਹ ਸੂਰਜ ਦੇ ਕਹਿਰ ਦੇ ਵਿੱਚ ਜਿਹੜੀ ਹੀਟ ਹੈ ਉਹ ਹੀਟ ਦੇ ਬਹੁਤ ਸਾਰੇ ਐਲੀਮੈਂਟ ਇੱਕ ਤੋ ਸੁਸਤੀ ਨੂੰ ਤੋੜਦੀ ਹੈ ਲਾਥਾਰਜੀ ਲਾਈਫ ਦੇ ਵਿੱਚੋਂ ਕੱਢਦੀ ਹੈ ਤੇ એનર્ਜੀ ਨਾਲ ਭਰਪੂਰ ਕਰਦੀ ਹੈ ਦੂਜਾ ਸਾਰੀ ਲਾਈਫ ਜਿਹੜੀ ਹੈ ਉਹ ਖੜੀ ਤਾਂ ਹੈ ਜੇ ਸੂਰਜ ਹੈਗਾ ਜੇ ਬਲਦਾ ਸੂਰਜ ਉੱਤੇ ਆ ਤਾਂ ਹੀ ਫਸਲਾਂ ਪੈਦਾ ਹੋ ਰਹੀਆਂ ਤਾਂ ਹੀ ਲੋਕ ਜਿਉਂਦੇ ਆ ਤਾਂ ਹੀ ਦਿਨ ਚੜ੍ਹਦੇ ਆ ਤਾਂ ਹੀ ਰਾਤ ਦਾ ਕੋਈ ਅਰਥ ਆ ਸੋ ਅੰਮ੍ਰਿਤ ਵੇਲੇ ਜਿਹੜਾ ਧੜਕਦੀ ਜ਼ਿੰਦਗੀ ਦਾ ਇੱਕ ਭਖ ਦਾ ਅੰਗ ਹੈ ਇੱਕ ਭਖ ਦਾ ਪਾਸਾ ਹੈ ਅੰਮ੍ਰਿਤ ਵੇਲੇ ਉਹਦਾ ਅਹਿਸਾਸ ਹੋਣਾ ਚਾਹੀਦਾ ਹੁਣ ਅੰਮ੍ਰਿਤ ਵੇਲਾ ਕੀ ਹੈ ਅਮਰਤ ਵੇਲੇ ਸਖਨੇ ਉਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਸੋ ਅਮਰਤ ਵੇਲਾ ਜਿਹੜੀ ਤੁਹਾਡੀ ਸਪਿਰਚੁਅਲ ਪ੍ਰੈਕਟਿਸ ਆ ਉਹਦੇ ਲਈ ਅਪ੍ਰੋਪਰੀਏਟ ਟਾਈਮ ਹੈ ਪਰ ਤੁਹਾਡੀ ਸਪਿਰਚੁਅਲ ਪ੍ਰੈਕਟਿਸ ਦੇ ਵਿੱਚੋਂ ਕਵੀ ਕਹਿ ਰਿਹਾ ਜਿਹੜੀ ਇੱਕ ਬਰਨਿੰਗ એનર્ਜੀ ਚਾਹੀਦੀ ਆ ਲਾਈਫ ਨਾਲ ਇੰਗੇਜ ਕਰਨ ਲਈ ਉਹ ਮੁੱਕਣੀ ਨਹੀਂ ਚਾਹੀਦੀ ਉਹ ਖਤਮ ਨਹੀਂ ਹੋਣੀ ਚਾਹੀਦੀ ਜਦੋਂ ਸਪਿਰਚੁਅਲਿਟੀ ਜੇ ਮਿਸ ਇੰਟਰਪ੍ਰੀਟ ਹੋ ਜੇ ਉਹਦਾ ਕੁਝ ਹੋਰ ਬਣ ਜਾਂਦਾ ਜਿਵੇਂ ਸਖ ਅਮਰਤ ਸ਼ਕਦੇ ਸੀ ਅਮਰਤ ਸ਼ਕਣ ਦਾ ਮਤਲਬ ਹੁੰਦਾ ਸੀ ਜੇ ਕਿਸੇ ਨੇ ਅਮਰਤ ਛਕ ਲਿਆ ਖਾਲਸਾ ਬਣ ਗਿਆ ਉਹ ਯੋਧਾ ਬਣ ਗਿਆ ਤੇ ਮੈਦਾਨ ਚ ਨਿੱਤਰਦੇ ਸੀ ਲੜਦੇ ਸੀ ਲੋਕ ਉਹਨਾਂ ਨੂੰ ਸੂਰਬੀਰਾਂ ਵਾਂਗ ਜਾਣਦੇ ਸੀ ਹੁਣ ਟੁੱਟੇ ਸਾਧ ਅਮਰਤ ਚ ਕਹੀ ਜਾਂਦੇ ਆ ਗਾਮਾਂਵਾਰ ਕੇ ਬੰਦੇ ਤਿਆਰ ਕਰੀ ਜਾਂਦੇ ਆ ਜਿੰਨਾ ਬਾਰੇ ਲੋਕਾਂ ਨੇ ਕਿਹਾ ਅੰਨੀ ਰૈયਤ ਗਿਆਨ ਵਿੱਚ ਹੋਣੀ ਅੰਧੀ ਰૈયਤ ਗਿਆਨ ਵਿੱਚ ਹੋਣੀ ਭਾਏ ਭਰੇ ਮਰਦਾਰ ਅੰਧੀ ਰૈયਤ ਗਿਆਨ ਵਿਹੋਣੀ ਮੁਰਦਿਆਂ ਵਾਂਗੂ ਜਿਹੜੇ ਹਾਕਮ ਆ ਰੂਲਰਸ ਆ ਉਹਨਾਂ ਦੀ ਹਾਮੀ ਭਰੀ ਜਾਂਦੀ ਹੈ ਇਹ ਗੁਰੂ ਅੰਗਦ ਸਾਹਿਬ ਕਹਿ ਰਹੇ ਆ ਸੋ ਜਿਹੜੀ ਜਿਹੜੀ ਸਪਿਰਚੁਅਲਿਟੀ ਆ ਉਹਨੇ ਬੰਦੇ ਨੇ ਜਦੋਂ ਆਪਣੀ ਸਪਿਰਚੁਅਲ ਕਲਟੀਵੇਸ਼ਨ ਕਰਨੀ ਆ ਉਹਦੇ ਅੰਦਰ ਟਿਕਾ ਸ਼ਾਂਤੀ ਆਉਣੀ ਚਾਹੀਦੀ ਆ ਪਰ ਉਹਨੇ ਟਿਕਾ ਤੇ ਸ਼ਾਂਤੀ ਦੇ ਵਿੱਚ ਫਸਣਾ ਨਹੀਂ ਉਸ ਸਟੈਗਨੇਸ਼ਨ ਨਹੀਂ ਬਣਨੀ ਚਾਹੀਦੀ ਜਿਹੜਾ ਸ਼ਾਂਤ ਬੰਦਾ ਸਪਿਰਚੁਅਲ ਅੰਮ੍ਰਿਤ ਵੇਲੇ ਸਪਿਰਚੁਅਲ ਪ੍ਰੈਕਟਿਸ ਕਰ ਰਿਹਾ ਸ਼ਾਂਤ ਬੰਦਾ ਜਿਹੜੀ ਸੂਰਜ ਦੀ ਰੈਤ ਹੈ ਉਹਨੂੰ ਸੰਭਾਲਣ ਮਾਨਣ ਤੇ ਕਨਫਰੰਟ ਕਰਨ ਦੀ ਪੋਜੀਸ਼ਨ 'ਚ ਹੋਣਾ ਚਾਹੀਦਾ ਇਹ ਹੈ ਜੀ ਜਾਗੋ ਨੇ ਕੁੰਬੜੋ ਗੀਤ ਮਤਲਬ ਗੀਤ ਦੇ ਪਹਿਲੇ ਬੰਦ ਆ ਜਿਹੜੇ 2-3 ਉਹ ਧਰਤੀ ਦੇ ਉੱਤੇ ਜਿਹੜੇ ਖਿੜੇ ਹੋਏ ਰੰਗ ਆ ਉਹਨਾਂ ਦੇ ਵਿੱਚੋਂ ਜਿਹੜੀ ਕ੍ਰੀਏਟਿਵ ਇਨਸਪੀਰੇਸ਼ਨ ਮਿਲਦੀ ਆ ਉਹਨੂੰ ਐਲੈਬੋਰੇਟ ਕਰ ਰਹੇ ਆ ਤੇ ਅਖੀਰਲੇ ਦੋ ਰੰਗ ਕਹਿ ਰਹੇ ਆ ਸਾਰਾ ਕੁਝ ਬਹੁਤ ਸੋਹਣਾ ਪਰ ਇਹ ਸੋਹਣੇ ਦੇ ਵਿੱਚੋਂ ਜਿਹੜਾ ਸੂਰਜ ਆ ਉਹ ਬਿਸਣਾ ਨਹੀਂ ਚਾਹੀਦਾ ਅੰਮ੍ਰਿਤ ਵੇਲੇ ਬਾਤ ਜੋ ਵਿਸਰੀ ਕਹਿਰਾਂ ਦਾ ਸੂਰਜ ਉਹ ਜਿਹੜੀ ਉਹ ਸੂਜ ਦੇ ਕਹਿਰ ਵਾਲੀ ਗੱਲ ਆ ਨਾ ਉਹ ਅੰਮ੍ਰਿਤ ਵੇਲੇ ਤੁਹਾਡੇ ਅੰਦਰ ਜਾਇਦੀ ਜਦੋਂ ਤੁਸੀਂ ਪਾਠ ਕਰ ਰਹੇ ਆ ਉਸੇ ਵੇਲੇ ਤੁਸੀਂ ਸੁਖਮੇ ਹੋਣੇ ਚਾਹੀਦੇ ਜਿਹੜਾ ਸੰਤ ਆਫਿਸ ਪਾਈ ਹੋਣਾ ਚਾਹੀਦਾ ਸੋ ਐਕਸਪੀਰੀਅੰਸ ਦੀ ਜਿਹੜੀ ਜਿਹੜੀ ਸਪਿਰਚੁਅਲਿਟੀ ਨੂੰ ਜ਼ਿੰਦਗੀ ਦੀਆਂ ਰਿਸਪੌਂਸਿਬਿਲਟੀਜ਼ ਤੋਂ ਜ਼ਿੰਦਗੀ ਦੇ ਚੈਲੰਜਸ ਤੋਂ ਅੱਡ ਕਰਕੇ ਵੇਖਣਾ ਜਿਹੜਾ ਉਹ ਡੁਆਲਿਟੀ ਦਾ ਕੋਈ ਥਾਂ ਨਹੀਂ ਜਿਨੇ ਆਪਣੇ ਅੰਦਰ ਸ਼ਾਂਤੀ ਪ੍ਰੱਖ ਕੇ ਆਪਣੀ ਸਪਿਰਚੁਅਲ ਕਲਟੀਵੇਸ਼ਨ ਕਰਨੀ ਆ ਉਸੇ ਜੀ ਕਰਪਾਨ ਕੱਢ ਕੇ ਮਦਾਨ ਚ ਜੁਝਣ ਦੀ ਤਾਕਤ ਹੋਣੀ ਤੇ ਜੇ ਉਹ ਗੱਲ ਵਿਸਰ ਗਈ ਫਿਰ ਕ੍ਰਾਈਸਿਸ ਤੇ ਗੀਤ ਲਿਖਿਆ ਬਾਰ ਦੀ ਯਾਦ ਵਿੱਚ ਬਾਰ ਸਿੱਖਾਂ ਨੇ ਗੁਆਲੀ ਅੰਮ੍ਰਿਤ ਵੇਲੇ ਬਾਤ ਜੋ ਵਿਸਰੀ ਸੁਤਿਆਂ ਸੁਤਿਆਂ ਸਵੇਰੇ ਜਿਹੜੀ ਗੱਲ ਪੁੱਲ ਗਈ ਉਹ ਕਹਿਰਾਂ ਦਾ ਸੂਰਜ ਆ ਸਾਰਾ ਕੁਝ ਬੜਾ ਖੂਬਸੂਰਤ ਆ ਪਰ ਅੰਮ੍ਰਿਤ ਵੇਲੇ ਬਾਤ ਜੋ ਵਿਸਰੀ ਕਹਿਰਾਂ ਦਾ ਸੂਰਜ ਉਹ ਔਰ ਕੋਈ ਤੁਹਾਡੇ ਸਵਾਲ ਹੈ ਤਾਂ ਦੱਸੋ ਨਹੀਂ ਤਾਂ ਫਿਰ ਆਪਾਂ ਕੁਲਾਗੇ ਫਤਿਹ ਠੀਕ ਹੈ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਇੰਨੇ ਲੰਮੇ ਸਮੇ ਲਈ ਨਾਲ ਜੁੜਨ ਵਾਸਤੇ ਤੇ ਬੜੀ ਤੁਹਾਡੀ ਮਿਹਰਬਾਨੀ ਹਰਜੋਤ ਸਿੰਘ ਨੇ ਲਿਖਿਆ ਥੈਂਕ ਯੂ ਫॉर द ਵੈਰੀ ਇੰਪੋਰਟੈਂਟ ਸੈਸ਼ਨ ਟੂਡੇ ਤੇ ਉਹ ਦਸਮ ਗ੍ਰੰਥ ਬਾਰੇ ਉਹ ਸਜੇਰੇਟੋ ਖਾਲਸਾ ਦਾ ਟਾਪਿਕ ਉਹਦੇ ਬਾਰੇ ਉਹ ਤੋਂ ਗੱਲ ਕਰਨੀ ਉਹ 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 ਨਹੀਂ ਉਹ ਐਚ ਨਹੀਂ ਆ ਸਕਦਾ ਨਾ ਤਾਂ ਆਪਣੇ ਕੋਲ ਟਾਈਮ ਹੈ ਨਾ ਹੀ ਜਿਹੜਾ ਹੁਣ ਸਾਰੇ ਗੱਲ ਦਾ ਮਾਹੌਲ ਬਣਿਆ ਉਹ ਉਹਦੇ ਚ ਹੁਣ ਜਿਹੜੀਆਂ ਮਤਲਬ ਥਿਓਰੈਟਿਕਲ ਥੀਓਲੋਜੀਕਲ ਡਿਸਕਸ਼ਨਸ ਹਨ ਉਹ ਉਹਦਾ ਕੋਈ ਸਬੰਧ ਨਹੀਂ ਹੈ ਗੱਲ ਸੋ ਮੈਨੂੰ ਮੇਰੇ ਮਨ ਚ ਬਹੁਤ ਚਿਰ ਤੋਂ ਭਾਵਨਾ ਸੀ ਇਸ ਕਿਤਾਬ ਬਾਰੇ ਗੱਲ ਕਰਨ ਦੀ ਮੈਨੂੰ ਤੁਹਾਡੇ ਨਾਲ ਜੁੜ ਕੇ ਬਹੁਤ ਚੰਗਾ ਲੱਗਿਆ ਮੈਂ ਮਹਿਬੂਬ ਸਾਹਿਬ ਦੇ ਬਾਰੇ ਆਪਣੀ ਸਮਝ ਤੇ ਆਪਣੇ ਅਹਿਸਾਸ ਤੁਹਾਡੇ ਨਾਲ ਸਾਂਝੇ ਕਰਕੇ ਮੈਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਤੁਹਾਨੂੰ ਮੇਰੇ ਇਹ ਸਭ ਕੁਝ ਸਾਂਝਾ ਕਰਨ ਦੇ ਵਿੱਚੋਂ ਕੁਝ मीनिंगफुल ਲੱਭਿਆ ਜਾਂ ਨਹੀਂ ਲੱਭਿਆ ਇਦੇ ਬਾਰੇ ਤੁਸੀਂ ਜ਼ਿਆਦਾ ਦੱਸ ਸਕਦੇ ਆ ਤੇ ਪਰ ਤੁਸੀਂ ਜਿੰਨੇ ਸਬਰ ਨਾਲ ਇਹ ਸਾਰੇ ਮਾਹੌਲ ਨੂੰ ਬਣਾਇਆ ਤੇ ਆਪਾਂ ਇੰਨੇ ਵਧੀਆ ਢੰਗ ਨਾਲ ਇੰਨੇ ਵਿਸਥਾਰ ਚ ਗੱਲ ਕੀਤੀ ਉਹ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡਾ ਤੇ ਮੈਂ ਮਤਲਬ ਬਿਨਾ ਤੱਕ ਸਾਲਾਂ ਤੱਕ ਮਹੀਨਿਆਂ ਤੱਕ ਮੈਂ ਇੱਕ ਕਿਤਾਬ ਬਾਰੇ ਗੱਲ ਕਰਨੀ ਚਾਹਣਾ ਇੱਕ ਕਿਤਾਬ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਇਹਦੀ ਬਾਰ-ਬਾਰ ਗੱਲ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਕਵੀ ਜਿਹੜੇ ਆ ਉਹ ਕਦੇ ਵੀ ਪੈਦਾ ਨਹੀਂ ਕੀਤੇ ਜਾ ਸਕਦੇ ਇਸ ਤਰ੍ਹਾਂ ਦੇ ਕਵੀ ਆ ਜਿਹੜੇ ਉਹ ਇੱਕ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੀ ਹੁੰਦਾ ਤੁਸੀਂ ਇਹ ਅਣਕਿਆਸੀਆਂ ਜਿਹੜੀਆਂ ਅਪੀਰੈਂਸਸ ਆ ਹੁੰਦੀਆਂ ਪਤਾ ਨਹੀਂ ਕਿੱਥੋਂ ਕਿਹੜੇ ਜਹਾਨ ਤੋਂ ਆਉਂਦੇ ਆ ਪ੍ਰਗਟ ਹੁੰਦੇ ਆ ਸਾਡੇ ਵਿੱਚ ਸਾਡੇ ਵਿੱਚੋਂ ਹੀ ਤੇ ਮੈਂ ਮਹਿਸੂਸ ਉਹਨੂੰ ਮਿਲਦਾ ਰਿਹਾ ਬਹੁਤ ਤੇ ਉਹ ਜਿੱਡੇ ਵੱਡੇ ਮਹਾਨ ਫਿਲਾਸਫਰ ਸੀ ਜਿੱਡੇ ਵੱਡੇ ਕਵੀ ਸੀ ਉਹਨੇ ਹੀ ਉਹ ਸਾਦੇ ਸੀ ਉਹਨੇ ਹੀ ਉਹ ਨਿਮਰ ਸੀ ਉਹਨੇ ਮਤਲਬ ਉਹ ਕੋਈ ਉਹਨਾਂ ਨੂੰ ਆਏ ਨਹੀਂ ਸੀ ਯਾਰ ਨੌਜਵਾਨ ਬੰਦੇਾਂ ਨੂੰ ਸਵਾਲ ਹੁੰਦੇ ਆ ਬਹੁਤ ਸਾਰੇ ਮੇਰੇ ਕੋਲ ਵੀ ਹੁੰਦੇ ਸੀ ਤੇ ਸਵਾਲ ਕਈ ਵਾਰੀ ਅਨੋਇੰਗ ਵੀ ਹੁੰਦੇ ਆ ਸਵਾਲ ਕਈ ਵਾਰੀ ਫਜ਼ੂਲ ਵੀ ਹੁੰਦੇ ਆ ਪਰ ਉਹਨਾਂ ਦਾ ਸਬਰ ਕਮਾਲ ਦਾ ਸੀ ਉਹ ਹਰ ਗੱਲ ਨੂੰ ਜਿਵੇਂ ਬੜੀ ਅਫੈਕਸ਼ਨੇਟਲੀ ਬੜੀ ਆਪਣਤ ਨਾਲ ਉਹ ਹਰ ਗੱਲ ਨੂੰ ਸੰਬੋਧਿਤ ਕਰਦੇ ਸੀ ਤੇ ਬੜਾ ਮਤਲਬ ਉਹ ਮੈਨੂੰ ਪਹਿਲੀ ਵਾਰੀ ਉਹ ਆਏ ਮਿਲੇ ਜਿਵੇਂ ਮਤਲਬ ਸਦੀਆਂ ਤੋਂ ਜਾਣਦੇ ਸੀ ਇਹ ਕੋ ਗੱਲ ਹੀ ਨਹੀਂ ਕੋਈ ਇੰਟਰੋਡਕਸ਼ਨ ਨਹੀਂ ਉਹਨੂੰ ਪਤਾ ਸੀ ਮੈਂ ਆਉਣਾ ਉਹ ਤਾਂ ਫੋਨ ਨਹੀਂ ਸੀ ਹੁੰਦੇ ਤੇ ਮਹਿਬੂਬ ਸਾਹਿਬ ਦਾ ਘਰੇ ਵੀ ਫੋਨ ਹੈ ਨਹੀਂ ਸੀ ਸੈੱਲ ਫੋਨਾਂ ਬਾਰੇ ਸੁਣਿਆ ਸੀ ਪਰ ਕਿਸੇ ਨੇ ਵੇਖਿਆ ਨਹੀਂ ਸੀ ਸੋ ਚਿੱਠੀਆਂ ਲਿਖਦੇ ਸੀ ਅਸੀਂ ਚਿੱਠੀ ਲਹਿ ਕੇ ਮੈਂ ਮਹਿਬੂਬ ਸਾਹਿਬ ਨਾਲ ਅਪਪੌਇੰਟਮੈਂਟ ਬਣਾਈ ਕਿੱਥੇ ਦਾ ਜਵਾਬ ਆਇਆ ਉਹਨਾਂ ਦਾ ਤੇ ਫਿਰ ਮੈਂ ਬਸ ਫੜ ਕੇ ਉਹ ਕੋਲ ਗਿਆ ਤੇ ਫਿਰ ਮੈਂ ਉਹਦੂ ਬਾਰ ਬਹੁਤ ਵੈਰੀ ਗਿਆ ਦੇ ਆਫਤ ਆਫਤਰ ਹਿੰਦ ਅਸੀਂ ਜਾ ਕੇ ਮੈਂ ਅਨੇਕ ਬਈ ਮੈਨੋ ਮਤਲਬ ਬਹੁਤ ਜਿਆਦਾ ਟਾਈਮ ਟਾਈਮ ਬੋਰ ਹੁੰਦੇ ਸੀ ਉਹਨਾਂ ਕੋਲ ਟਾਈਮ ਬਹੁਤ ਘੱਟ ਸੀ ਉਹ ਟਾਈਮ ਬਹੁਤ ਹੁੰਦੇ ਸੀ ਉਹਨਾਂ ਦਾ ਇੰਟਰਸਟ ਸੀ ਗੱਲ ਕਰਨ ਦੇ ਵਿੱਚ ਤੇ ਰੈਂਡਮ ਗੱਲਾਂ ਕਰਨ ਦੇ ਵਿੱਚ ਕਦੇ ਵੀ ਬੰਦੇ ਨੂੰ ਇਹ ਨਹੀਂ ਮਹਿਸੂਸ ਹੁੰਦਾ ਮੈਂ ਖਾਸ ਹੋਂ ਮੈਂ ਖਾਸ ਗੱਲ ਕਰਨੀ ਹੈ ਗੱਲ ਦਾ ਫਲੋ ਆਏ ਚੱਲਦਾ ਸੀ ਜਿਵੇਂ ਕੋਈ ਭੜਿਆ ਦਰਿਆ ਲਗਾਤਾਰ ਵਗੀ ਜਾਂਦਾ ਹੈ ਉਰੇ ਚ ਸਾਰਾ ਕੁਝ ਹੀ ਆ ਜਾਂਦਾ ਜੋ ਵੀ ਵਚ ਆ ਗਿਆ ਸੋ ਬੜੇ ਕਮਾਲ ਦਾ ਐਕਸਪੀਰੀਅੰਸ ਸੀ ਬੜੇ ਅਸੀਂ ਰਿਣੀ ਆ ਉਹਨਾਂ ਦੇ ਤੇ ਸਾਡੇ ਦੌਰ ਦੇ ਵਿੱਚ ਪੈਦਾ ਹੋਏ ਜਿਹੜੀ ਸੱਜਰੇ ਚੋ ਖਾਲਸਾ ਤੇ ਚਨਾ ਦੀ ਰਾਤ ਦੋਆਂ ਕਿਤਾਬਾਂ ਦੀ ਕੰਟ੍ਰਿਬਿਊਸ਼ਨ ਉਹ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਉਹਨੂੰ ਉਹਨੇ ਆਲਰੇਡੀ ਬਹੁਤ ਨਵੀਆਂ ਪੀੜ੍ਹੀਆਂ ਨੂੰ ਟਰਾਂਸਫਾਰਮ ਕੀਤਾ ਲਿਟਰੇਚਰ ਦੇ ਨਵੇਂ ਰੰਗ ਉੱਪਰ ਨੇ ਸ਼ੁਰੂ ਹੋਏ ਆ ਜਿਹੜੀ ਲੋਕਾਂ ਦੀ ਥਿੰਕਿੰਗ ਹੈ ਧਰਮ ਨੂੰ ਕਿਵੇਂ ਵੇਖਣਾ ਫਲਸਫੀ ਨੂੰ ਕਿਵੇਂ ਵੇਖਣਾ ਹਰ ਚੀਜ਼ ਨਾਲ ਕਿਵੇਂ ਇੰਗੇਜ ਕਰਨਾ ਉਹ ਹੁਣ ਤੱਕ ਇਹ ਦੋਨੋਂ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਬਹੁਤ ਵੱਡੀ ਭੂਮਿਕਾ ਨਿਭਾ ਚੁੱਕੀਆਂ ਪਰ ਆਉਣ ਵਾਲੇ ਸਮੇਂ 'ਚ ਮਹਿਬੂਬ ਸਾਹਿਬ ਦੀਆਂ ਲਿਖਤਾਂ ਦੇ ਹੋਰ ਵੀ ਬਹੁਤ ਜਿਹੜੇ ਕਮਾਲ ਦੇ ਅਸਰ ਹੋਣਗੇ ਉੱਚ ਹੋਰ ਬਹੁਤ ਕੁਝ ਨਿਕਲੂਗਾ ਚੰਗੀ ਕਮਤਾ ਕਦੋਂ ਵੀ ਕਿਤੇ ਵੀ ਆ ਸਕਦੀ ਹੈ ਆਹ ਕਮਤਾ ਕਦੇ ਕਿਤੇ ਨਹੀਂ ਆਉਗੀ ਇਹ ਹਫ਼ਤਾ ਸਿਰਫ ਉਹੀ ਲੱਗ ਸਕਦੇ ਸੀ ਤੇ ਇਹ ਕਮਤਾ ਜਿੰਨਾ ਸਮਿਆਂ ਦੀ ਗਵਾਹੀ ਦਿੰਦੀ ਹੈ ਉਹ ਸਮੇਂ ਉਹਨਾਂ ਨੇ ਅਨੁਭਵ ਕੀਤੇ ਇਹ ਹਫ਼ਤਾ ਰਹੂਗੀ ਇਹ ਲੰਮੇ ਸਮੇਂ ਤੱਕ ਸਦੀਆਂ ਤੱਕ ਰਹੂਗੀ ਤੇ ਇਹ ਸਾਨੂੰ ਇਹ ਗੱਲ ਦਾ ਸਕੂਨ ਵੀ ਬਹੁਤ ਆ ਸਾਨੂੰ ਇਹ ਗੱਲ ਦਾ ਮਾਣ ਵੀ ਬਹੁਤ ਆ ਤੇ ਮਤਲਬ ਸਾਰੇ ਸਾਡੇ ਨਿਸ਼ਾਨ ਵਾਲੀ ਗੱਲ ਵੀ ਹੈ ਸਾਰੇ ਸਾਡੇ ਅਹਿਸਾਸ ਅਨੇਕ ਤਰ੍ਹਾਂ ਦੇ ਇਹਦੇ ਨਾਲ ਜੁੜੇ ਹੋਏ ਆ ਆਪਾਂ ਜਿਹ ਅਹਿਸਾਸ ਹੀ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਚਾਹਣਾ ਵੀ ਮਹਿਬੂਬ ਸਾਹਿਬ ਦੀ ਕਵਤਾ ਬਾਰੇ ਆਪਾਂ ਬਹੁਤ ਸਾਰੀਆਂ ਹੋਰ ਮੀਟਿੰਗਸ ਕਰੀਏ ਜਦੋਂ ਮੇਰੇ ਦਿਲ ਦੀ ਭਾਵਨਾ ਪੁੱਛੋ ਮੈਂ ਚਾਹਣਾ ਵੀ ਜਿਹੜੇ ਚਲੰਤ ਜੇ ਮਸਲੇ ਆ ਉਹਨਾਂ ਤੇ ਬੋਲਦੇ ਆ ਆਪਾਂ ਕਿਉਂਕਿ ਆਪਾਂ ਨੂੰ ਲੋੜ ਲੱਗਦੀ ਐ ਕਿਉਂਕਿ ਮਸਲਾ ਆ ਗਿਆ ਉੱਤੇ ਗੱਲ ਕਰਨ ਦੀ ਲੋੜ ਆਪਾਂ ਗੱਲ ਕਰਦੇ ਆ ਪਰ ਜੇ ਚਲੰਤ ਜੇ ਮਸਲੇ ਛੱਡ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਲਿਖਤਾਂ ਖਾਸ ਤੌਰ ਤੇ ਇਹ ਲਿਖਤ ਆਪਣੇ ਆਪ ਨੂੰ ਇਹਦੇ ਤੱਕ ਸੀਮਿਤ ਕੀਤਾ ਜਾਵੇ ਤੇ ਇਹ ਇਸੇ ਜਹਾਨ ਚ ਰਿਹਾ ਜਾਵੇ ਮੇਰੇ ਹਿਸਾਬ ਚੋ ਜਿਹੜੀ ਜ਼ਿਆਦਾ ਕਮਾਲ ਦੀ ਗੱਲ ਆ ਤੇ ਆਪਾਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਹੋਰ ਉਪਰਾਲੇ ਕਰਨ ਦੀ ਕੋਰਸ ਸ਼ੁਰੂ ਹੋ ਜਾਣਾ ਜਿਨ੍ਹਾਂ ਨੇ ਤੁਸੀਂ ਕਰਨਾ ਸਾਡੀ ਜਿਹੜੀ ਬੈਂਕੋਵਰ ਇੰਸਟੀਚਿਊਟ ਆਫ ਇੰਟਰਡਿਸਪਲਿਨਰੀ ਸਟੱਡੀਜ਼ ਆ ਉਹਦਾ ਲਿੰਕ ਤੁਹਾਡੇ ਕੋਲੇ ਹੈਗਾ ਉਹ ਤੁਸੀਂ ਵੇਖ ਸਕਦੇ ਆ ਪਰ ਕੋਰਸ ਤੋਂ ਬਿਨਾ ਵੀ ਆਪਾਂ ਇਨਾਂ ਦੀਆਂ ਮਤਲਬ ਮੈਂ ਤਿੰਨ ਕੋਰਸ ਪੜਾਉਣ ਬਾਰੇ ਸੋਚ ਰਿਹਾ ਹਾਂ ਇਹਨਾਂ ਤੇ ਪਹਿਲਾ ਚਨਾ ਦੀ ਰਾਤ ਤੇ ਦੂਜਾ ਸਿਹਰੇ ਚ ਖਾਲਸਾ ਤੇ ਤੀਜਾ ਮਹਾਂਕਾਵ ਤੇ ਸੋ ਆਪਾਂ ਜਿਹੜੀ ਗੱਲਬਾਤ ਆ ਉਹ ਇਹ ਜਾਰੀ ਰੱਖਾਂਗੇ ਤੇ ਇਹ ਗੱਲਬਾਤ ਜਿਹੜੀ ਇੰਨੀ ਵਧੀਆ ਹੋਈ ਹੈ ਪਰ ਤੁਸੀਂ ਚੁੱਪ ਰਹੇ ਆ ਚੁੱਪ ਦੇ ਵਿੱਚ ਵੀ ਕੋਈ ਐਨਡੋਰਸਮੈਂਟ ਹੁੰਦੀ ਹੈ ਚੁੱਪ ਦੇ ਵਿੱਚ ਵੀ ਕੋਈ ਹੰਗਾਰਾ ਹੁੰਦਾ ਚੁੱਪ ਦੇ ਵਿੱਚ ਵੀ ਕੋਈ ਹੌਸਲਾ ਅਫਜ਼ਾਈ ਹੁੰਦੀ ਹੈ ਤੁਹਾਡੀ ਚੁੱਪ ਦੇ ਵਿੱਚ ਬੜੀ ਕਮਾਲ ਦੀ سپورਟ ਸੀ ਤੇ ਸੁਖਮਨ ਬਹੁਤ ਮਿਹਰਬਾਨੀ ਤੁਹਾਡੀ ਇਹ ਉਹਦੇ ਕਰਕੇ ਹੀ ਮੈਂ ਤੁਹਾਡੀ ਆਪਣਾਤ ਕਰਕੇ ਤੁਹਾਡੀ ਹੌਸਲਾ ਅਫਜ਼ਾਈ ਕਰਕੇ ਹੀ ਮੈਂ ਇੰਨੇ ਲੰਬੇ ਸਮੇਂ ਆਸਤੇ ਇੰਨਾ ਖੁੱਲ ਕੇ ਆਪਣੇ ਅਹਿਸਾਸ ਤੁਹਾਡੇ ਨਾਲ ਸਾਂਝ ਕਰ ਸਕਿਆ ਇੰਨੀਆਂ ਬੇਨਤੀਆਂ ਨਾਲ ਕਿਵੇਂ ਰਜਾ ਚਕਾਂ ਫਤਿਹ ਪ੍ਰਵਾਨ ਕਰੋ ਵਾਇਪੁਰਜੀ ਦਾ ਖਾਲਸਾ ਵਾਇਪੁਰਜੀ ਦੀ ਫਤਿਹ ਤੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਜਾਰੀ ਰੱਖਾਂਗੇ